What is the deficit between someone comes 15 days prior, tells me 15 days prior that he wants to come and stay in Hermitage for 15 days, and I tell him that 15 days is okay, and he tells me no, I need 1 month to stay over there. So he was saying dad is more intelligent. No. Matlab, let's not take it non-seriously. Wise. He says dad is wiser than you. Dad is very wise. He understands me more than you. Okay. Matlab, you are taking permission from father. Can I stay for 1 month? Because father has more wisdom than me. What is this? This is the whole entire program of surrender. Just a minute. So that our listeners need sara question samajhde, fir then they relate. I remember kal ya parson Sukhraj ne kiya si ke hun mainu samajh aa gayi hai ki meri eh koi problem hai te ode vaste kidi main particularly advice leni hai. ਮਤਲਬ ਦੈ ਉਹ ਕਪੈਸਿਟੀ ਬਣ ਗਈ ਹੈ ਕਿ ਆਪਣੇ ਆਪ ਨੂੰ ਕਿਹਦੇ ਸਾਹਮਣੇ ਓਪਨ ਕਰਨਾ ਹੈ ਅਤੇ ਕਿਹਨੇ ਸਾਹਮਣੇ ਨਹੀਂ ਓਪਨ ਕਰਨਾ. ਸੋ ਦਿਸ ਇਜ਼ ਵਟ ਇਜ਼ ਫੋਲੋਇੰਗ. ਹੀ ਫਾਊਂਡ ਕਿ ਮਾਈ ਫਾਦਰ ਇਨ ਦਿਸ ਕਪੈਸਿਟੀ ਹੀ ਇਜ਼ ਮੋਰ ਵਾਈਜ਼ਰ ਇਨ ਦਿਸ ਸਟੇਜ ਕਿ ਇਹਨਾਂ ਕੋਲੋਂ ਮੈਂ ਐਡਵਾਈਸ ਲਵਾਂਗਾ, ਦੈਨ ਹੀ ਵਿਲ ਗਿਵ ਮੀ ਅ ਬੈਟਰ ਐਡਵਾਈਸ. ਤੋ ਹੀ ਇਜ਼ ਗੋਨ ਟੂ ਦ ਫਾਦਰ ਐਂਡ ਹੀ ਫੋਲੋਡ ਦ ਫਾਦਰਸ ਐਡਵਾਈਸ. ਸੋ ਦੈਟ ਇਜ਼ ਆਈ ਥਿੰਕ ਕਪੈਸਿਟੀ ਬਿਲਡਿੰਗ. ਦੈਟਸ ਵੈਰੀ ਇੰਪੋਰਟੈਂਟ ਕਿ ਬੀਇੰਗ ਵੈਰੀ ਸਿਲੈਕਟਿਵ ਅਬਾਊਟ ਟੂ ਕਿਸੇ ਦੇ ਮਗਰ ਲੱਗਦੇ ਹਾਂ, ਅਸੀਂ ਕਿਸੇ ਨੂੰ ਆਪਣੀ ਮਰਜ਼ੀ ਦਿੰਦੇ ਹਾਂ. ਇਟਸ ਵੈਰੀ ਇੰਪੋਰਟੈਂਟ ਪਰਸਨ. ਘੱਟ ਤੋਂ ਘੱਟ ਤੁਹਾਨੂੰ 100% ਬਿਲੀਵ ਹੋਣਾ ਚਾਹੀਦਾ ਕਿ ਇਹ ਬੰਦਾ ਮੈਨੂੰ ਕਦੀ ਲਾਈਫ 'ਚ ਡਿਸੀਵ ਨਹੀਂ ਕਰੇਗਾ. ਜੇ ਤੁਹਾਨੂੰ ਇੰਨਾ ਟਰੱਸਟ ਆ ਜਾਵੇ, ਫਿਰ ਹੀ ਤੁਸੀਂ ਉਸ ਇਨਸਾਨ ਦੀ ਮੰਨਦੇ ਹੋ. ਐਂਡ ਇਫ ਯੂ ਹੈਵ ਮਤਲਬ ਯੂ ਆਰ ਦਾ ਲੱਕੀਐਸਟ ਪਰਸਨ ਇਫ ਯੂ ਹੈਵ ਪੇਰੈਂਟਸ ਵਿਦ ਦੈਟ ਮੱਚ ਆਫ ਵਿਜ਼ਡਮ ਕਿ ਜਿਹਨਾਂ ਨੇ ਬੱਚੇ ਦੀ ਸਾਰੀ ਲਾਈਫ ਦੇਖੀ ਹੁੰਦੀ ਹੈ, ਉਸ ਤੋਂ ਬੈਟਰ ਡਿਸੀਜ਼ਨ ਤਾਂ ਕੋਈ ਨਹੀਂ ਲੈ ਸਕਦਾ. ਐਂਡ ਦਿਸ ਫੈਮਿਲੀ ਹੈਜ਼ ਬੀਨ ਲਿਸਨਿੰਗ ਐਵਰੀ ਮੀਟਿੰਗ ਇਨ ਦਾ ਈਵਨਿੰਗ ਐਜ਼ ਅ ਕੋਲੈਕਟਿਵ ਐਫਰਟ, ਇੰਕਲੂਡਿੰਗ ਹਿਜ਼ ਵਾਈਫ, ਹਿਜ਼ ਫਾਦਰ, ਹਿਜ਼ ਮਦਰ. ਸੋ ਆਈ ਥਿੰਕ ਦੇਰ ਕੈਨੋਟ ਬੀ ਅ ਬੈਟਰ ਪ੍ਰੋਗਰਾਮ ਦੈਨ ਦਿਸ. ਮਤਲਬ ਦਿਸ ਸ਼ੇਅਰ ਆਪਣਾ ਪਰਸਨਲ ਐਕਸਪੀਰੀਅੰਸ ਅੱਜ ਮੇਰੇ ਨਾਲ ਹੋਇਆ. ਮੇਰੀ ਵੱਡੀ ਬੇਟੀ ਨੂੰ ਕੁਛ ਇਹੋ ਜਿਹੀ ਚੀਜ਼ ਸੀ ਜਿਹਦੇ ਉਹਨਾਂ ਨੂੰ ਗੱਲ ਕਰਨੀ ਸੀ. ਲਿਟਲ ਬਿਟ ਆਫ ਇਸ਼ੂਜ਼ ਉਹ ਘਰ ਹੈ. ਮੋਰਨਿੰਗ 'ਚ ਮੇਰੇ ਨਾਲ ਗੱਲ ਹੋਈ, ਉਸ ਵੇਲੇ ਸ਼ੀ ਵਾਜ਼ ਫਾਈਨ. ਬਾਅਦ 'ਚ ਮੈਨੂੰ ਕਾਲ ਕੀਤਾ, ਆਈ ਵਾਜ਼ ਡੈਡ ਬਿਜ਼ੀ ਸੋ ਮੈਨੀ ਥਿੰਗਸ ਕਿ ਮੈਂ ਉਹਦਾ ਕਾਲ ਹੀ ਨਹੀਂ ਲਈ. ਫਿਰ ਮੈਂ ਘਰ ਆਈ ਅਤੇ ਉਹਨੇ ਮੈਨੂੰ ਆਪੇ ਆ ਕੇ ਦੱਸਿਆ ਕਿ ਮੰਮਾ ਅੱਜ ਮੈਨੂੰ ਨਾ ਥੋੜ੍ਹੇ ਜਿਹੇ ਥੋਟ ਪ੍ਰੋਸੈਸ ਸੀਗੇ ਅਤੇ ਮੈਂ ਕਿਹਾ ਤੂੰ ਮੈਨੂੰ ਕਾਲ ਕਿਉਂ ਨਹੀਂ ਕੀਤਾ? ਤੁਸੀਂ ਸਰ ਮੰਮਾ ਮੈਂ ਕਾਲ ਕੀਤਾ. ਮੈਂ ਕਿਹਾ ਹਾਂ, ਤੇਰਾ ਕਾਲ ਆਇਆ ਸੀ, ਮੈਂ ਬਹੁਤ ਸਾਰੀ ਚੀਜ਼ਾਂ 'ਚ ਫਸੀ ਸੀ. ਅਤੇ ਮੈਂ ਕਿਹਾ ਵਟ ਡਿਡ ਯੂ ਡੂ? ਕਹਿੰਦੀ ਮੈਨੇ ਉਹ ਛੋਟੀ ਕੋ ਕਾਲ ਕੀਆ, ਛੋਟੀ ਸਿਸਟਰ ਕੋ ਡੈਲੀ ਮੈਂ ਹੈ. ਤੋ ਮੈਂ ਕਿਹਾ ਵਾਜ਼ ਇਟ ਰਿਜ਼ੋਲਵਡ? ਕਹਿੰਦੀ ਹਾਂ, ਇਟ ਵਾਜ਼ ਰਿਜ਼ੋਲਵਡ. ਸੋ ਮੈਨੂੰ ਇੰਨਾ ਅੱਛਾ ਲੱਗਿਆ ਕਿ ਇਫ ਆਈ ਐਮ ਨੋਟ ਦੇਅਰ, ਐਟਲੀਸਟ ਸਮਬਡੀ ਐਲਸ ਇਜ਼ ਦੇਅਰ ਟੂ ਹੈਲਪ ਹਰ. ਦਿਸ ਮੀਨਸ ਇੱਕ ਬੋਂਡਿੰਗ ਬਣ ਗਈ ਕਿ ਜੇ ਹੁਣ ਮੰਮੀ ਨਹੀਂ ਹੈ ਤਾਂ ਕੋਈ ਹੋਰ, ਮੇਰਾ ਬ੍ਰਦਰ ਜਾਂ ਸਿਸਟਰ ਕੋਈ ਹੋਰ ਵੀ ਮੈਂ ਗੱਲ ਕਰਾਂਗੀ. ਤਾਂ ਮੈਂ ਕਿਹਾ ਯੂ ਵਰ ਕੰਫਰਟੇਬਲ ਉਹਦੇ ਨਾਲ ਗੱਲ ਕਰਕੇ? ਕਹਿੰਦੀ ਹਾਂ, ਆਈ ਵਾਜ਼ ਕੰਫਰਟੇਬਲ. ਫਿਰ ਉਹੀ 4-point ਫਾਰਮੂਲਾ ਕੀ ਕੀਤਾ. ਆਈ ਜਸਟ ਆਸਕਡ ਹਰ ਕਿ ਕੀ ਕੀਤਾ. ਕਹਿੰਦੀ ਮੈਂ 4-point ਫਾਰਮੂਲਾ ਕੀਤਾ, ਆਈ ਐਮ ਫੀਲਿੰਗ ਬੈਟਰ, ਦਿਸ ਦੈਟ. ਬਟ ਦ ਮੈਨੂੰ ਅੱਛੀ ਬਾਤ ਇਹ ਲੱਗੀ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਡਿਪੈਂਡੈਂਸ ਇਜ਼ ਓਨਲੀ ਔਨ 1 ਪਰਸਨ. ਐਂਡ ਇਟਸ ਗੁੱਡ ਦੈਟ ਅਨਦਰ ਪਰਸਨ, ਇੱਕ ਦੋਦੀ ਯੰਗਰ ਸਿਸਟਰ ਇਜ਼ ਆਲਸੋ ਰੈਡੀ, ਐਂਡ ਉਹਦੇ ਨਾਲ ਗੱਲ ਕਰਕੇ ਸ਼ੀ ਵਾਜ਼ ਕੰਫਰਟੇਬਲ. ਸੋ ਦਿਸ ਇਜ਼ ਵਟ ਇਜ਼ ਐਕਸਟੈਂਸ਼ਨ ਆਫ ਵਟ ਸੁਖਰਾਜ ਸੈਡ. ਦੈਟ ਇਜ਼ ਬਿਊਟੀਫੁਲ, ਬਿਕੋਜ਼ ਉਹ 'ਚ ਇੱਕ ਹੋਰ ਆਸਪੈਕਟ ਸਮਝ ਆਉਂਦਾ ਕਿ ਵਨ ਕੈਨੋਟ ਬੀ ਕੰਡੀਸ਼ਨ ਟੂ 1 ਪਰਸਨ.
ਮਤਲਬ ਇਫ ਯੂ ਸ਼ੁੱਡ ਆਲਵੇਜ਼ ਫੀਲ ਕਿ ਇਸ ਵੇਲੇ ਕਿਹੜਾ ਇੰਪੋਰਟੈਂਟ ਹੈ, ਕਿਸ ਚੀਜ਼ ਵਾਸਤੇ ਕਿਹੜਾ ਪਰਸਨ ਤੁਹਾਡੇ ਵਾਸਤੇ ਇੰਪੋਰਟੈਂਟ ਹੈ, ਐਂਡ ਯੂ ਸ਼ੁੱਡ ਹੈਵ ਮੋਰ ਦੈਨ ਵਨ ਮੈਂਟੋਰਸ, ਮਤਲਬ ਜੇ ਤੁਸੀਂ ਕਹਿ ਲਓ ਕਿ ਇਹਦੇ ਵਾਸਤੇ ਮੈਨੂੰ ਇਹ ਮੈਂਟੋਰ ਠੀਕ ਹੈ, ਇਹਦੇ ਵਾਸਤੇ ਮੈਨੂੰ ਇਹ ਮੈਂਟੋਰ ਠੀਕ ਹੈ, ਐਂਡ ਜੇ ਇਹ ਨਹੀਂ ਅਵੇਲੇਬਲ ਤਾਂ ਮੈਨੂੰ ਇਹਦੇ ਨਾਲ ਗੱਲ ਕਰ ਸਕਦੇ। ਸੋ ਯੂ ਕਾਂਟ ਕੰਡੀਸ਼ਨ ਕਿ ਵੀ ਮੈਂ ਐਸੇ ਬੰਦੇ ਨੂੰ ਹੀ ਮਿਲਾਂਗਾ ਤਾਂ ਠੀਕ ਹੋਵਾਂਗਾ, ਮੈਂ ਕਿਸੇ ਵੀ ਬੰਦੇ ਨੂੰ ਮਿਲਾਂਗਾ ਤਾਂ ਠੀਕ ਹੋਵਾਂਗਾ, ਕਿਉਂਕਿ ਮੇਰੀ ਜਿਹੜੀ ਡਿਜ਼ਾਇਰ ਹੈ, ਜਿਹੜੀ ਮੇਰੀ ਹੈਲਪ ਮੰਗਣ ਦੀ ਖਾਹਿਸ਼ ਹੈ, ਉਹ ਬੰਦੇ ਦੇ ਨਾਲ ਕੰਡੀਸ਼ਨ ਨਹੀਂ ਹੈ, ਉਹ ਮੇਰੀ ਆਪਣੇ ਆਪ ਦਾ ਪਰਸਨਲ ਕੰਡੀਸ਼ਨ ਹੈ ਕਿ ਆਈ ਵਾਂਟ ਟੂ ਬੀ ਕੰਫਰਟੇਬਲ, ਆਈ ਕਾਂਟ ਲਿਵ ਵਿਦ ਦਿਸ ਐਂਗਜ਼ਾਇਟੀ, ਆਈ ਕਾਂਟ ਲਿਵ ਵਿਦ ਦਿਸ ਡਿਪਰੈਸ਼ਨ, ਆਈ ਕਾਂਟ ਲਿਵ ਵਿਦ ਦਿਸ ਓਬਸੈਸਿਵ ਥੋਟਸ, ਆਈ ਮੇ ਨੀਡ ਐਨੀਬਡੀ ਹੂ ਕੈਨ ਲਿਸਨ ਟੂ ਮੀ, ਹੂ ਨੋਜ਼ ਦਾ ਪਾਵਰ ਆਫ ਲਿਸਨਿੰਗ, ਯੂ ਡੋਂਟ ਹੈਵ ਟੂ ਰਿਸਪੋਂਡ, ਯੂ ਡੋਂਟ ਹੈਵ ਟੂ ਆਨਸਰ, ਯੂ ਜਸਟ ਹੈਵ ਟੂ ਲਿਸਨ, ਐਂਡ ਇਫ ਸਮਵਨ ਆਸਕ ਯੂ ਅ ਸੁਜੈਸ਼ਨ ਲਾਈਕ ਹਿਸ ਫਾਦਰ ਆਸਕ ਕਿ ਵੀ ਡੂ ਯੂ ਥਿੰਕ, ਤੋ ਹੀ ਸੇਜ਼ ਕਿ ਯੈਸ ਆਈ ਵੁੱਡ ਲਾਈਕ ਟੂ ਸੇ, ਕਿਉਂ ਐਂਡ ਤੁਸੀਂ ਇਸ ਵਾਸਤੇ ਨਹੀਂ ਪੁੱਛ ਰਹੇ ਕਿ ਤੁਸੀਂ ਸਿਰਫ ਖਾਣਾ ਪੂਰਤੀ ਕਰ ਰਹੇ ਹੋ, ਐਂਡ ਤੁਸੀਂ ਉੱਤੇ ਇੰਪਲਾਈ ਵੀ ਕਰਨਾ। ਬਹੁਤ ਵਾਰੀ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਪੁੱਛਦੇ ਹਾਂ, ਅੱਛਾ ਮੈਂ ਕਰਾਂ ਕਿ ਨਾ ਕਰਾਂ, ਇਹ ਕਰਾਂ ਕਿ ਨਾ ਕਰਾਂ, ਮਰਜ਼ੀ ਮੈਂ ਆਪਣੀ ਕਰਨੀ ਹੁੰਦੀ ਹੈ, ਪਰ ਜਸਟ ਮੈਂ ਕਰਨਾ। ਪਰ ਜੇ ਤੁਸੀਂ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਵੀ ਮਰਜ਼ੀ ਵੀ ਉਹਦੀ ਕਰਨੀ ਹੈ ਜਿਹਦੇ ਕੋਲ ਆਪ ਪੁੱਛ ਰਹੇ ਹਾਂ, ਜਿਹਨੂੰ ਅਸੀਂ ਆਪਣੀ ਸਾਰੀ ਖੋਲ ਰਹੇ ਹਾਂ, ਇਹ ਇੱਕ ਹੋਰ ਅੱਗੇ ਸਰੈਂਡਰ ਦਾ ਇੱਕ ਅਗਲਾ ਕੰਡੀਸ਼ਨਲ ਪੁਆਇੰਟ ਹੈ। ਐਂਡ ਮੇਰਾ ਆਪਣਾ ਖਿਆਲ ਹੈ ਕਿ ਸਾਡੇ ਪੇਸ਼ੈਂਟਸ ਕੋਲ ਘੱਟ ਤੋਂ ਘੱਟ 4-5 ਐਵਨਿਊਜ਼ ਹਰ ਵੇਲੇ ਹੋਣੇ ਚਾਹੀਦੇ ਹੈ, ਜੇ ਇੱਕ ਨਹੀਂ ਤਾਂ ਦੂਸਰਾ, ਦੂਸਰਾ ਨਹੀਂ ਤਾਂ ਤੀਸਰਾ, ਤੀਸਰਾ ਨਹੀਂ ਤਾਂ ਚੌਥਾ, ਮਤਲਬ ਦੇਰ ਹੈਜ਼ ਟੂ ਬੀ ਸੋ ਮੈਨੀ ਪੀਪਲ ਵਿਦ ਯੂ ਕਿ ਤੁਸੀਂ ਕੋਈ ਮਤਲਬ ਐਟ ਐਨੀ ਪੁਆਇੰਟ ਆਫ ਟਾਈਮ ਵੀ ਮੈਨ ਨੀਡ ਇਟ, ਤੁਹਾਨੂੰ ਕਦੀ ਵੀ ਲੋੜ ਪੈ ਸਕਦੀ ਹੈ ਵਿਦ ਰਿਸਪੈਕਟ ਟੂ ਹੈਲਪ ਮੀ ਓਨਲੀ, ਬਟ ਆਈ ਥਿੰਕ ਇਨ ਆਲ ਐਸਪੈਕਟਸ ਇਨ ਆਲ ਐਸਪੈਕਟਸ ਸਪੈਸ਼ਲੀ ਮੈਮ ਨੇ ਤੇ ਹੈਲਪ ਵੀ ਇੱਕ ਸਪੈਸਿਫਿਕ ਪਰਸਨ ਦੇ ਨਾਲ ਓਬਸੈਸ਼ਨ ਐਂਡ ਅਟੈਚਮੈਂਟ ਇਜ਼ ਵਟ ਦੇ ਆਰ ਫੇਸਿੰਗ, ਸੋ ਆਈ ਥਿੰਕ ਉਹ ਫਾਰਮੂਲਾ ਇੱਥੇ ਅਪਲਾਈ ਹੁੰਦਾ ਹੈ ਕਿ ਅਗਰ ਵਨ ਵੀ ਹੈਵ ਲਾਈਕ ਤੁਸੀਂ ਆਪਣੇ ਆਪ ਚ ਖੁੱਲੀ ਹੈ ਦੈਨ ਫਿਕਸ ਨਹੀਂ ਹੋਣਾ ਰਾਈਟ, ਸੋ ਇਫ ਦਾ ਪਰਸਨ ਇਜ਼ ਨੋਟ ਦੇਰ ਸਟਿਲ ਯੂ ਆਰ ਏਬਲ ਟੂ ਕੋਪ ਅਪ ਵਿਦ ਦ ਸਿਚੁਏਸ਼ਨਸ ਐਂਡ ਐਵਰੀਥਿੰਗ, ਸੋ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ। ਮਤਲਬ ਤੁਸੀਂ ਬਾਅਦ ਚ ਤੇ ਇੱਕ ਪੁਆਇੰਟ ਆਉਂਦਾ ਜਿੱਥੇ ਤੁਸੀਂ ਇੰਨੇ ਸਮਾਰਟ ਵੀ ਹੋ ਜਾਂਦੇ ਹੋ ਕਿ ਐਨੀ ਪਰਸਨ ਹੂ ਇਜ਼ ਸਿਟਿੰਗ ਇਨ ਫਰੰਟ ਆਫ ਯੂ ਐਕਟਸ ਐਜ਼ ਦੈਟ ਪਰਸਨ ਹੂ ਕੈਨ ਬੀ ਅ ਸਪੋਰਟ ਟੂ ਯੂ ਐਨੀਬਡੀ, ਐਂਡ ਦਾ ਅੱਗੇ ਵੀ ਇਸ ਤੋਂ ਵੀ ਅੱਗੇ ਇੱਕ ਆ ਜਾਂਦੀ ਹੈ ਕਿ ਜਦੋਂ ਤੁਸੀਂ ਇਕੱਲੇ ਬੈਠ ਜਾਂਦੇ ਹੋ ਅਤੇ ਆਪਣੇ ਆਪ ਨਾਲ ਸੈਲਫ ਟਾਕ ਕਰਦੇ ਹੋ, ਐਂਡ ਯੂ ਆਸਕ ਕਿ ਵੀ ਅੱਛਾ ਮੈਂ ਇਸ ਸਿਚੁਏਸ਼ਨ 'ਚ ਹਾਂ ਅਤੇ ਮੇਰਾ ਪ੍ਰੋਗਰਾਮ ਇਸ ਵੇਲੇ ਮੈਨੂੰ ਕੀ ਕਹਿੰਦਾ ਪਿਆ, ਇਹ ਨਾ ਸੋਚੋ ਕਿ ਮੇਰਾ ਦਿਲ ਕੀ ਕਰਦਾ ਪਿਆ, ਇਹ ਸੋਚੋ ਕਿ ਮੇਰਾ ਪ੍ਰੋਗਰਾਮ ਇਸ ਵੇਲੇ ਕੀ ਕਹਿੰਦਾ, ਜੇ ਕੋਈ ਬੰਦਾ ਪ੍ਰੋਗਰਾਮ 'ਚ ਹੁੰਦਾ ਉਹ ਮੈਨੂੰ ਇਸ ਵੇਲੇ ਕੀ ਕਹਿੰਦਾ, ਦੈਟ ਇਜ਼ ਦ ਪੁਆਇੰਟ ਕਿ ਅਸੀਂ ਇਸ 'ਚ ਹੋਰ ਪ੍ਰੋਗਰੈਸ ਕਰ ਸਕਦੇ ਔਰ ਉਸੇ ਅੱਗੇ ਸੈਲਫ ਟਾਕ ਕਰਨ ਦੀ ਜ਼ਰੂਰਤ ਹੀ ਨਹੀਂ ਪੜਦੀ ਹੈ, ਜਿਹੜੀ ਚੀਜ਼ ਤੁਸੀਂ ਸਿਖਾਤੀ ਨਾ ਉਹਨੇ ਕਹਿਣਾ ਹੁਣ ਤੂੰ ਰਹਿਣ ਦੇ ਮੈਂ ਕਰ ਲੈ, ਪਰ ਉਹ ਨੈਗੇਟਿਵ ਵੀ ਹੈ ਤੇ ਪੋਜ਼ਿਟਿਵ ਵੀ ਹੈ, ਜੇ ਉਹ ਨੈਗੇਟਿਵ ਸਿੱਖ ਗਈ ਤੇ ਬ੍ਰੇਨ ਨੇ ਕਹਿਣਾ ਕੋਈ ਗੱਲ ਨੀ ਤੂੰ ਫਿਕਰ ਨਾ ਕਰ, ਤੂੰ ਹੋਰ ਕੰਮ ਕਰ ਮੈਂ ਫਿਕਰ ਕਰਦਾ, ਜੇ ਬ੍ਰੇਨ ਨੇ ਇਹ ਸਿੱਖ ਲਿਆ ਨਾ ਵੀ ਵਰੀ ਕਰਨੀ ਹਰ ਪ੍ਰੋਬਲਮ ਦਾ ਸੋਲਿਊਸ਼ਨ ਵਰੀ ਹੈ, ਤੇ ਬ੍ਰੇਨ ਨੇ ਕਹਿਣਾ ਕਿ ਤੂੰ ਕੋਈ ਹੋਰ ਕੰਮ ਕਰ ਮੈਂ ਵਰੀ ਕਰਾਂਗਾ, ਸੋ ਇੱਕ ਬ੍ਰੇਨ ਸਾਡਾ ਵਰੀ ਕਰਨ ਲੱਗ ਪੈਂਦਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ
ਬ੍ਰੇਨ ਨੂੰ ਕਿੰਨੇ ਧਿਆਨ ਨਾਲ ਸਿਖਾਉਣਾ ਚਾਹੀਦਾ। ਜੇ ਇਹਨੂੰ ਪੁੱਠਾ ਕੰਮ ਸਿੱਖ ਲਿਆ ਤਾਂ ਇਹਨੇ ਉਹੀ ਕਰੀ ਜਾਣਾ, ਬਾਅਦ 'ਚ ਨਹੀਂ ਇਹਨੇ ਦੇਖਣਾ ਤੁਹਾਡਾ ਨੁਕਸਾਨ ਹੋਣ ਡਿਆ ਤਾਂ ਤੁਸੀਂ ਹੁਣ ਅੱਜ ਆਪਣਾ ਮਨ ਚੇਂਜ ਕਰ ਲਿਆ। ਨਾ ਨਾ ਨਾ, ਬ੍ਰੇਨ ਕਹਿੰਦਾ ਜਿਹੜਾ ਤੂੰ ਮੈਨੂੰ ਕੰਮ ਸਿਖਾ ਦਿੱਤਾ ਉਸ ਤੋਂ ਬਾਅਦ ਤੂੰ ਇਹ ਮੈਨੂੰ ਕੰਮ ਮੈਨੂੰ ਦੇ ਦੇ, ਬਾਕੀ ਕੰਮ ਮੈਂ ਹੁਣ ਮੈਂ ਤੇਰਾ ਕਰਿਆ ਕਰਾਂ, ਤੂੰ ਕੋਈ ਹੋਰ ਕੰਮ ਕਰ। ਤੁਹਾਨੂੰ ਪਤਾ ਲੋਕੀ ਬੋਰ ਕਿਉਂ ਜਾਂਦੇ ਆ? ਬੋਰ ਇਸ ਕਰਕੇ ਹੁੰਦੇ ਆ ਕਿਉਂਕਿ ਬ੍ਰੇਨ ਕਹਿੰਦਾ ਕਿ ਜਿਹੜਾ ਹੁੰਦਾ ਨਾ ਕਿ ਵੀ ਵਰੀ ਵਾਲਾ ਕੰਮ ਬੇਚੈਨੀ ਇਹ ਮੈਂ ਕਰਾਂਗਾ, ਤੂੰ ਕੋਈ ਹੋਰ ਕੰਮ ਕਰ। ਅੱਛਾ, ਉਹ ਕਹਿੰਦਾ ਅੱਛਾ ਬੇਚੈਨੀ ਵੀ ਮੈਂ ਕਰਾਂਗਾ। ਤੇ ਉਹ ਫਿਰ ਕਹਿੰਦਾ, ਬ੍ਰੇਨ ਕਹਿੰਦਾ ਯਾਰ ਜਿਹੜੇ ਤੈਨੂੰ ਇਹ ਪਾਸ ਦੇ ਖਿਆਲ ਆਉਂਦੇ ਸੀ ਨਾ ਵੀ ਇਹ ਨਾ ਮਾੜਾ ਹੋਏ ਆਹ ਹੋ ਗਿਆ ਉਹ ਹੋ ਗਿਆ ਜਾਂ ਫਿਊਚਰ 'ਚ ਕੀ ਹੋਏਗਾ, ਬ੍ਰੇਨ ਕਹਿੰਦਾ ਇਹ ਵੀ ਮੈਨੂੰ ਦੇ ਦੇ। ਬ੍ਰੇਨ ਇਜ਼ ਵੈਰੀ ਸ਼ਾਰਪ ਇਨ ਟੇਕਿੰਗ ਐਨੀ ਆਸ ਪ੍ਰੋਜੈਕਟ ਯੂ ਸਟਾਰਟ। ਉਹ ਕਹਿੰਦਾ ਜੀ ਸਭ ਲੈ ਵੈਸੇ ਕੋਈ ਗੱਲ ਨਹੀਂ ਹੈ, ਹੁਣ ਕੀ ਹੋਏਗਾ ਕਿ ਬੰਦਾ ਬੋਰ ਹੋ ਜਾਏਗਾ ਅਤੇ ਜਦੋਂ ਬੋਰ ਹੋਏਗਾ ਤਾਂ ਫਿਰ ਉਹ ਕੀ ਖਾਏਗਾ, ਪੀਜ਼ਾ ਜਾਂ ਉਹ ਖਾਏਗਾ ਜ਼ੋਮੈਟੋ ਜਾਂ ਉਹ ਕਰੇਗਾ ਕੋਈ ਪੁੱਠਾ ਕੰਮ। ਠੀਕ ਹੈ, ਹੁਣ ਬ੍ਰੇਨ ਵਿਚਾਰਾ ਬੋਰ ਹੈ, ਉਹ ਕਹਿੰਦਾ ਜੀ ਮੈਨੂੰ ਕੋਈ ਕੰਮ ਹੀ ਨਹੀਂ ਹੈ ਤਾਂ ਮੈਂ ਕੀ ਕਰਾਂ, ਮੈਂ ਤਾਂ ਵਿਹਲਾ। ਹੁਣ ਤੁਸੀਂ ਵਿਹਲੇ ਹੋ, ਇਹਦਾ ਆਨਸਰ ਕੀ ਹੈ ਕਿ ਬੋਰੀਅਤ ਨਾ ਕਿਲ ਕਰਨਾ, ਟੀਵੀ ਲਾ ਲਈਏ, ਮਿਊਜ਼ਿਕ ਲਾ ਲਈਏ, ਰਾਤ ਨੂੰ ਨੈੱਟਫਲਿਕਸ ਲਾ ਲਈਏ, ਖਾਣੇ ਸ਼ੁਰੂ ਕਰ ਦਈਏ, ਜਾਂ ਫਨ ਆਫਟਰ ਫਨ ਕਰੀਏ, ਕਿ ਜਾਂ ਹੈਲਦੀ ਤਰੀਕੇ ਵਰਤੀਏ। ਐਂਡ ਹੈਲਦੀ ਤਰੀਕੇ ਕੀ ਹੈ ਕਿ ਅੰਡਰਸਟੈਂਡ ਕਰਨਾ ਕਿ ਜਿਹੜੀ ਮੇਰੀ ਬੋਰੀਅਤ ਹੈ ਇਹਦੇ ਪਿੱਛੇ ਮੇਰੀ ਇੱਕ ਐਂਗਜ਼ਾਇਟੀ ਹੈ, ਥੋੜ੍ਹਾ ਜਿਹਾ ਮੇਰਾ ਇਹਦਾ ਡਿਪਰੈਸ਼ਨ ਦਾ ਪਾਰਟ ਹੈ ਜਿਹੜਾ ਕਿ ਮੇਰੇ ਬ੍ਰੇਨ ਨੇ ਹੁਣ ਸਿੱਖ ਲਿਆ। ਉਹਨੂੰ ਕੋਈ ਠਹਿਰ ਜਾ ਯਾਰ, ਮੈਨੂੰ ਜਿਹੜਾ ਪੈਂਡਿੰਗ ਕੰਮ ਮੈਂ ਪਹਿਲਾਂ ਕਰਦਾ ਪਿਆ ਸੀ ਨਾ ਉਹ ਮੈਨੂੰ ਥੋੜ੍ਹਾ ਜਿਹਾ ਕਰ ਲੈਣ। ਐਂਡ ਬਾਈ ਦਾ ਟਾਈਮ ਤੁਸੀਂ ਪੈਂਡਿੰਗ ਕੰਮ ਕਰੋਗੇ ਯੂਅਰ ਬੋਰੀਅਤ ਵਿਲ ਬੀ ਗੋਨ। ਐਂਡ ਦੈਨ ਪੈਟ ਐਟ ਦਾ ਬੈਕ ਕਿ ਅੱਜ ਬੋਰੀਅਤ ਦੇ ਵਿੱਚ ਮੈਂ ਉਹ ਫੈਸਲਾ ਨਹੀਂ ਕੀਤਾ ਜਿਹੜਾ ਕਿ ਮੈਂ ਪਹਿਲਾਂ ਕਰਦਾ ਸੀ। ਹੁਣ ਡਰੱਗ ਕਿੱਥੇ ਆਉਂਦੀਆਂ? ਜਦੋਂ ਬੰਦਾ ਬੋਰ ਹੁੰਦਾ ਉਹ ਕਹਿੰਦਾ ਯਾਰ ਕੋਈ ਇਮੀਡੀਏਟਲੀ ਕੋਈ ਰੈਸਪੀ ਦਿਓ, ਕੋਈ ਇਮੀਡੀਏਟ ਰੈਸਪੀ। ਅੱਛਾ, ਫਿਰ ਬ੍ਰੇਨ ਇੰਨਾ ਸਮਾਰਟ ਹੈ ਕਿ ਜਦੋਂ ਉਹਨੂੰ ਕੋਈ ਉਹੋ ਜਿਹੀ ਚੀਜ਼ ਮਿਲਦੀ ਹੈ ਨਾ, ਕੋਈ ਮਤਲਬ ਡਰੱਗਸ ਮਿਲਦੀ ਹੈ ਜਾਂ ਕੁਛ ਇਮੀਡੀਏਟ ਕੋਈ ਗ੍ਰੈਟੀਫਿਕੇਸ਼ਨ ਮਿਲਦੀ ਹੈ, ਬ੍ਰੇਨ ਇਸ ਇੰਨਾ ਸਮਾਰਟ ਹੈ ਕਿ ਉਹ ਬੰਦੇ ਨੂੰ ਇੱਕ ਮੈਸੇਜ ਦਿੰਦਾ ਯਾਰ ਤੂੰ ਬੋਰ ਹੋ ਰਿਹਾ। ਤੁਸੀਂ ਦੇਖੋ ਕਿ ਕਿੰਨਾ ਮੈਨੂਪਲੇਟਿਵ ਬ੍ਰੇਨ ਹੈ ਕਿ ਬ੍ਰੇਨ ਨੂੰ ਪਤਾ ਹੈ ਕਿ ਜਦੋਂ ਮੈਂ ਕਹਾਂਗਾ ਨਾ ਇੱਕ ਮੈਸੇਜ ਦਿਆਂਗਾ ਕਿ ਤੂੰ ਹੁਣ ਬੋਰ ਹੋ ਰਿਹਾ ਕੁਛ ਕਰ, ਅਤੇ ਫਿਰ ਜਿਹੜਾ ਹੈ ਮੇਰਾ ਰਸਤਾ ਖੁੱਲ੍ਹ ਜਾਏਗਾ ਬ੍ਰੇਨ ਦਾ ਇੰਪਾਵਰ ਕਰਨ ਦਾ, ਅਤੇ ਉਹ ਆਪਣੇ ਪ੍ਰੀਫਰੈਂਟਲ ਕਾਰਟੈਕਸ ਨੂੰ ਉਸ ਵੇਲੇ ਖਤਮ ਕਰ ਦੇਗਾ। ਬੰਦਾ ਰੱਜ ਕੇ ਆਈਸਕ੍ਰੀਮ ਅਤੇ ਰੱਜ ਕੇ ਮਿੱਠਾ ਅਤੇ ਰੱਜ ਕੇ ਪੀਜ਼ੇ ਪੂਜ਼ੇ ਖਾ ਲਏਗਾ, ਫਿਰ ਉਹਦਾ ਪੇਟ ਖਰਾਬ ਹੋਏਗਾ, ਫਿਰ ਉਹ ਸੋਚੇਗਾ ਮੈਨੂੰ ਪਤਾ ਹੀ ਨਹੀਂ ਲੱਗਾ ਯਾਰ, ਕਿਉਂਕਿ ਜਿਹੜਾ ਬ੍ਰੇਨ ਹੈ ਨਾ ਅਨਕੋਨਸ਼ੀਅਸਲੀ ਕੰਮ ਕਰਨਾ। ਹੁਣ ਇਹਦਾ ਮਤਲਬ ਹੈ ਕਿ ਜੇ ਸਾਡਾ ਪ੍ਰੋਗਰਾਮ ਕੀ ਕਹਿੰਦਾ ਕਿ ਜੇ ਤੂੰ ਬੋਰ ਹੋ ਰਿਹਾ ਨਾ ਫਿਰ ਆਪਣੇ ਆਪ ਨਾਲ ਸੈਲਫ ਟਾਕ ਕਰ ਵੀ ਮੈਂ ਕਿਉਂ ਬੋਰ ਹੋ ਰਿਹਾ, ਇਹਦੇ ਵਿੱਚ ਕਿੰਨਾ ਰੈਸਪੀ ਕੀ ਬਣੀ ਹੋਈ ਹੈ, ਬੋਰੀਅਤ ਦੇ ਪਿੱਛੇ ਐਂਗਜ਼ਾਇਟੀ ਕਿੰਨੀ ਹੈ, ਬੋਰੀਅਤ ਦੇ ਪਿੱਛੇ ਡਿਪਰੈਸ਼ਨ ਕਿੰਨੀ ਹੈ। ਕਿਉਂਕਿ ਐਂਗਜ਼ਾਇਟੀ ਡਿਪਰੈਸ਼ਨ ਕੀ ਹੁੰਦੀ ਹੈ ਕਿ ਜੇ ਤੁਸੀਂ ਇਹਦੀ ਆਦਤ ਪਾ ਲਓ ਨਾ ਫਿਰ ਇਹ ਤੁਹਾਨੂੰ ਮਹਿਸੂਸ ਨਹੀਂ ਹੁੰਦੀ, ਫਿਰ ਇਹ ਥੋੜ੍ਹੀ ਜਿਹੀ ਫਾਰਮ 'ਚ ਚੱਲਦੀ ਰਹਿੰਦੀ ਹੈ ਐਂਡ ਇਟ ਕਮਸ ਇਨ ਦਾ ਫਾਰਮ ਆਫ ਬੋਰੀਅਤ। ਐਂਡ ਬਹੁਤ ਸਾਰੇ ਸਾਡੇ ਪੇਸ਼ੈਂਟਸ ਦੀ ਪ੍ਰੋਬਲਮ ਹੀ ਹੈ ਕਿ ਜਿੰਨੀ ਦੇਰ ਡਰੱਗ ਕਰਦੇ ਰਹਿੰਦੇ ਆ ਡਾਕਟਰ ਸਾਹਿਬ ਫਾਇਦਾ ਕੋਈ ਨਹੀਂ ਹੁੰਦਾ, ਪਰ ਇਹ ਹੈ ਕਿ ਸਵੇਰੇ ਦੁਪਹਿਰੇ ਰਾਤੀ ਭੱਜ ਦੌੜ ਪਈ ਰਹਿੰਦੀ ਹੈ, ਉਹਦੇ ਨਾਲ ਉਹ ਬ੍ਰੇਨ ਬੋਰ ਨਹੀਂ ਹੁੰਦਾ। ਅਤੇ ਹੁਣ ਜਦੋਂ ਛੱਡੀਏ ਤਾਂ ਹੁਣ ਕੀ ਕਰੀਏ, ਫਿਰ ਦੱਸੋ ਕੰਮ ਦੱਸੋ ਨਾ। ਹੁਣ ਮੈਨੂੰ ਦੱਸੋ ਕਿ ਜੇ ਸਾਡੀ ਨੀਅਤ ਹੈ ਕੰਮ ਲੱਭਣ ਦੀ ਵੀ ਪ੍ਰੋਗਰਾਮ ਕਰਨ ਦੀ, ਇਹ ਹੁਣ ਪ੍ਰੋਗਰਾਮ ਕੀ ਕਹਿੰਦਾ ਕਿ ਜਦੋਂ ਮਰਜ਼ੀ ਤੈਨੂੰ ਰਾਤੀ 11 ਵਜੇ ਜਾਗ ਆਈ ਤਾਂ ਵੀ ਪ੍ਰੋਗਰਾਮ ਕਰ ਲੈ, ਤੂੰ ਆਪਣਾ ਪ੍ਰੋਗਰਾਮ ਰਿਵਾਈਜ਼ ਕਰ ਲੈ। ਜੇ ਸਵੇਰੇ 2 ਵਜੇ ਜਾਗ ਆਈ ਹੈ ਤਾਂ ਪ੍ਰੋਗਰਾਮ ਰਿਵਾਈਜ਼ ਕਰ ਲੈ,
ਬੋਰ ਕਿਸ ਤਰ੍ਹਾਂ ਹੋਏਗਾ ਤੂੰ। ਬਟ ਬੋਰ ਹੋਣ 'ਤੇ ਬੰਦਾ ਓਨੈਸਟ ਹੋਏ ਕਿ ਮੈਂ ਕਿਸੇ ਨੂੰ ਦੱਸਣਾ ਨਹੀਂ, ਮੈਂ ਬੋਰ ਹੋ ਰਿਹਾ, ਹੁਣ ਮੈਂ ਕੋਈ ਇਹੋ ਜਿਹਾ ਕੰਮ ਕਰ ਲੈਣਾ ਕਿਹੜਾ ਸਾਰੇ ਸੁੱਤੇ ਪਏ, ਕਿਸੇ ਨੂੰ ਥੋੜ੍ਹੀ ਪਤਾ ਲੱਗਣਾ। ਉਹ ਨੈੱਟਫਲਿਕਸ ਦੇਖਣੀ, ਸੀਰੀਅਲ ਦੇਖਣੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ, ਉਹ ਫਿਰ ਜਦੋਂ ਉਹ ਸੀਰੀਅਲ ਖਤਮ ਹੁੰਦਾ ਉਸ ਤੋਂ ਬਾਅਦ ਹੁੰਦਾ ਯਾਰ ਮੈਂ ਫਿਰ ਬੋਰ ਹੋ ਗਿਆ, ਫਿਰ ਕਹਿੰਦਾ ਯਾਰ ਇੱਕ ਹੋਰ ਦੇਖ ਲੈਂਦੇ ਹਾਂ। ਪੈਸੇ ਤਾਂ ਤਾਰੇ ਹੀ ਹੋਏ ਆ ਨੈੱਟਫਲਿਕਸ ਦੇ, ਅਤੇ ਕਿਉਂ ਨਾ ਆਪਾਂ ਫਾਇਦਾ ਉਠਾਈਏ, ਸਾਰੀ ਰਾਤ ਆਪਾਂ ਨੈੱਟਫਲਿਕਸ ਦੇਖਾਂਗੇ। ਤਾਂ ਨੈੱਟਫਲਿਕਸ ਵਾਲੇ ਤੁਹਾਡੀ ਬੋਰੀਅਤ ਦਾ ਇਲਾਜ ਕਰਦੇ ਆ। ਤਾਂ ਨੈੱਟਫਲਿਕਸ ਇਜ਼ ਕਮਿੰਗ ਐਜ ਏ ਰੈਸਪੀ ਟੂ ਯੂਅਰ ਐਂਗਜ਼ਾਇਟੀ ਐਂਡ ਡਿਪਰੈਸ਼ਨ। ਅਤੇ ਹੁਣ ਉਹਨਾਂ ਨੇ ਜਗ੍ਹਾ ਅਡਿਕਟਿਵ, ਹੁਣ ਤੁਸੀਂ ਅਗਲੇ ਮਹੀਨੇ ਦੇ ਪੈਸੇ ਨਹੀਂ ਤਾਰੋਗੇ ਅਤੇ ਉਹ 4 ਦਿਨ ਪਹਿਲਾਂ ਤੁਹਾਨੂੰ ਕਹਿਣਗੇ ਤੁਹਾਡਾ ਨੈੱਟਫਲਿਕਸ ਬੰਦ ਹੋ ਰਿਹਾ ਜੀ, ਅਤੇ ਫਿਰ ਆਪਾਂ ਕੀ ਕਰਾਂਗੇ? ਆਪਾਂ ਪ੍ਰੋਕਾਸਟੀਨੇਟ ਕਰਾਂਗੇ, ਫਟਾਫਟ ਚਾਲੂ ਕਰਾਵਾਂਗੇ। ਸਭ ਤੋਂ ਪਹਿਲਾਂ ਰਾਤੀ ਉੱਠ, ਹੁਣ ਡਰ ਕਿਸ ਤੋਂ ਪਿਆ? ਨੈੱਟਫਲਿਕਸ ਤੋਂ ਨਹੀਂ, ਡਰ ਇਹ ਹੈ ਕਿ ਜਿਸ ਦਿਨ ਨੈੱਟਫਲਿਕਸ ਨਾ ਹੋਇਆ ਉਦਣ ਮੈਂ ਕੀ ਕਰੂੰਗਾ, ਮੇਰਾ ਗੁਜ਼ਾਰਾ ਕਿਵੇਂ ਹੋਏ? ਉਹ ਤੁਸੀਂ ਸਮਝੋ ਕਿ ਐਡਿਕਸ਼ਨ ਕੀ ਚੀਜ਼ ਹੈ। ਐਡਿਕਸ਼ਨ ਇਜ਼ ਸਮਥਿੰਗ ਵੈਰੀ, ਇਟ ਇਜ਼ ਨੋਟ ਸਬਸਟੈਂਸ। ਆਉਣ ਵਾਲੇ ਟਾਈਮ ਦੇ ਵਿੱਚ ਤਾਂ ਤੁਸੀਂ ਦੇਖਿਓ ਹੋਰ ਜ਼ਿਆਦਾ ਕੰਮ ਤੇਜ਼ ਹੋਣ ਵਾਲਾ। ਇਹ ਜਿੱਥੇ ਅਸੀਂ ਬੈਠੇ ਹਾਂ ਨਾ, ਦੇਖੋ ਸਾਡਾ ਬ੍ਰੇਨ ਉਹੀ ਹੈ ਜਿਹੜਾ ਕਿ ਜੰਗਲਾਂ ਵੇਲੇ ਸੀਗਾ। ਉਦੋਂ ਸਾਨੂੰ ਸਾਰਾ ਟਾਈਮ ਲੱਗਦਾ ਸੀ ਰੋਟੀ ਕਮਾਉਣ 'ਤੇ, ਫਿਰ ਮਿਲ ਕੇ ਇੱਕ ਕੋਈ ਰੋਟੀ ਮਿਲਦੀ ਸੀ, ਫਿਰ ਅਸੀਂ ਉਦੋਂ ਇੰਜੋਏ ਕਰਦੇ ਸੀ, ਫਿਰ ਅਸੀਂ ਮਿਹਨਤ ਕਰਦੇ ਸੀ, ਫਿਰ ਪਸੀਨਾ ਆਉਂਦਾ ਸੀ, ਥਕਾਵਟ ਹੁੰਦੀ ਸੀ, ਅਸੀਂ ਸੌਂ ਜਾਂਦੇ ਸੀ, ਰਾਤ ਹੁੰਦੀ ਸੀ। ਬ੍ਰੇਨ ਉਹੀ ਹੈ, ਬ੍ਰੇਨ ਉਹੀ ਹੈ, ਸਭ ਕੁਛ ਉਹੀ ਹੈ। ਹੁਣ ਕੀ ਹੈ ਕਿ ਜਿਹੜਾ ਕੰਮ ਅਗਲੇ 4 ਘੰਟੇ 'ਚ ਹੁੰਦਾ ਸੀ ਹੁਣ ਉਹ 4 ਮਿੰਟ 'ਚ ਹੋ ਜਾਂਦਾ। ਠੀਕ ਹੈ, ਹੁਣ ਤੁਸੀਂ ਦੱਸੋ ਜਿਹੜੇ 3 ਘੰਟੇ ਤੁਸੀਂ ਫ੍ਰੀ ਹੋ ਉਦੋਂ ਤੁਸੀਂ ਕੀ ਕਰੋਗੇ? ਯੂ ਹੈਵ ਏ ਸੋਲਿਊਸ਼ਨ ਟੂ ਦੈਟ। ਹੁਣ ਉਹ 3 ਘੰਟੇ ਨੂੰ ਅਸੀਂ, ਕਿਉਂਕਿ ਕੰਮ ਜਲਦੀ ਹੋ ਜਾਂਦੇ ਆ ਨਾ, ਹੁਣ ਜੇ ਆਪਾਂ ਇੱਥੋਂ ਜਾਣਾ ਦਿੱਲੀ ਤਾਂ ਇੱਕ ਹੁੰਦਾ ਕਿ ਬੱਸ 'ਤੇ ਜਾਣਾ, ਅੱਗੇ ਹੁੰਦੀਆਂ ਸੀ ਬੱਸਾਂ ਜਿਹੜੀਆਂ 11-12 ਘੰਟੇ, ਇੱਕ ਦਿਨ ਚੱਲੇ ਦੂਜੇ ਦਿਨ ਪਹੁੰਚੇ, ਫਿਰ ਆ ਗਈਆਂ ਟ੍ਰੇਨ, ਫਿਰ ਅੱਜ ਕੱਲ੍ਹ ਤਾਂ 5 ਘੰਟੇ ਵਾਲੀ ਟ੍ਰੇਨ ਆ ਗਈ, ਫਿਰ ਹੁਣ ਆ ਗਿਆ 22 ਘੰਟੇ 'ਚ ਪਹੁੰਚ ਜਾਓ, ਅਤੇ ਹੁਣ ਜਿਹੜੇ 4 ਘੰਟੇ ਬਚੇ ਉਹ 'ਚ ਕੀ ਕਰੇਗਾ ਬੰਦਾ? ਬੋਰ ਹੀ ਹੋਏਗਾ। ਅਤੇ ਬੋਰ ਕਿਉਂ ਹੋਏਗਾ? ਕਿਉਂਕਿ ਉਹਨੂੰ ਅਨਸਰਟਨਟੀ ਦਾ ਕਰ ਰਿਹਾ ਹੋਏਗਾ ਸੋਲਵ, ਐਂਗਜ਼ਾਇਟੀ ਹੋਏਗੀ ਫਿਊਚਰ ਬਾਰੇ, ਡਿਪਰੈਸ਼ਨ ਹੋਏਗੀ ਪਾਸਟ ਬਾਰੇ, ਨੈਚੁਰਲੀ ਬ੍ਰੇਨ 'ਤੇ 4 ਘੰਟੇ ਮਿਲ ਗਏ। ਹੁਣ ਤੁਹਾਡੇ ਕੋਲ 4 ਘੰਟੇ ਵਾਸਤੇ ਇਹੋ ਜਿਹਾ ਕੋਈ ਟੂਲ ਨਹੀਂ ਹੈ ਕਿ 4 ਘੰਟੇ ਤੁਸੀਂ ਜਿਹੜੇ ਬਚਾਏ ਹੈ ਉਹਦੇ ਵਾਸਤੇ ਤੁਹਾਡੇ ਕੋਲ ਕੋਈ ਸਬਸਟੀਟਿਊਟ ਹੋਏ। ਸੋ ਤੁਹਾਡੇ ਕੋਲ ਉਜਾਰ ਹੋਣੇ ਚਾਹੀਦੇ ਹੈ ਪਹਿਲਾਂ ਹੀ, ਕਿ ਜਦੋਂ ਮੈਂ 1 ਘੰਟੇ 'ਚ ਦਿੱਲੀ ਪਹੁੰਚ ਜੂੰਗਾ ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਮੇਰੇ ਕਿਹੜੇ ਕਿਹੜੇ ਪੈਂਡਿੰਗ ਕੰਮ ਹੈ ਜਿਹੜੇ ਮੈਂ ਕਰਨੇ ਹੈ। ਆਪਾਂ ਟਾਈਮ ਟੇਬਲ ਸੈੱਟ ਕਰ ਸਕਦੇ ਹਾਂ ਉੱਥੇ ਜਾ ਕੇ, ਆਪਾਂ ਕੋਈ ਗੱਲ ਨਹੀਂ ਜੀ, ਹਾਂ ਏਅਰਪੋਰਟ ਦੇ ਉੱਪਰ ਜਾ ਕੇ ਆਪਾਂ ਲੇਟ ਵੀ ਸਕਦੇ ਹਾਂ, ਏਅਰਪੋਰਟ 'ਤੇ ਜਾ ਕੇ ਅਸੀਂ ਵਾਕ ਵੀ ਕਰ ਸਕਦੇ ਹਾਂ, ਆਪਣੇ ਸਟੈਪ ਪੂਰੇ ਕਰ ਸਕਦੇ ਹਾਂ, ਉੱਥੇ ਜਾ ਕੇ ਅਸੀਂ ਆਪਣੇ ਆਪ ਨੂੰ ਐਕਟਿਵ ਰੱਖ ਸਕਦੇ ਹਾਂ, ਕਦੀ ਪਾਣੀ ਪੀਤਾ, ਕਦੀ ਬਾਥਰੂਮ ਗਏ, ਕਦੀ ਕੁਛ ਇਸ ਤਰ੍ਹਾਂ ਕੀਤਾ। ਸੋ ਦੇਰ ਆਰ ਸੋ ਮੈਨੀ ਥਿੰਗਸ ਵਿੱਚ ਯੂ ਕੈਨ ਸਬਸਟੀਟਿਊਟ, ਉਹ ਆਪਣਾ ਆਪਣਾ ਪੈਂਡਿੰਗ ਕੰਮ ਹੈ। ਹੁਣ ਜੇ ਤੁਸੀਂ ਇੰਨੇ ਹੀ ਓਨੈਸਟ ਹੋ ਜਾਓ ਕਿ ਤੁਹਾਨੂੰ ਪਤਾ ਰਹੇ ਤੁਹਾਡਾ ਮੂਡ ਨਹੀਂ ਠੀਕ ਰਹਿੰਦਾ, ਜਦੋਂ ਤੁਸੀਂ ਉਸ ਰੱਟ 'ਚ ਫਸ ਜਾਂਦੇ, ਓਬਸੈਸ਼ਨ 'ਚ ਫਸ ਜਾਂਦੇ ਹੋ, ਫਿਰ ਤੁਹਾਡੇ ਸੋਚਾਂ ਫਟਾਫਟ ਆਈ ਜਾਂਦੀਆਂ। ਐਂਡ ਉਹ ਸੋਚਾਂ ਕਿੱਥੋਂ ਆਉਂਦੀਆਂ ਪਈਆਂ? ਕਿੱਥੋਂ ਆਉਂਦੀਆਂ ਪਈਆਂ? ਸਾਨੂੰ ਲੱਗਦਾ ਹਾਲਾਤ 'ਚੋਂ ਆ ਰਹੀਆਂ, ਜਿਸ ਸਿਚੁਏਸ਼ਨ 'ਚ ਬੈਠੇ ਆ, ਕਿਆ ਪਤਾ ਉਸ 'ਚ ਆ ਰਹੀਆਂ ਹੁਣ। ਦੇਖੋ ਬੱਚੇ, ਆਪਾਂ ਨੂੰ ਇਹ ਲੱਗਦਾ ਨਾ ਹਾਲਾਤ 'ਚੋਂ ਆ ਰਹੀਆਂ, ਨਹੀਂ ਹਾਲਾਤ 'ਚੋਂ ਨਹੀਂ ਆ ਰਹੀਆਂ। ਹਾਂ, ਸਾਨੂੰ ਲੱਗਦਾ ਹੈ ਕਿ ਸੋਚਾਂ ਹਾਲਾਤ 'ਚੋਂ ਆ ਰਹੀਆਂ, ਪਰ ਸੋਚਾਂ ਕਿੱਥੋਂ ਆ ਰਹੀਆਂ? ਸਾਡੇ ਬ੍ਰੇਨ 'ਚ,
ਕਿਉਂਕਿ ਬ੍ਰੇਨ ਨੇ ਸੋਚਿਆ ਹੋਇਆ ਕਿ ਵੀ ਹਰ ਹਾਲਾਤ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਪਰਸੀਵ ਕਰਨੀ ਹੈ ਜਿਹਦੇ ਨਾਲ ਕਰਕੇ ਸੋਚਾਂ ਤਿਆਰ ਹੋ ਜਾਂਦੀਆਂ। ਇਨਫੈਕਟ ਵੀ ਆਰ ਅਡਿਕਟਡ ਟੂ ਆਰ ਓਬਸੈਸ਼ਨਸ ਐਂਡ ਫਿਰ ਅਸੀਂ ਜਦੋਂ ਕੁਛ ਹੋਰ ਨਹੀਂ ਨਾ ਸੋਚ ਪਾਉਂਦੇ ਤੇ ਸਾਨੂੰ ਉਹੀ ਸੋਚ ਵਾਰ ਵਾਰ ਤੰਗ ਕਰਦੀ ਹੈ ਨਾ, ਫਿਰ ਅਸੀਂ ਫੈਡ ਅਪ ਹੋ ਜਾਂਦੇ ਹਾਂ ਉਸ ਸੋਚ ਦੇ ਨਾਲ, ਫਿਰ ਅਸੀਂ ਲੜਾਈ ਕਰਦੇ ਹਾਂ। ਫਿਰ ਅਲਟੀਮੇਟਲੀ ਹੁੰਦਾ ਕੀ ਹੈ ਕਿ ਜਦੋਂ ਅਸੀਂ ਸੋਚਾਂ ਦੇ ਵਿੱਚ ਪੈ ਗਏ ਫਿਰ ਸਾਡੇ ਪੈਂਡਿੰਗ ਕੰਮ ਤੇ ਰਹੀ ਜਾਣੇ। ਹੁਣ ਜਿਹੜੇ ਪੈਂਡਿੰਗ ਕੰਮ ਆਪਾਂ ਕਰਨੇ ਸੀ ਨਹੀਂ ਕੀਤੇ, ਮੈਨੂੰ ਦੱਸੋ ਕਿ ਤੁਹਾਨੂੰ ਦੇਣਗੇ ਕੁਐਸਚਨ ਹੈ। ਜਿਹੜੇ ਪੈਂਡਿੰਗ ਕੰਮ ਸੀ, ਮਤਲਬ ਸਾਡੇ ਕੰਮ ਪਏ ਸੀ ਨਾ ਕਰਨ ਵਾਲੇ 1 2 3 4 5, ਆਪਾਂ ਨਹੀਂ ਕੀਤੇ ਤੇ ਹੁਣ ਉਹ ਕੀ ਦੇਗਾ ਤੁਹਾਨੂੰ? ਬੇਚੈਨੀ, ਬੇਚੈਨੀ, ਠੀਕ ਹੈ। ਪਰ ਬੇਚੈਨੀ ਜਿਹੜੀ ਹੈ ਉਹ ਤੁਹਾਨੂੰ ਕਹਿ ਰਹੀ ਹੈ ਕਿ ਬੋਰੀਅਤ। ਸੋ ਤੁਸੀਂ ਇਹ ਕੀ ਕਰਦੇ ਹੋ ਕਿ ਇਹ ਜਦੋਂ ਮੈਂ ਸੋਚ ਲਵਾਂਗਾ ਨਾ ਫਿਰ ਮੈਂ ਉੱਠ ਕੇ ਕੰਮ ਕਰਾਂਗਾ। ਅੱਛਾ, ਹੁਣ ਤੁਸੀਂ ਕੀ ਕਰ ਰਹੇ ਹੋ? ਸੋਚ ਨਾਲ ਲੜ ਰਹੇ ਹੋ, ਆਪਣੀ ਬੋਰੀਅਤ ਨਾਲ ਲੜ ਰਹੇ ਹੋ। ਪਰ ਤੁਹਾਡੇ ਕੋਲ ਹੈਗਾ ਸ਼ਾਰਟਕੱਟ ਜੁਗਾੜ, ਐਂਡ ਸ਼ਾਰਟਕੱਟ ਜੁਗਾੜ ਕੀ ਹੈ? ਵੀ ਕਿਸੇ ਬੰਦੇ ਨੂੰ ਫੋਨ ਕਰ ਲਿਆ ਜਾਂ ਕਿਸੇ ਰਿਸ਼ਤੇਦਾਰ ਨੂੰ ਫੋਨ ਕਰ ਲਿਆ ਤੇ ਅੱਧਾ ਪੌਣਾ ਘੰਟਾ ਗੱਲ ਕਰ ਲਈ ਤੇ ਚੁਗਲੀਆਂ ਕਰ ਲਈਆਂ। ਹਾਂ ਬਈ, ਤੇਰੇ ਘਰ ਕੀ ਸਿਆਪਾ ਪਿਆ, ਮੇਰੇ ਘਰ ਹੈ, ਤੇਰੇ ਘਰ ਏ, ਮੇਰੇ ਘਰ ਏ। ਇਹਦੇ ਨਾਲ ਕੀ ਹੋਏਗਾ ਕਿ ਉਹ ਬੋਰੀਅਤ ਖਤਮ ਹੋ ਜਾਏਗੀ। ਫੋਨ ਭਾਵੇਂ ਗਰਮ ਹੋ ਜਾਏ ਪਰ ਬੋਰੀਅਤ ਤੇ ਗਰਮ ਹੋਊਗੀ ਨਾ। ਸੋ ਹੁਣ ਬੋਰੀਅਤ ਜਦੋਂ ਉਹ ਫੋਨ ਬੰਦ ਹੋਏਗਾ ਉਸ ਤੋਂ ਬਾਅਦ ਫਿਰ ਇੱਕ ਬੋਰੀਅਤ ਆਏਗੀ। ਫਿਰ ਬੰਦਾ ਕੁਛ ਸੋਚੇਗਾ ਕਿ ਕੁਛ ਖਾ ਪੀ ਲਈਏ, ਮਤਲਬ ਕੋਈ ਨਾ ਕੋਈ ਤਾਂ ਉਹਨੇ ਰੱਖੇ ਹੁੰਦੇ ਆ ਨਾ। ਹੁਣ ਉਹ ਸਾਡੇ ਬ੍ਰੇਨ ਨੇ ਸਿੱਖੇ ਹੋਏ ਆ ਤਰੀਕੇ, ਬਟ ਇਹ ਪ੍ਰੋਗਰਾਮ ਕਹਿੰਦਾ ਹੈ ਕਿ ਇਹਦੇ 'ਚ ਕੋਈ ਹੱਲ ਨਹੀਂ ਹੈ, ਇਹਦਾ ਕੋਈ ਲੌਂਗ ਲਾਸਟਿੰਗ ਰਿਜ਼ਲਟ ਨਹੀਂ ਹੈ। ਅਨਲੈਸ ਅਨਟਿਲ ਯੂ ਅਪਲਾਈ ਐਂਡ ਟੈਲ ਯੂਅਰ ਸੈਲਫ ਕਿ ਇਹ ਜਿਹੜੀ ਮੇਰੇ ਬ੍ਰੇਨ ਨੇ ਸਿੱਖੀ ਸਿਖਾਈ ਗੱਲ ਹੈ ਜਿਹੜੀ ਮੇਰੇ ਦਿਮਾਗ 'ਚ ਪਾਉਂਦਾ ਪਿਆ, ਮੈਂ ਇਹਦਾ ਇਹਨੂੰ ਇੱਕਦਮ ਨਾਰਾਜ਼ ਨਹੀਂ ਕਰ ਸਕਦਾ। ਮੈਂ ਇਹਨੂੰ ਕਹਿਣਾ ਕਿ ਭਾਈ ਤੁਸੀਂ ਬੈਠੋ, ਤੁਹਾਡਾ ਕੰਮ ਹੋਏਗਾ, ਪਰ ਤੁਸੀਂ ਹਾਲੇ ਠਹਿਰ ਜਾਓ, ਹਾਲੇ ਮੈਨੂੰ ਇਹ 2-4 ਕੰਮ ਨਿਪਟਾ ਲੈਣ ਦਿਓ, ਇਹ ਕਰਕੇ ਫਿਰ ਮੈਂ ਤੁਹਾਡੇ ਵੱਲ ਆਉਣਾ। ਅਤੇ ਆਪਾਂ ਬਰੀ ਟਾਈਮ ਰੱਖਿਆ ਹੋਇਆ, ਸ਼ਾਮ ਨੂੰ ਕਰ ਲਵਾਂਗੇ, ਕੋਈ ਗੱਲ ਨਹੀਂ, ਸੌਣ ਤੋਂ ਪਹਿਲਾਂ ਅੱਧਾ ਘੰਟਾ ਬਰੀ ਕਰਕੇ ਫਿਰ ਚੱਲ ਜਾਵਾਂਗੇ, ਸਵੇਰੇ 8 ਤੋਂ 8:30 ਵਜੇ ਤੱਕ ਬਰੀ ਟਾਈਮ ਕਰਾਂਗੇ, ਉਸ ਤੋਂ ਬਾਅਦ ਤੁਹਾਡੀ ਛੁੱਟੀ ਕਰ ਲਓ। ਫਿਰ ਜਦੋਂ ਕਹੋ ਨਾ ਵੀ 8 ਤੋਂ 8:30 ਕਰਨਾ, ਫਿਰ ਪੱਕਾ ਕਰ ਲਓ ਵੀ ਬਰੀ ਕਰਨੀ ਕਰਨੀ ਹੁਣ ਐਸ, ਪਰ 8:30 ਤੋਂ ਬਾਅਦ ਫਿਰ ਬਰੀ ਨਹੀਂ ਕਰਨੀ। ਫਿਰ ਬ੍ਰੇਨ ਨੂੰ ਕੀ ਸਮਝ ਆਏਗਾ ਕਿ ਮੈਂ ਨਹੀਂ ਹਾਂ, ਮੈਂ ਨਹੀਂ ਹੈਗਾ, ਅਸਲੀ 'ਚ ਮੇਰਾ ਇੱਕ ਹੋਰ ਵੀ ਪਾਰਟ ਹੈਗਾ ਜਿਹੜਾ ਕਿ ਸੁਲਝਿਆ ਹੋਇਆ ਅਤੇ ਬੜਾ ਸਿਆਣਾ ਪਾਰਟ ਹੈ, ਇਹ ਸਿਆਣੇ ਫੈਸਲੇ ਕਰਦਾ, ਮੈਨੂੰ ਇਹਦੀ ਵੀ ਲੋੜ ਹੈ, ਮੈਨੂੰ ਉਹਦੀ ਵੀ ਲੋੜ ਹੈ। ਸੋ ਬ੍ਰੇਨ ਨੂੰ ਇਹ ਚੀਜ਼ ਸਮਝਾਉਣੀ ਪਏਗੀ ਕਿ ਤੂੰ ਹੀ ਨਹੀਂ ਸਾਰਾ, ਯੂ ਆਰ ਨੋਟ ਦ ਕਿੰਗ, ਯੂ ਆਰ ਮਾਈ ਸਬਾਰਡੀਨੇਟ, ਆਈ ਕੈਨ ਡਾਇਰੈਕਟ ਯੂ। ਜੇ ਤੁਸੀਂ ਬ੍ਰੇਨ ਨੂੰ ਇਹ ਸਿਖਾਓਗੇ ਨਾ ਕਿ ਜਦੋਂ ਮੈਂ ਤੈਨੂੰ ਕਹਾਂਗਾ ਕਿ ਬਸ ਹੋਰ ਨਹੀਂ, ਮੈਂ ਆਪਣੇ ਪੈਂਡਿੰਗ ਕੰਮ ਕਰਨ ਜਾ ਰਿਹਾ ਅਤੇ ਮੈਨੂੰ ਇੰਟਰਫੇਅਰ ਨਾ ਕਰ, ਡਿਸਟਰਬ ਨਾ ਕਰ, ਤਾਂ ਬ੍ਰੇਨ ਇਹ ਵੀ ਸਿੱਖ ਲਏ। ਥੋੜਾ ਮੁਸ਼ਕਿਲ ਲਗਤਾ ਹੈ ਬੱਚੇ, ਆਈ ਕੈਨ ਟੈਲ ਯੂ, ਬੋਰੀਅਤ ਇਜ਼ ਅ ਸਮ ਟੋਟਲ ਆਫ ਐਂਗਜ਼ਾਇਟੀ, ਡਾਇਲੂਟਿਡ ਐਂਗਜ਼ਾਇਟੀ ਐਂਡ ਸਮ ਸੋਰਟ ਆਫ ਡਿਪਰੈਸ਼ਨ ਆਲਸੋ। ਬੱਚੋਂ ਮੇਂ ਜੈਸੇ ਅਬ ਆਜ ਕਲ ਸਕੂਲਸ ਬੰਦ ਹੈ ਤੋ ਸਪੈਸ਼ਲੀ ਮੇਰੇ ਬੱਚੇ ਆ ਕੇ ਕਹਤੇ ਮੰਮਾ ਬੋਰ ਹੋ ਰਿਹਾ ਕਿਆ ਕਰੇ, ਟੀ ਵੀ ਦੇਖ ਲੈ, ਮਤਲਬ ਸੋ ਦੇਖੇ ਨਾ ਟੀ ਵੀ ਦੇਖਣਾ, ਇਹ ਚੀਜ਼ਾਂ ਕਰਨੀ, ਇਹ ਵਨ ਟਾਈਮ ਸੋਲਿਊਸ਼ਨ ਨਹੀਂ ਹੈ। ਅਲਟੀਮੇਟਲੀ ਫਿਰ ਤੋਂ ਆਪਕੋ ਟੀ ਵੀ ਬੋਲੇਗਾ ਕਿ ਤੂੰ ਬੋਰ ਹੋ ਯਾਰ,
ਮਤਲਬ ਬ੍ਰੇਨ ਵਰਕਸ ਇਨ ਅ ਵੇ, ਤੁਸੀਂ ਕਰ ਰਹੇ ਹੋ ਨਾ, ਉਹ ਬ੍ਰੇਨ ਨੇ ਕਹਿਣਾ ਇੱਕ ਵਾਰੀ ਹੋਰ ਕਰ। ਅੱਛਾ, ਪਹਿਲਾਂ ਤੁਸੀਂ ਇਸ ਕਰਕੇ ਟੀ ਵੀ ਦੇਖ ਰਹੇ ਸੀ ਕਿਉਂਕਿ ਤੁਸੀਂ ਬੋਰ ਹੋ ਰਹੇ, ਹੁਣ ਤੁਸੀਂ ਟੀ ਵੀ ਇਸ ਕਰਕੇ ਦੇਖ ਰਹੇ ਹੋ ਕਿਉਂਕਿ ਤੁਹਾਡੇ ਦਿਮਾਗ ਨੂੰ ਆਦਤ ਪੈ ਗਈ ਟੀ ਵੀ ਦੇਖਣ ਦੀ। ਮਤਲਬ ਅਲਟੀਮੇਟਲੀ ਵਟ ਯੂ ਹੈਵ ਲਰਨਡ ਇਜ਼ ਕਿ ਯੂਅਰ ਬ੍ਰੇਨ ਲਰਨਸ ਵਟ ਐਵਰ ਯੂ ਡੂ। ਬ੍ਰੇਨ ਕਹਿੰਦਾ ਹੁਣ ਟੀ ਵੀ ਦੇਖਣ ਦਾ ਕੰਮ ਮੈਂ ਕਰ ਲੈਣਾ, ਤੂੰ ਕੋਈ ਹੋਰ ਕੰਮ ਕਰ, ਅੱਗੇ ਦਾ ਕੰਮ ਕਰ। ਸੋ ਤੁਸੀਂ ਇਹ ਦੇਖੋ ਕਿ ਜਿਹੜੀ ਚੀਜ਼ ਤੁਸੀਂ ਆਪਣੇ ਆਪ ਨੂੰ ਕਰਾ ਰਹੇ ਹੋ ਨਾ, ਇਹ ਟ੍ਰਿਕਲ ਡਾਊਨ ਹੋ ਕੇ ਕੱਲ੍ਹ ਨੂੰ ਬ੍ਰੇਨ ਦਾ ਹਿੱਸਾ ਬਣ ਜਾਣੀ ਹੈ ਅਤੇ ਕੱਲ੍ਹ ਨੂੰ ਤੁਸੀਂ ਉਹ ਤੋਂ ਤੰਗ ਹੋ ਗਏ। ਜਿਹੜੇ ਲੋਕ ਕਹਿੰਦੇ ਆ ਨਾ ਕਿ ਮੈਂ ਬਾਹਰ ਬਹੁਤ ਵਧੀਆ ਅਤੇ ਘਰ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ, ਬਾਹਰ ਕੀ ਹੁੰਦਾ ਕਿ ਬੰਦਾ ਆਪਣੇ ਕੌਨਸ਼ੀਅਸ ਮਾਇੰਡ ਨਾਲ ਬੜਾ ਵੈਲ ਬਿਹੇਵਡ, ਇਹ ਗੱਲ ਕਰਨੀ ਹੈ ਨਹੀਂ ਕਰਨੀ, ਨਾਰਾਜ਼ ਨਾ ਹੋ ਜਾਏ ਉਹ ਨਾ ਹੋ ਜਾਏ, ਘਰ ਆਉਂਦਿਆਂ ਸਾਰੋ ਸਾਰੀ ਉਹਦੀ ਪੜਾਸ ਭਰੀ ਹੁੰਦੀ ਹੈ, ਸਾਰੀ ਕੱਢ ਦਿੰਦਾ ਆ ਕੇ, ਲੈ ਬਈ ਹੁਣ ਤੂੰ ਸਵੇਰ ਤੋਂ ਆਇਆ। ਅਤੇ ਬ੍ਰੇਨ ਨੇ ਕੀ ਸਿੱਖ ਲਿਆ, ਬ੍ਰੇਨ ਨੇ ਕੀ ਸਿੱਖ ਲਿਆ ਕਿ ਦੇਅਰ ਕੈਨ ਬੀ ਟੂ ਵੇਜ਼ ਆਫ ਲਿਵਿੰਗ, ਵਨ ਇਜ਼ ਫੋਰ ਦਾ ਆਊਟਵਰਡ ਵਰਲਡ, ਜਿੱਥੇ ਤੁਸੀਂ ਗੋਡਿਆਂ ਦੇ ਹੱਥ ਲਾਉਂਦੇ ਹੋ, ਪੈਰੀ ਹੱਥ ਲਾਉਂਦੇ ਹੋ, ਰਿਸਪੈਕਟ ਕਰਦੇ ਹੋ, ਅੰਕਲ ਜੀ ਅੰਕਲ ਜੀ ਤੁਹਾਡਾ ਕੀ ਹਾਲ ਹੈ, ਤੁਹਾਡੀ ਸਿਹਤ ਦਾ ਕੀ ਹਾਲ ਹੈ, ਐਂਡ ਬਾਈ ਦਾ ਟਾਈਮ ਯੂ ਰੀਚ ਹੋਮ ਤੁਹਾਡਾ ਉਹ ਕਹਿੰਦਾ ਆ ਗਿਆ ਵੀ ਲੈ ਹੁਣ ਤੂੰ ਸਾਰੇ ਦਿਨ ਦੀ ਪੜਾਸ ਕੱਢ ਲੈ। ਅਗਲੇ ਨੂੰ ਸਮਝ ਨਹੀਂ ਆਉਂਦੀ ਜਿਹੜਾ ਘਰ ਬੈਠਾ ਹੁੰਦਾ ਵੀ ਆਇਆ ਕਦੋਂ ਹੈ ਅਤੇ ਇਹ ਕੀ ਹੋ ਗਿਆ, ਇੱਕਦਮ ਕੀ ਹੋ ਗਿਆ, ਮੈਂ ਤਾਂ ਕੁਛ ਕੀਤਾ ਵੀ ਨਹੀਂ। ਸਾਡੇ ਘਰਾਂ 'ਚ ਇਹ ਵੀ ਹੁੰਦਾ ਕਿ ਮੈਂ ਕੀਤਾ ਤਾਂ ਉਹ ਕਰੇ, ਤੁਹਾਨੂੰ ਮੈਂ ਨਹੀਂ ਕੀਤਾ ਹੁੰਦਾ, ਬਟ ਇਹ ਵੀ ਬ੍ਰੇਨ ਸਿੱਖਿਆ ਹੁੰਦਾ ਕਿ ਅੱਛਾ ਹਾਂ ਕਿ ਇਹ ਮੇਰੇ ਕਰਕੇ ਹੈ। ਮੇਰੇ ਕੋਲ ਆਮ ਆਉਂਦੇ ਪੇਰੈਂਟਸ ਕਹਾਂ ਕੇ ਕਹਿੰਦੇ ਡਾਕਟਰ ਸਾਹਿਬ ਬਾਹਰ ਤਾਂ ਚੰਗਾ ਭਲਾ ਹੁੰਦਾ, ਜਦੋਂ ਘਰ ਆਉਂਦਾ ਤਾਂ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ, ਹੁੰਦਾ ਕੀ ਹੈ। ਇਹ ਜਦੋਂ ਵੀ ਅਸੀਂ ਕਹਿੰਦੇ ਨਾ ਪਤਾ ਨਹੀਂ ਕੀ ਹੋ ਜਾਂਦਾ, ਇਹਦਾ ਮਤਲਬ ਹੁੰਦਾ ਕਿ ਬ੍ਰੇਨ ਸਾਹਿਬ ਬੈਠੇ ਹੁੰਦੇ ਆ ਤਾਕ ਲਾ ਕੇ ਵੀ ਇਹ ਪਹੁੰਚੇ ਸਹੀ ਘਰ ਅਤੇ ਫਿਰ ਮੈਂ ਇਹਨੂੰ ਦੱਸੂੰਗਾ। ਇਹਦਾ ਮਤਲਬ ਤੁਸੀਂ ਗੁੰਜਾਇਸ਼ ਛੱਡੀ ਹੋਈ ਹੈ ਕਿ ਐਨੀਮਲ ਬ੍ਰੇਨ ਨੂੰ ਕੰਮ 'ਚ ਲਿਆਉਣਾ ਹੀ ਲਿਆਉਣਾ। ਹਾਂ ਤੁਸੀਂ ਸਵੇਰੇ ਬੜਾ ਸੰਭਾਲ ਕੇ ਰੱਖਦੇ ਹੋ, ਨਾ ਬੋਲੀ ਯਾਰ, ਨਾ ਬੋਲਿੰਗ ਨੌਕਰੀ ਚੱਲ ਜੂਗੀ, ਬੋਸ ਨਾਲ ਨਹੀਂ ਪੰਗਾ ਲੈਣਾ, ਇਹਦੇ ਨਾਲ ਨਹੀਂ ਪੰਗਾ ਲੈਣਾ, ਉਹ ਨਾਰਾਜ਼ ਹੋ ਜੇ, ਐਵੇਂ ਕਿਤੇ ਜਾਂਦਾ ਰਹੇਗਾ। ਪਰ ਇਹ ਹੈ ਕਿ ਬ੍ਰੇਨ ਸਾਹਿਬ ਨੂੰ ਇਹ ਬਾਅਦ 'ਚ ਨਹੀਂ ਪਤਾ ਹੁੰਦਾ, ਇੱਕ ਟਾਈਮ 'ਤੇ ਬ੍ਰੇਨ ਫਿਰ ਉੱਥੇ ਵੀ ਪੰਗਾ ਪਾ ਦਿਉ ਐਂਡ ਫਿਰ ਤੁਹਾਡੇ ਵੱਡੇ ਵੱਡੇ ਨੁਕਸਾਨ ਹੋ ਜਾਂਦੇ। ਆਪਾਂ ਨੂੰ ਕੇਜ ਕਰਕੇ ਰੱਖਿਆ, ਹੁਣ ਬ੍ਰੇਨ ਤਾਂ ਇੱਕੋ ਹੀ ਕੁਆਲਿਟੀ ਹੈ ਕਿ ਬ੍ਰੇਨ ਨੂੰ ਤੁਸੀਂ ਜੋ ਸਿਖਾਓਗੇ ਨਾ, ਐਨੀਥਿੰਗ ਯੂ ਵੁੱਡ ਡੂ ਫਾਰ 100 ਡੇਜ਼ 200 ਡੇਜ਼ ਅਲਟੀਮੇਟਲੀ ਇਟ ਵਿਲ ਟ੍ਰਿਕਲ ਡਾਊਨ ਟੂ ਬ੍ਰੇਨ। ਇਹਦਾ ਮਤਲਬ ਹੈ ਕਿ ਤੁਸੀਂ ਕਹਿੰਦੇ ਹੋ ਨਾ ਕਿ ਬਾਣੀ ਸੁਣੋ, ਇਹਦਾ ਕੀ ਫਾਇਦਾ ਹੋਏਗਾ, ਕੀਰਤਨ ਸੁਣੋ ਉਹਦਾ ਕੀ ਫਾਇਦਾ ਹੋਏਗਾ, ਭਜਨ ਗਾਉਂਦੇ ਹਾਂ ਉਹਦਾ ਕੀ ਫਾਇਦਾ, ਉਹਦਾ ਫਾਇਦਾ ਇਹ ਹੋਏਗਾ ਕਿ ਉਹ ਤੁਹਾਡੇ ਬ੍ਰੇਨ ਦੇ ਵਿੱਚ ਨਹੀਂ ਸਮਝ ਆਉਂਦਾ, ਕੋਈ ਗੱਲ ਨਹੀਂ, ਪਰ ਤੁਹਾਡੇ ਬ੍ਰੇਨ 'ਚ ਉਹ ਟ੍ਰਿਕਲ ਡਾਊਨ ਕਰ ਲੈਣਾ। ਉਹਨੇ ਕੁਛ ਨਾ ਕੁਛ, ਜਦੋਂ ਤੁਸੀਂ ਇੱਕ ਵੀ ਬਾਬਾ ਜੀ ਦੀ ਇੱਕ ਤੁਕ ਸੁਣਦੇ ਹੋ ਤਾਂ ਤੁਹਾਡੇ ਬ੍ਰੇਨ ਨੂੰ ਇੱਕਦਮ ਬੜਾ ਰਿਲੀਫ ਮਿਲਦਾ, ਬਟ ਇਹ ਹੈ ਕਿ ਥੋੜ੍ਹੀ ਦੇਰ ਬਾਅਦ ਉਹ ਫਿਰ ਰਿਲੀਫ ਚੱਲ ਜਾਂਦਾ। ਇਹਦਾ ਮਤਲਬ ਕੀ ਹੁੰਦਾ ਕਿ ਥੋੜ੍ਹੀ ਦੇਰ ਵਾਸਤੇ ਪ੍ਰੀ ਫਰੰਟਲ ਕੋਰਟੈਕਸ ਉਹਨੂੰ ਕਹਿੰਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ, ਤੇਰੇ ਨਹੀਂ ਸੋਚਿਆ ਸੋਚ ਕੁਛ ਹੋਣਾ, ਤੂੰ ਐਵੇਂ ਸੋਚੀ ਜਾਂਦਾ ਮਤਲਬ। ਪਰ ਬ੍ਰੇਨ ਥੋੜ੍ਹੀ ਦੇਰ ਬਾਅਦ ਫਿਰ ਆ ਜਾਂਦਾ, ਬਾਈ ਦਾ ਟਾਈਮ ਅਸੀਂ ਉਹ ਤੁੱਕ ਭੁੱਲਦੇ ਹਾਂ, ਅਸੀਂ ਨੈਕਸਟ ਪ੍ਰੋਸੈਸ 'ਚ ਜਾਂਦੇ ਹਾਂ, ਸਾਡਾ ਬ੍ਰੇਨ ਫਿਰ ਐਕਟਿਵ ਹੋ ਜਾਂਦਾ। ਫਾਦਰ ਨੂੰ ਵੀ ਆਦਤ
ਬ੍ਰਦਰ ਨੂੰ ਯਾਦ ਆਉਂਦਾ। ਆ ਗਏ ਅਜੇ ਜੀ there are certain questions I won't be able to answer. ਸ਼ੌਂਕ ਨੀ ਹੈਗਾ ਉਹ ਕਦੀ ਮਤਲਬ ਬੁਲਾ ਲੇ। ਤੁਹਾਨੂੰ ਕੀ ਲੱਗਦਾ ਇਹ ਸ਼ੌਂਕ ਹੈ ਕਿ ਬਿਮਾਰੀ ਹੈ? ਸ਼ੌਂਕ ਚ ਹੁੰਦਾ ਕਿ ਤੁਸੀਂ ਥੋੜੀ ਦੇਰ ਕੰਮ ਕਰਦੇ ਹੋ, ਫਿਰ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰਦੇ ਹੋ ਉਸ ਚੀਜ਼ ਤੋਂ, ਫਿਰ ਇੱਕ ਨੈਕਸਟ ਕੰਮ ਕਰਦੇ ਹੋ, ਫਿਰ ਉਸ ਤੋਂ ਬਾਅਦ ਇੱਕ ਨੈਕਸਟ ਕੰਮ ਕਰਦੇ ਹੋ। ਪਰ ਬਿਮਾਰੀ ਉਦੋਂ ਹੈ ਜਦੋਂ ਤੁਸੀਂ ਹੋਰ ਕੋਈ ਦੁਨੀਆ ਦਾ ਕੰਮ ਕਰ ਹੀ ਨਾ ਸਕੋ, ਬਸ ਤੁਸੀਂ ਉਹਦੇ ਵਿੱਚ ਹੀ ਰੈਗੂਲਰ ਆ ਕੇ ਸਕੂਲ ਦਾ ਹੁਕਮ ਵਗੈਰਾ ਕਰ ਲਿਆ, ਹੁਣ ਫਾਈਨ ਪੇਪਰ ਚੱਲਦੇ ਹੋਏ ਪੜ੍ਹ ਲਿਆ, ਟਾਈਮਿੰਗ ਘਟੀ ਹੋਈ ਹੈ। ਵੁੱਡ ਯੂ ਲਾਈਕ ਟੂ ਕਮ? ਮੈਂ ਅੱਜ ਦੀ ਤੁਹਾਨੂੰ ਇੱਕ ਐਗਜ਼ਾਮਪਲ ਸੁਣਾਉਣਾ। ਦੇਰ ਵਾਜ਼ ਅ ਨਿਊਜ਼ ਇਨ ਦਾ ਮਾਰਨਿੰਗ, ਯੂ ਮਾਈਟ ਹੈਵ ਸੀਨ ਇਟ, ਕਿ ਇੱਕ ਬੰਦਾ ਸੀਗਾ ਉਹਦਾ ਮੋਬਾਈਲ ਬਾਥਰੂਮ ਦੀ ਉਹਦੇ ਵਿੱਚ ਡਿੱਗ ਗਿਆ। ਹੀ ਟ੍ਰਾਈਡ ਹਿਸ ਬੈਸਟ ਪਰ ਉਹ ਵਾਪਸ ਨਹੀਂ ਆਇਆ, ਰਾਈਟ? ਇਹ ਅਮਿਗਡਾਲਾ ਹੈ। ਅੱਛਾ, ਜੇ ਤਾਂ ਕੋਈ ਰੀਅਲ ਐਮਰਜੈਂਸੀ ਹੈ ਤਾਂ ਇਟਸ ਓਕੇ, ਬਟ ਜਿਹੜੀ ਚੈੱਕ ਕਰਨਾ ਹੁਣ, ਦੇਖੋ ਨਾ ਆਪਾਂ ਚੈੱਕ ਕਰਾਂਗੇ ਜਦੋਂ ਵੀ ਅਮਿਗਡਾਲਾ ਆਨ ਹੋਏਗਾ, ਇਟ ਇਜ਼ ਐਨ ਅਰਜੈਂਸੀ ਕਿ ਸਾਰਾ ਕੰਮ ਛੱਡ ਕੇ ਪਹਿਲਾਂ ਇਹਨੂੰ ਚੈੱਕ ਕਰੀਏ ਕਿ ਰੀਅਲ ਪ੍ਰੋਬਲਮ ਹੈ ਕਿ ਪਰਸੀਵਡ ਹੈ, ਵਾਕਈ ਕੋਈ ਬੰਦਾ ਅੰਦਰ ਤਾਂ ਨਹੀਂ ਫਸ ਗਿਆ। ਸੋ ਇਟ ਇਜ਼ ਅਮਿਗਡਾਲਾ, ਅਮਿਗਡਾਲਾ ਇਹ ਕੰਮ ਕਰਦਾ। ਪਰ ਅਮਿਗਡਾਲਾ ਤੇ ਹਰ ਵੇਲੇ ਆਉਣ ਰਹੇ, ਹੁਣ ਆਫ ਹੋ ਗਿਆ, ਉਸ ਤੋਂ ਬਾਅਦ ਵੀ ਅਮਿਗਡਾਲਾ ਆਉਣ ਰਹੇ। ਸਮਝ ਤੁਸੀਂ ਬੇਚੈਨੀ ਕੀ ਚੀਜ਼ ਹੈ? ਬੇਚੈਨੀ ਬਾਬਾ ਜੀ ਨੇ ਬਣਾਈ ਚੰਗੇ ਵਾਸਤੇ ਹੈ, ਬਟ ਇਹ ਹੈ ਕਿ ਬੇਚੈਨੀ ਜਦੋਂ ਉਹ ਖਤਮ ਹੋ ਗਈ ਚੀਜ਼, ਤਾਂ ਫਿਰ ਤੁਸੀਂ ਕੰਫਰਟੇਬਲ ਹੋ ਜਾਓ, ਫਿਰ ਤੁਸੀਂ ਆਪਣੇ ਕੰਮ ਤੇ ਲੱਗ ਜਾਓ। ਪਰ ਜੇ ਹਾਲੇ ਵੀ ਸਾਨੂੰ ਉਹ ਖਿਆਲ ਆਈ ਜੇ ਜਾਂ ਸਾਡੇ ਮਨ ਚੋਂ ਗੱਲ ਨਾ ਨਿਕਲੇ, ਤੇ ਫਿਰ ਇਹ ਅਮਿਗਡਾਲਾ ਬਿਮਾਰ ਹੋ ਗਿਆ। ਫਿਰ ਹੁਣ ਅਸੀਂ ਅਮਿਗਡਾਲਾ ਵਾਲੀ ਲਾਈਫ ਜੀ ਰਹੇ ਹਾਂ, ਜਿਹਦੇ ਵਿੱਚ ਅਸੀਂ ਫਾਈਟ ਐਂਡ ਫਲਾਈਟ, ਜਾਂ ਅਸੀਂ ਉੱਠਦੇ ਫਿਰਦੇ ਹੋਵਾਂਗੇ, ਜਾਂ ਅਸੀਂ ਕਿਸੇ ਨੂੰ ਖਤਮ ਕਰ ਰਹੇ ਹੋਵਾਂਗੇ, ਜਾਂ ਅਸੀਂ ਸੋਚ ਰਹੇ ਹੋਵਾਂਗੇ ਮੈਨੂੰ ਖਤਮ ਕਰ ਦੇ। ਬੰਦੇ ਦੇ ਵਿੱਚ ਇੱਕੋ ਹੀ ਇੰਸਟਿੰਕਟ ਹੁੰਦੀ ਹੈ, ਐਨੀਮਲਿਸਟਿਕ ਇੰਸਟਿੰਕਟ, ਕਿ ਜੇ ਮੈਂ ਇਹਨੂੰ ਨਾ ਖਤਮ ਕੀਤਾ, ਮੈਨੂੰ ਨਾ ਇਕੱਲੇ ਖਤਮ ਕਰ ਦੇ। ਅੱਛਾ, ਮੈਂ ਤੁਹਾਨੂੰ ਅੱਜ ਦੀ ਐਗਜ਼ਾਮਪਲ ਦੱਸ ਰਿਹਾ ਸੀਗਾ ਕਿ ਅੱਜ ਸਵੇਰੇ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਕਿ ਵੀ ਇੱਕ ਬੰਦਾ ਉਹਦਾ ਮੋਬਾਈਲ ਬਾਥਰੂਮ 'ਚ ਡਿੱਗ ਪਿਆ, ਉਹ ਟ੍ਰਾਈਡ, ਉਹ ਨਹੀਂ ਬਾਹਰ ਆ ਸਕਿਆ, ਉਹਨੂੰ ਆ ਕੇ ਇੰਨਾ ਜ਼ਬਰਦਸਤ ਇੰਪਲਸ ਆਈ, ਗੁੱਸਾ ਚੜਿਆ ਜਾਂ ਫਰਸਟ੍ਰੇਸ਼ਨ ਆਈ, ਉਹਨੇ ਆਪਣੀ ਕਾਰ ਡਰਾਈਵ ਕੀਤੀ ਸੁਸਾਈਡਲ ਅਟੈਂਪਟ ਵਾਸਤੇ। ਬਟ ਉਹਦੇ ਵਿੱਚ ਇੱਕ ਹੋਰ ਅਨਲੱਕੀ ਪਾਰਟ ਹੋ ਗਿਆ ਕਿ ਇੱਕ ਬੰਦਾ ਉਹਦੇ ਜਦੋਂ ਆਪਣੀ ਕਾਰ ਕਿਸੇ ਚੀਜ਼ ਦੇ ਵਿੱਚ ਮਾਰਨ ਲੱਗਾ ਸੀਗਾ, ਉਹਦੇ ਵਿੱਚ ਇੱਕ ਬੰਦਾ ਲਪੇਟ 'ਚ ਆ ਗਿਆ ਅਤੇ ਉਹ ਬੰਦੇ ਦੀ ਵੀ ਡੈਥ ਹੋ ਗਈ। ਸੋ ਦ ਪਰਸਨ
who lost the mobile in the bathroom ultimately caused the killing of two people. ਇੱਕ ਉਹਨੇ ਆਪਣਾ ਸੁਸਾਈਡ ਕੀਤਾ, ਇੱਕ ਜਿਹੜਾ ਬੰਦਾ ਵਿਚਾਰਾ ਰੋਡ ਤੇ ਸੀਗਾ ਬਿਕੋਜ਼ ਹੀ ਵਾਜ਼ ਡਰਾਈਵਿੰਗ ਰੈਸ਼। ਹੁਣ ਤੁਸੀਂ ਇਹਨੂੰ ਐਨਾਲਾਈਜ਼ ਕਰਕੇ ਦੱਸੋ ਵੀ ਇਹ ਕੀ ਹੈ, ਆਪਣੇ ਆਪ ਨਾਲ ਕਿੱਥੇ ਕਿੱਥੇ ਜਾਂਦੀ ਹੈ ਗੱਲ। ਮਤਲਬ ਦੇਖੋ ਜੋ ਨਿਊਜ਼ ਹੈ ਉਹ ਹੈਗੀ ਬੜੀ ਸੈਂਸੇਸ਼ਨਲ ਇੰਟਰਸਟਿੰਗ ਕਹਿੰਦੇ ਨਿਊਜ਼, ਪਰ ਸਾਡੇ ਵਾਸਤੇ ਉਹਦਾ ਕੀ ਮਤਲਬ ਹੈ? ਤੁਸੀਂ ਦੱਸੋ ਹੁਣ ਕਿ ਕਿਸ ਕਿਉਂ ਹੋਇਆ ਹੋਏਗਾ। ਮੈਂਟਲ ਹੈਲਥ ਨੂੰ ਨਹੀਂ ਚੈੱਕ ਕਰਦੇ, ਕਿਉਂ ਉਸ ਵੇਲੇ ਨਹੀਂ ਸੀ ਹੋਣ ਵਾਲਾ ਕੰਮ। ਇਹ ਪਹਿਲਾਂ ਤੂੰ ਆਪਣੀ ਮੈਂਟਲ ਹੈਲਥ ਦੇਖਣੀ ਸੀ ਕਿ ਜਿਹੜਾ ਅਸੀਂ ਪ੍ਰੂਫ ਹੈ ਜੀ। ਮੈਂ ਕੀ ਇਹ ਪੁਆਇੰਟ ਵੀ ਹੈ ਕਿ ਉਸਕੇ ਲਈ ਇੱਕ ਫੋਨ ਆਪਣੇ ਆਪ ਸੇ ਜ਼ਿਆਦਾ ਇੰਪੋਰਟੈਂਟ ਥਾ। ਯੈਸ, ਮਤਲਬ ਇੱਕ ਮਟੀਰੀਅਲਿਸਟਿਕ ਥਿੰਗ ਖੁਦ ਸੇ ਜ਼ਿਆਦਾ ਇੰਪੋਰਟੈਂਟ ਥੀ, ਜੋ ਅੱਜ ਕੱਲ ਸਭ ਕੇ ਲਈ ਹੈ। ਯੈਸ, ਦਿਸ ਇਜ਼ ਅ ਲੈਸਨ ਟੂ ਲਰਨ ਬੱਚੇ, ਕਿ ਅਸੀਂ ਇੰਨੇ ਹੀ ਆਪਣੇ ਆਪ ਦੀ ਡੀਵੈਲਿਊਏਸ਼ਨ ਕਰਤੀ ਹੈ ਕਿ ਸਾਡੀ ਵੈਲਿਊ ਸਿਰਫ ਫੋਨ ਦੇ ਨਾਲ ਹੈ। ਸਾਡੇ ਕੋਲ ਫੋਨ ਨਹੀਂ ਹੈ ਤਾਂ ਸਾਡੀ ਜਾਨ ਨਿਕਲ ਜਾਂਦੀ ਹੈ। ਉਹਦਾ ਮਤਲਬ ਕੀ ਹੋਇਆ ਕਿ ਜਦੋਂ ਉਹਦਾ ਫੋਨ ਡਿੱਗਾ, ਉਹਦਾ ਐਮਿਗਡਾਲਾ ਔਨ ਹੋ ਗਿਆ ਐਂਡ ਹੀ ਹੈਡ ਨੋ ਅਦਰ, ਉਹਦੇ ਕੋਲ ਕੋਈ ਔਜ਼ਾਰ ਨਹੀਂ ਸੀਗੇ, ਕੋਈ ਉਹਦੇ ਕੋਲ ਸਕਿੱਲਸ ਨਹੀਂ ਸੀਗੇ ਕਿ ਉਸ ਟਾਈਮ ਨੂੰ ਟਪਾ ਸਕਦਾ। ਉਹਨੇ ਜਾ ਕੇ ਗੱਡੀ ਫੜੀ ਅਤੇ ਗੱਡੀ ਰੈਸ਼ ਡਰਾਈਵਿੰਗ ਕੀਤੀ ਕਿ ਮੈਂ ਜਾ ਕੇ ਆਪਣੇ ਆਪ ਨੂੰ ਸੁਸਾਈਡ ਕਰਨਾ ਐਂਡ ਰਸਤੇ 'ਚ ਇੱਕ ਬੰਦਾ ਵਿਚਾਰਾ ਉਸ ਤਰ੍ਹਾਂ ਕਰਵਲ ਕਰ ਰਿਹਾ ਸੀ, ਉਹ ਵੀ ਰਸਤੇ 'ਚ ਆ ਗਿਆ ਐਂਡ ਹੀ ਆਲਸੋ ਡਾਈਡ, ਉਹਨੂੰ ਵੀ ਨਾਲ ਧਰਾਉਂਦਾ ਗਿਆ। ਸੈਲਫ ਐਸਟੀਮ ਕਿਤੇ ਲੋ ਹੋਏਗੀ? ਹਾਂਜੀ, ਸੈਲਫ ਐਸਟੀਮ ਕਿਤੇ ਲੋ ਹੋਏਗੀ। ਹਾਂ ਬੱਚੇ, ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਕੇ ਆਪਣੇ ਨਾਲ ਸੋਚੀਏ ਕਿ ਆਪਾਂ ਜਿਹੜੇ ਪ੍ਰੋਗਰਾਮ 'ਚ ਬੈਠੇ ਹਾਂ, ਅਸੀਂ ਸਿਰਫ ਡਰੱਗ ਛੱਡਣ ਵਾਸਤੇ ਬੈਠੇ ਹਾਂ ਕਿ ਅਸੀਂ ਆਪਣੇ ਆਪ ਨੂੰ ਇਸ ਵਾਸਤੇ ਤਿਆਰ ਕਰਨਾ ਕਿ ਕੱਲ੍ਹ ਨੂੰ ਕੋਈ ਵੀ ਸਿਚੁਏਸ਼ਨ ਸਾਡੇ ਨਾਲ ਆਏ। ਚਲੋ ਇੱਕ ਤਾਂ ਇੱਕ ਸਿਚੁਏਸ਼ਨ ਹੈ ਨਾ, ਦੇ ਕੈਨ ਬੀ ਥਾਊਜ਼ੈਂਡ ਸਿਚੁਏਸ਼ਨ ਤੁਹਾਡੀ। ਹਾਂਜੀ, ਉਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਾਂਗੇ? ਪਹਿਲੇ ਵਾਲੀ ਠੀਕ ਸੀ, ਆਪਣੇ ਜੋ ਐਗਜ਼ਾਮਪਲ ਦੀ ਦਿਮਾਗ ਬਿਮਾਰ ਹੈ, ਉਹ ਹਮਕੋ ਸੰਕੇਤ ਦੇ ਰਹਾ ਹੈ ਇਹ ਕੰਮ ਕਰੋ ਵੋ ਕੰਮ ਕਰੋ, ਉਲਟ ਪਾਸੇ ਚੱਲ ਰਿਹਾ ਹੈ, ਗਲਤ ਸਾਈਡ ਤੇ। ਇੱਕ ਵਾਰ ਦੁਬਾਰਾ ਬੋਲ ਦੇ, ਹਮਾਰਾ ਦਿਮਾਗ ਹਮਕੋ ਗਲਤ ਡਾਇਰੈਕਟ ਕਰ ਰਹਾ ਹੈ ਚਲਨੇ ਕੇ ਲੀਏ, ਹਮਕੋ ਮਾਲੂਮ ਹੋਤਾ ਹੈ ਯੇ ਸਾਈਡ ਗਲਤ ਹੈ, ਲੇਕਿਨ ਹਮ ਉਸ ਸਾਈਡ ਤੇ ਚੱਲ ਜਾਂਦੇ ਹਾਂ, ਆਪਣਾ ਨੁਕਸਾਨ ਕਰਤੇ ਹੈ। ਔਰ ਹਮਾਰਾ ਦਿਮਾਗ ਬਿਮਾਰ ਯੇ ਹਮਕੋ ਮਾਲੂਮ ਨਹੀਂ ਹੋਤਾ। ਜੋ ਆਪਨੇ ਐਕਸੀਡੈਂਟ ਵਾਲੀ ਯੇ ਮੋਬਾਈਲ ਵਾਲੀ ਬਾਤ ਸੁਣਾਈ, ਅਗਰ ਦੋ ਮਿੰਟ ਕੇ ਲੀਏ ਵੋ ਪਰਸਨ ਜੋ ਚਲਾ ਗਿਆ ਦੂਸਰੇ ਕੋ ਵੀ ਲੈ ਗਿਆ, ਆਪਣੇ ਬਿਮਾਰ ਦਿਮਾਗ ਕੋ ਯੇ ਸਮਝਾ ਲੇਤਾ ਬਈ ਯੇ ਹੋ ਗਿਆ ਛੋੜੋ ਇਸਕੋ ਜਾਂ ਰੁਕ ਜਾਤਾ, ਤੋ ਵੋ ਇੰਸੀਡੈਂਟ ਜੋ ਆਪਣੇ ਸਾਥ ਕੀਆ ਔਰ ਦੂਸਰੇ ਕੋ ਵੀ ਖਰਾਬ ਕੀਆ ਉਸਕੀ ਵੀ ਜਾਨ ਲਈ ਵੋ ਕਰ ਜਾਤਾ। ਬੇਟੇ ਅੱਗੋਂ ਅੱਗੋਂ ਲੰਘੋਗੇ ਨਾ ਤਾਂ ਫਿਰ ਤੇ ਇਹ ਸਾਰਾ ਖਰਾਬ ਹੋ ਜਾਏਗਾ, ਹੈ ਨਾ? ਇਧਰੋਂ ਦੀ ਕਰ ਲਓ। ਫੋਰ ਐਗਜ਼ਾਮਪਲ ਉਸਕੀ ਆਪਨੇ ਜੈਸੇ ਬੋਲਾ ਕਿ ਹੈਲਥ ਇਸ਼ੂ ਹੋਗਾ ਜਾਂ ਮੈਂਟਲੀ ਉਸਸੇ ਕੋਈ ਪ੍ਰੋਬਲਮ ਚੱਲ ਰਹੀ ਹੋਗੀ, ਉਸਕੀ ਡੈਥ ਹੋ ਗਈ, ਤੋ ਹਮ ਉਸਕੇ ਪੇਰੈਂਟਸ ਜਾਂ ਹਮ ਲੋਕ ਇਹੀ ਬੋਲ ਦੇਤੇ ਹੈ ਭਗਵਾਨ ਕੀ ਆਈ ਥੀ ਤੋ ਚਲਾ ਗਿਆ, ਲੇਕਿਨ ਉਸ ਚੀਜ਼ ਕੇ ਲੀਏ ਨਹੀਂ ਸੋਚਾ ਕਿ ਉਸਨੇ ਉਹ ਸੁਸਾਈਡ ਕੀਆ ਕਿਉਂ। ਸੋ ਬੱਚੇ ਇਹੀ ਤਾਂ ਮੈਂ ਕਹਿੰਦਾ ਕਿ ਜਦੋਂ ਅਸੀਂ ਇੱਥੇ ਬੈਠੇ ਹਾਂ ਨਾ, ਅਸੀਂ ਸਿਰਫ ਫੋਕਸ ਡਰੱਗ 'ਤੇ ਨਾ ਰੱਖੀਏ, ਅਸੀਂ ਆਪਣੇ ਪਿੱਛੇ ਦੀ ਬਿਮਾਰੀ ਪਹਿਚਾਨੀਏ
ਐਂਡ ਉਹਦੇ 'ਚ ਸਭ ਤੋਂ ਜਿਹੜੀ ਟ੍ਰੈਜਡਿਕ ਗੱਲ ਇਹ ਹੈ ਕਿ ਜਿਹੜਾ ਬੱਚਾ ਜਿਹੜਾ ਬੰਦਾ ਉਹਦੇ ਥੱਲੇ ਆਇਆ ਉਹਦੇ 4 ਬੱਚੇ ਸੀ ਬਿਲਕੁਲ ਐਂਡ ਹੀ ਵਾਜ਼ ਇਨ ਦਾ ਪਾਵਰਟੀ ਲਾਈਨ ਮਤਲਬ ਹੀ ਵਾਜ਼ ਦਾ ਓਨਲੀ ਅਰਨਿੰਗ ਮੈਂਬਰ ਐਂਡ ਉਹਦੇ ਘਰ 'ਚ 4 ਬੱਚੇ ਸੀ ਜਿਹਦੀ ਜਿਹਨੂੰ ਉਹਨੇ ਪਾਲਣਾ ਸੀ ਉਹ ਫਾਦਰ ਆਫ 4 ਚਿਲਡਰਨ ਸੀਗਾ ਕਦੇ ਹੁਣ ਇਹ ਦੇਖੋ ਪਤਾ ਅਸੀਂ ਇਹ ਨਾ ਸੋਚੀਏ ਗਲਤ ਤੇ ਠੀਕ ਅਸੀਂ ਇਹ ਦੇਖੀਏ ਕਿ ਜਦੋਂ ਸਾਡਾ ਮੈਂਟਲ ਹੈਲਥ ਨਹੀਂ ਠੀਕ ਹੁੰਦੀ ਜਾਂ ਅਸੀਂ ਆਪਣੇ ਮੈਂਟਲ ਹੈਲਥ ਦੀ ਕੇਅਰ ਨਹੀਂ ਕਰਦੇ ਅਸੀਂ ਆਪਣਾ ਜਾਂ ਕਿਸੇ ਦਾ ਕਿੰਨਾ ਨੁਕਸਾਨ ਕਰ ਸਕਦੇ ਅਸੀਂ ਸੋਚਦੇ ਹਾਂ ਮੈਂਟਲ ਹੈਲਥ ਮੇਰੀ ਮੈਂਟਲ ਹੈਲਥ ਨੂੰ ਕਿਉਂ ਹੈ ਨੁਕਸਾਨ ਹੈ ਜਦੋਂ ਕਹਿੰਦੇ ਆ ਕਿ ਤੇਰੀ ਮੱਤ ਮਾਰੀ ਗਈ ਹੈ ਹਾਂ ਮੱਤ ਮਾਰੀ ਗਈ ਹੈ ਕਿਉਂ ਮਾਰੀ ਗਈ ਹੈ ਕਿਉਂਕਿ ਮੈਂ ਆਪਣੇ ਮੈਂਟਲ ਹੈਲਥ ਦੀ ਕੇਅਰ ਨਹੀਂ ਕੀਤੀ ਦੇਖੋ ਐਕਸੀਡੈਂਟ ਤਾਂ ਇੱਕੋ ਹੀ ਹੋਇਆ ਬਟ ਇਹ ਹੈ ਕਿ ਉਹਦੇ ਪਿੱਛੇ ਮੈਂਟਲ ਹੈਲਥ ਹੀ ਇਨਵੋਲਵਡ ਹੈ ਜਿੰਨੇ ਵੀ ਤੁਸੀਂ ਅਖਬਾਰਾਂ ਦੀ ਨਿਊਜ਼ ਪੜ੍ਹਦੇ ਹੋ ਨਾ ਮੈਂ ਸਿਰਫ ਇਹ ਪੜ੍ਹਦਾ ਕਿ ਇਟ ਇਜ਼ ਅ ਮੈਂਟਲ ਹੈਲਥ ਹੋਰ ਕੁਛ ਵੀ ਨਹੀਂ ਹੈ ਸਾਰੇ ਮਰਡਰ ਸਾਰੇ ਰੇਪ ਸਭ ਜਿਹੜੇ ਅਸੀਂ ਦੇਖਦੇ ਹਾਂ ਕਿ ਇਲੀਗਲ ਕੰਮ ਹੋ ਰਹੇ ਹੈ ਅਸੀਂ ਆਸ ਪਾਸ ਦੇਖਦੇ ਹਾਂ ਉਹਦੇ ਵਿੱਚ ਤੁਸੀਂ ਦੇਖੋ ਤਾਂ ਨਟਸ਼ੈਲ ਰਿਜ਼ਲਟ ਕਦੀ ਵੀ ਕਿਸੇ ਨੂੰ ਕੋਈ ਚੰਗਾ ਨਹੀਂ ਮਿਲਿਆ ਹੁੰਦਾ ਨੋਬਡੀ ਹੈਜ਼ ਰੀਚਡ ਐਂਡ ਸਕੂਨ 'ਚ ਕੋਈ ਜ਼ਿੰਦਗੀ ਜੀ ਰਿਹਾ ਹੋਏਗਾ ਭਾਵੇਂ ਉਹਨੇ ਜਿੱਥੇ ਮਰਜ਼ੀ ਪਹੁੰਚ ਗਿਆ ਪਰ ਅਲਟੀਮੇਟਲੀ ਯੂ ਫਾਈਂਡ ਕਿ ਵੀ ਹੈ ਦਾ ਮੈਂਟਲ ਹੈਲਥ ਪ੍ਰੋਬਲਮ ਸੋਚ ਫਸ ਜਾਂਦੀ ਹੈ ਸੋਚ ਫਸ ਜਾਂਦੀ ਹੈ ਬੰਦਾ ਕਹਿੰਦਾ ਯਾਰ ਇਹ ਕੰਮ ਕਰਾਂਗਾ ਤੇ ਤਾਂ ਮੇਰੀ ਸੋਚ ਨਿਕਲੇਗੀ ਦੇਖੋ ਇਹਦੇ 'ਚ ਵੀ ਉਹੀ ਹੈ ਕਿ ਬੋਰ ਹੋ ਰਿਹਾ ਨਾ ਬੰਦਾ ਉਹ ਫਿਰ ਉਹ ਸੋਚਾਂ ਨੂੰ ਰਿਮੀਨੇਟ ਕਰੀ ਜਾਂਦਾ ਕਹਿੰਦਾ ਜੇ ਇਹ ਸੋਚ ਬੰਦ ਹੋ ਗਈ ਨਾ ਤਾਂ ਫਿਰ ਮੈਂ ਕੀ ਕਰੂੰਗਾ ਬਿਕੋਜ਼ ਹੀ ਡਸਨਟ ਹੈਵ ਅ ਆਲਟਰਨੇਟਿਵ ਟੂ ਇਟ ਤੋ ਫਿਰ ਕਹਿੰਦਾ ਮੈਂ ਸੋਚ ਹੀ ਜਾਂਦਾ ਮੇਰੇ ਨਾਲ ਇਸ ਫਾਈਨ ਦੇ ਬੈਨੂ ਮੇਰੀ ਸੋਚ ਇਸ ਦੀ ਫਸਲੀ ਤੇ ਮੈਂ ਜਾਣਾ ਹਾਲਾਂਕਿ ਮੈਨੂੰ ਕਰਦੇ ਗਏ ਸੀ ਪਿਛਲੇ 2-3 ਹਫ਼ਤਿਆਂ ਤੋਂ ਕਿ ਮੈਂ ਜਾਣਾ ਮੈਡੀਸਨ ਲੈਣੀ ਹੈ ਮੈਂ ਆ ਨਹੀਂ ਸੀ ਰਿਹਾ ਅਤੇ 5 ਦਿਨ ਪਹਿਲਾਂ ਮੇਰੀ ਸੋਚ ਫਸੀ ਨਹੀਂ ਮੈਂ ਐਟ ਐਨੀ ਕੋਸਟ 'ਚ ਆਉਣਾ ਅਤੇ ਹੁਣੇ ਹੀ ਜਾਣਾ ਮੈਂ ਇਹ ਨਹੀਂ ਵੇਟ ਕੀਤੀ ਕਿ ਮੇਰੇ ਨਾਲ ਘਰ ਦਾ ਕੋਈ ਆਊਗਾ ਮੈਨੂੰ ਕੋਈ ਗੱਡੀ 'ਚ ਲੈ ਕੇ ਜਾਵੇ ਔਰ ਮੈਂ ਜਿੰਨਾ ਚਿਰ ਮੇਰੀ ਸੋਚ ਇਸ ਗੱਲ 'ਚੋਂ ਨਿਕਲੀ ਨਹੀਂ ਮੈਂ ਗੱਡੀ ਚੁੱਕੀ ਅਤੇ ਸਿੱਧੀ ਇੱਥੇ ਆ ਗਿਆ ਮੈਨੂੰ ਇਹ ਸਮਝ ਨਹੀਂ ਅਜੇ ਤੱਕ ਮੈਂ ਸਮਝਣ ਤੋਂ ਬਾਹਰ ਹਾਂ ਕਿ ਉਹ ਮੇਰਾ ਚੰਗਿਆਈ ਸੀ ਕਿ ਮੇਰੀ ਉਹ ਬੁਰਾਈ ਸੀ ਕਿ ਮੇਰੀ ਸੋਚ ਮੈਨੂੰ ਸਮਝਦਾ ਮੇਰੀ ਸੋਚ ਨਿਕਲੀ ਨਹੀਂ ਕਿ ਜਿੰਨਾ ਚਿਰ ਮੈਂ ਆਪਣੇ ਆਪ ਨੂੰ ਇੱਥੇ ਆ ਕੇ ਰਿਲੀਫ ਨਹੀਂ ਹੋਇਆ ਮੈਨੂੰ ਲੱਗਦਾ ਕਿ ਇਹੋ ਜਿਹਾ ਕਾਰਨ ਇਹਦਾ ਨਾ ਸਭ ਤੋਂ ਵੱਡਾ ਕਾਰਨ ਹੈ ਕਿ ਵਾਂਸ ਯੂ ਹੈਵ ਟੇਸਟਡ ਸੋਬਰਾਇਟੀ ਈਵਨ ਫੋਰ ਅ ਗਲਿੰਪਸ ਆਫ ਇਟ ਈਵਨ ਤੁਸੀਂ ਲਾਈਟਨਿੰਗ ਦੇ ਵਿੱਚ ਇੰਨੀ ਮੂਮੈਂਟ ਵਾਸਤੇ ਵੀ ਇੱਕ ਵਾਰੀ ਰਿਕਵਰੀ ਟੇਸਟ ਕਰ ਲਈ ਨਾ ਜੀ ਦੈਨ ਆਟੋਮੈਟਿਕਲੀ ਯੂ ਰੀਚ ਦੇ ਪਲੇਸ ਤੁਸੀਂ ਦੇਖੋ ਸੁਖਰਾਜ ਦੇ ਕਹਿ ਰਹੇ 11 ਵਾਰੀ ਰਿਲੈਪਸ ਹੋਏ ਜੀ ਬਟ ਵਨ ਥਿੰਗ ਵਿਚ ਵਾਸ ਪੋਜ਼ਿਟਿਵ ਵਾਸ ਕਿ 11 ਵਾਰੀ ਦਾ ਪੇਰੈਂਟਸ ਡਿਡ ਨਾਟ ਲੋਸ ਦੇਅਰ ਟਰਸਟ ਔਨ ਅਸ ਦੇ ਸੈਡ ਕਿ ਦਿਸ ਇਜ਼ ਦਾ ਓਨਲੀ ਥਿੰਗ ਵੇਅਰ ਕੈਨ ਬੀ ਹੈ ਨਾ ਹੁਣ ਇਸ ਵਾਰੀ ਨੈਕਸਟ ਟਾਈਮ ਸੋ ਯੂ ਸੀ ਵੈਨ ਯੂ ਆਰ ਸੋ ਪਰਸਿਸਟੈਂਟ ਕਿ ਵੀ ਕੋਈ ਵੀ ਪ੍ਰੋਬਲਮ ਹੋਏਗੀ ਵੀ ਹੈਵ ਏ ਪਲੇਸ ਇਹ ਵੀ ਆਪਣੇ ਅੰਦਰ ਬ੍ਰੇਨ 'ਚ ਟਿਕਲ ਹੋ ਗਿਆ ਕਿ ਵੀ ਆਪਾਂ ਨੂੰ ਸੋਚਣਾ ਨਹੀਂ ਪੈਂਦਾ ਜਦੋਂ ਆਪਾਂ ਔਖੇ ਹੁੰਦੇ ਹਾਂ ਤਾਂ ਵੀ ਡੋਂਟ ਹੈਵ ਟੂ ਥਿੰਕ ਕਿੱਥੇ ਜਾਈਏ ਇੱਥੇ ਜਾਈਏ ਉਹ ਸਰ ਇਹ ਵੀ ਨਹੀਂ ਸੀ ਕਿ ਮੈਂ ਨਾਲ ਨਹੀਂ ਸੀ ਆਉਣਾ ਚਾਹੁੰਦੀ ਜਾਂ ਪੂਰੇ ਅੱਧੇ ਪੌਣੇ ਘੰਟੇ ਪੂਰੇ ਮਤਲਬ ਇਹਨਾਂ ਦੇ ਪੈਰ ਨਹੀਂ ਸੀ ਥੱਲੇ ਮਿੰਟ ਬਾਅਦ
ਹਸਪੀਟਲ ਦਾ ਰਸਤਾ ਸੀ, ਮੈਨੂੰ ਬੜੀ ਬੇਚੈਨੀ ਹੋਈ, ਪਹੁੰਚ ਜਾਣਗੇ ਪਰ ਪਹੁੰਚ ਗਏ, ਇਹਨਾਂ ਨੂੰ ਇਹ ਕਿਵੇਂ, ਮੈਨੂੰ ਖਾਪ ਨਹੀਂ ਇਹ ਹੋਸਪਿਟਲ ਦੀ ਇਹ ਚੀਜ਼ਾਂ ਜ਼ਰੂਰੀ, ਇਹਨਾਂ ਨੂੰ ਇਹ ਕਿਉਂ ਹੈ ਕਿ ਮੇਰੇ ਘਰ ਦੇ ਨਾਲ ਆ ਜਾਣ, ਮੈਂ ਇਕੱਲਾ ਹੀ ਜਾਊਂ। ਸੋ ਯੂ ਸੀ, ਮਤਲਬ ਤੁਸੀਂ ਇਹ ਦੇਖੋ ਨਾ, ਜਿਹੜੀ ਰਿਕਵਰੀ ਕੀਤੀ ਹੁੰਦੀ ਵੇਸਟ ਨਹੀਂ ਜਾਂਦੀ। ਈਵਨ ਇਫ ਯੂ ਰਿਲੈਪਸ, ਈਵਨ ਇਫ ਯੂ ਗੋ ਥਰੂ ਸਰਟਨ ਪ੍ਰੋਬਲਮਸ ਇਨ ਲਾਈਫ, ਜਦੋਂ ਸੁਖਰਾਜ ਦੀ ਪ੍ਰੋਬਲਮ ਸੀਗੀ ਤਾਂ ਰਾਤ ਤੇ ਇਹਨੂੰ ਪ੍ਰੋਬਲਮ ਆਉਣੀ ਸਟਾਰਟ ਹੋ ਗਈ। ਸੋ ਦੇ ਸਟਾਰਟਡ ਕਿ ਵੀ ਕਿੱਥੇ ਜਾਣਾ, ਕਿੱਥੇ ਜਾਣਾ, ਕਿੱਥੇ ਜਾਣਾ। ਤੋ ਇੱਕ ਹੀ ਡਿਸੀਜ਼ਨ ਸਾਰੀ ਫੈਮਿਲੀ ਦਾ ਯੂਨੈਨੀਮਸ ਹੈ ਕਿ ਕੋਈ ਗੱਲ ਨਹੀਂ, ਆਪਾਂ ਚੰਡੀਗੜ੍ਹ ਨਹੀਂ ਖੱਜਲ ਖਰਾਬ ਹੋਣਾ, ਆਲ ਦਾ ਵੇ ਵੀ ਸ਼ੈਲ ਚੰਗੀ, ਭਾਵੇਂ ਅਸੀਂ 5 ਵਜੇ ਸਵੇਰੇ ਪਹੁੰਚ ਜਾਈਏ, ਅਸੀਂ ਇਸ ਇੱਕ ਜਗ੍ਹਾ ਤੇ ਪਹੁੰਚਣਾ। ਇਹ ਵੀ ਬੜੀ ਵੱਡੀ ਤਸੱਲੀ ਹੈ ਡਾਕਟਰ ਸਾਹਿਬ। ਨਾਲ ਦੀ ਨਾਲ ਅਸੀਂ ਬੜੇ ਇੰਨੇ ਦਿਨਾਂ ਤੋਂ ਬੇਚੈਨੀ ਸੀ ਵੀ ਸਾਨੂੰ ਇਹ ਠੰਡ ਪੈ ਗਈ, ਯਾਨੀ ਅੱਜ ਮੈਨੂੰ ਕੋਈ ਵੀ ਕਾਹਲੀ ਨਹੀਂ ਆ ਵੀ ਮੈਨੂੰ ਅੱਜ ਛੁੱਟੀ ਮਿਲੇ ਕੱਲ੍ਹ ਮਿਲੇ ਜਾਂ ਕੋਈ ਵੀ ਇਹੋ ਜਿਹੀ 1% ਵੀ। ਮੈਂ ਉਸ ਦਿਨ ਦੀ ਇੰਨੀ ਕੁ ਸ਼ੁਕਰ ਗੁਜ਼ਾਰਾਂ ਕਿ ਅਸੀਂ ਥੋੜ੍ਹੇ ਲੇਟ ਹੋ ਗਏ ਹਾਂ, ਪਰ ਫਿਰ ਵੀ ਚਲੋ ਬਾਬਾ ਜੀ ਨੇ ਜਦੋਂ ਟਾਈਮ ਲਿਆਂਦਾ ਬਹੁਤ ਸੋਹਣਾ ਲੈ ਕੇ ਆਏ। ਚਲੋ ਅੱਜ ਵੀ ਬਹੁਤ ਵਧੀਆ, ਬਾਬਾ ਜੀ ਨੇ ਵੀ ਇੱਕ ਰਸਤਾ ਦਿਖਾਇਆ ਹੈ। ਹਾਂਜੀ, ਵੀ ਕੈਪਟ ਔਨ ਕਮਿੰਗ ਟ੍ਰਸਟਿੰਗ ਜਦੋਂ ਆਪਾਂ ਮੀਟਿੰਗ ਅਟੈਂਡ ਕਰਦੇ ਹਾਂ। ਹਾਂਜੀ, ਸੋ ਜਿਹੜੀ ਹੁਣੇ ਡਾਕਟਰ ਸਾਹਿਬ ਨੇ ਵੀ ਗੱਲ ਦੱਸੀ ਹੈ ਕਿ ਇਟ ਇਜ਼ ਨੋਟ ਸ਼ੋਰ ਕਿ ਵੀ ਐਵਰੀਥਿੰਗ ਰਿਜ਼ਲਟ ਓਰੀਐਂਟਡ ਹੀ ਹੁੰਦੀ ਹੈ, ਪਰ ਉਹਦਾ ਇੱਕ ਲੌਂਗ ਟਰਮ ਸਲਿਊਸ਼ਨ ਹੁੰਦਾ ਜਿਹਦੇ ਵੱਲ ਅਸੀਂ ਤੁਰ ਪੈਂਦੇ ਹਾਂ। ਘੱਟ ਤੋਂ ਘੱਟ ਜਦੋਂ ਅਸੀਂ ਇੱਥੇ ਬੈਠਦੇ ਹਾਂ ਮੀਟਿੰਗ, ਤੁਹਾਨੂੰ ਜੇ ਇਹਨਾਂ ਮੀਟਿੰਗ 'ਚੋਂ ਕੋਈ ਵੀ ਗੱਲ ਨਹੀਂ ਨਾ ਪਸੰਦ ਆਉਂਦੀ, ਤਾਂ ਵੀ ਕੀਪ ਔਨ ਸਿਟਿੰਗ, ਕੋਈ ਗੱਲ ਨਹੀਂ। ਨਹੀਂ ਕੋਈ ਗੱਲ ਇਸ ਵੇਲੇ ਪਸੰਦ ਆਏਗੀ, ਹੋ ਸਕਦਾ ਕੱਲ੍ਹ ਪਰਸੋਂ ਜਾ ਕੇ ਕੋਈ ਸੋਚ ਤੁਹਾਨੂੰ ਕਿਸੇ ਜਗ੍ਹਾ 'ਤੇ ਤੁਸੀਂ ਉਹ ਅਤੇ ਉਹ ਟ੍ਰਿਕਲ ਡਾਊਨ ਕਰ ਜੇ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗੇ ਵੀ ਇਹ ਸੋਚ ਕਿਸ ਤਰ੍ਹਾਂ ਆ ਗਈ, ਇਹ ਫੈਸਲਾ ਕਿਵੇਂ ਠੀਕ ਹੋ ਗਿਆ। ਹਾਂ, ਮੈਨੂੰ ਇਹ ਲੱਗਦਾ ਨਹੀਂ ਹੈ ਕਿ ਇੱਥੇ ਬੈਠ ਕੇ ਕੋਈ ਨੁਕਸਾਨ ਵਾਲੀ ਗੱਲ ਹੈ, ਹੈ ਨਾ। ਹਾਂ, ਪਰ ਇਹ ਹੈ ਕਿ ਜੇ ਅੱਜ ਤੁਹਾਡਾ ਬ੍ਰੇਨ ਬੰਦ ਵੀ ਹੈ ਨਾ ਜੀ, ਕੋਈ ਗੱਲ ਨਹੀਂ, ਬੰਦ ਬ੍ਰੇਨ ਨਾਲ ਵੀ ਬੈਠੇ ਰਹੋ, ਇੱਕ ਦਿਨ ਖੁੱਲ੍ਹ ਜਾਣਾ ਇੱਥੇ ਬੈਠੇ। ਹਾਂ, ਲੇਕਿਨ ਉਹਦੇ 'ਚ ਸਰ ਰਿਐਲਿਟੀ ਕੁਛ ਹੋਰ ਹੀ ਹੈ। ਹੁਣ ਜਿੱਦਾਂ ਸਾਨੂੰ ਪਤਾ ਹੀ ਨਹੀਂ ਸਾਡਾ ਬੱਚਾ ਬਿਮਾਰ ਹੈ, ਉਹ ਕਿਉਂ ਇੱਦਾਂ ਦੀ ਹਰਕਤਾਂ ਕਰਦਾ ਵਾ, ਇੱਥੇ ਆ ਕੇ ਜਾਂ ਵਾਰ ਵਾਰ ਜਦੋਂ ਕੀਤੀਆਂ ਸਾਨੂੰ ਫਿਰ ਸਮਝ ਆਈ ਹੈ ਵੀ ਬੱਚਾ ਨਾਲ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ, ਬਿਮਾਰ ਹੈ ਬੱਚੇ ਦੀ, ਬਿਮਾਰ ਦਿਮਾਗ ਕਰ ਰਿਹਾ, ਉਹਦੀ ਬਿਮਾਰੀ ਹੈ। ਤੁਹਾਨੂੰ ਹਿੱਟ ਕਰ ਸਕਦਾ ਬੱਚਾ, ਆਪਣੀ ਮਦਰ ਨੂੰ ਹਿੱਟ ਨਹੀਂ ਕਰ ਸਕਦਾ। ਉਹਨੂੰ ਜੋ ਵੀ ਬੱਚਾ ਕਰ ਰਿਹਾ ਨਾ, ਇਹ ਨਾ ਸੋਚੋ ਬੱਚਾ ਕਰ ਰਿਹਾ, ਉਹਦਾ ਬਿਮਾਰ ਦਿਮਾਗ ਕਰ ਰਿਹਾ, ਐਂਡ ਬਿਮਾਰ ਦਿਮਾਗ ਦੀ ਨਹੀਂ ਉਹਦੀ ਬਿਮਾਰੀ ਹੈ, ਟ੍ਰੀਟਮੈਂਟ ਹੈ। ਐਂਡ ਪੇਰੈਂਟਸ ਦਾ ਸਭ ਤੋਂ ਪਹਿਲਾਂ ਜਿਹੜਾ ਵੀ ਤੁਹਾਡੇ ਆਸ ਪਾਸ ਕੇਅਰ ਗਿਵਰ ਹੈ, ਉਹਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਕਿ ਆਪਣੇ ਪੇਸ਼ੈਂਟ ਨੂੰ ਟ੍ਰੀਟਮੈਂਟ ਜਗ੍ਹਾ 'ਤੇ ਪਹੁੰਚਾ ਦਈਏ, ਫਿਰ ਤੁਸੀਂ ਮਤਲਬ ਉਸ ਪ੍ਰੋਗਰਾਮ ਦੇ ਵਿੱਚ ਸਮਝ ਦਿਓ। ਸਰ ਜਬ ਹਮ ਐਡਿਕਸ਼ਨ ਮੇ ਹੋਤੇ ਹੈ ਨਾ, ਬਹੁਤ ਪੇਨ ਹੋਤੀ ਹੈ, ਵੋ ਇਤਨੀ ਪੇਨ ਹੋਤੀ ਹੈ ਕਿ ਅਨਬੇਅਰੇਬਲ ਪੇਨ ਜਿਸੇ ਕਹਤੇ ਹੈ ਨਾ, ਵੋ ਵਰਡਸ ਮੇ ਨਹੀਂ ਐਕਸਪਲੇਨ ਕਰੀ ਜਾ ਸਕਤੀ। ਵੋ ਜਿਸ ਜੋ ਐਡਿਕਸ਼ਨ ਮੇ ਰਹਾ ਹੈ ਨਾ, ਵੋ ਹੀ ਸਮਝ ਸਕਤਾ ਹੈ ਕਿ ਵੋ ਪੇਨ ਕਿਆ ਹੈ। ਤੋ ਜਬ ਹਮ ਰਿਕਵਰੀ ਮੇ ਆ ਜਾਤੇ ਹੈ ਨਾ, ਯਹਾਂ ਪੇ ਰਿਕਵਰੀ ਮੇ ਨਹੀਂ ਵੀ ਆਤੇ, ਜਬ ਹਮ ਯਹਾਂ ਪੇ ਆਤੇ ਹੈ ਨਾ, ਤੋ ਹਮਾਰੇ ਕੋ ਪਹਿਲੇ ਦਿਨ ਜਬ ਹਮ ਕਿਸੀ ਕੋ ਦੇਖਤੇ ਹੈ ਕਿ ਯਾਰ ਯੇ ਬੰਦਾ ਰਿਕਵਰੀ ਮੇ ਹੈ, ਤੋ ਹਮੇ ਹੋਪ ਮਿਲਤੀ ਹੈ। ਤੋ ਧੀਰੇ ਧੀਰੇ ਜਬ ਹਮ ਯਹਾਂ ਪੇ ਬੈਠਣਾ ਸ਼ੁਰੂ ਕਰਤੇ ਹੈ, ਤੋ ਹਮਾਰੇ ਕੋ ਕਹੀਂ ਨਾ ਕਹੀਂ ਸਮਝ ਨਹੀਂ ਆ ਰਹਾ ਵੀ ਕਿਆ ਹੋ ਰਿਹਾ ਹੈ, ਪਰ ਸਕੂਨ ਆਉਣਾ ਸ਼ੁਰੂ ਹੋ ਜਾਤਾ, ਸਕੂਨ ਹਮਾਰੇ ਕੋ ਯਹਾਂ ਪੇ ਵਾਪਿਸ ਲੈ ਕੇ ਆਤਾ।
इसका मतलब आपने एक बहुत बड़ी बात कही कि समझ से पहले सुकून आना शुरू हो जाता है, थोड़ा आराम मिलता है, कंफर्ट मिलता है, क्योंकि जो एडिक्शन में डिस्कम्फर्ट होता है ना वो बहुत ज्यादा होता है, वो हर पल होता। मैं एडिक्शन में जितनी देर रहा हूँ ना, मुझे पूरा दिन 24 घंटे डिस्कम्फर्ट होता था, क्योंकि नींद भी नहीं आती थी। ये भी नहीं है कि सोते हुए डिस्कम्फर्ट खत्म हो गया, नींद ही नहीं आती थी, तो डिस्कम्फर्ट कैसे खत्म हो। ओके, तो दैट्स अ वेरी बिग स्टेटमेंट। इसको अंडरस्टैंड करने की जरूरत है कि जो हमारी बीमारी में डिस्कम्फर्ट आता है वो इंसान को ही पता है और कोई नहीं समझ सकता। एंड दूसरी बात है कि प्रोग्राम समझ आए ना आए, सुकून थोड़ा सा मिलना शुरू हो जाता है, थोड़ा सा आराम मिल जाता है कि एटलीस्ट आई डोंट हैव दैट स्ट्रगल जड़ी सुबह से लेके शाम तक होती है विद नो रिजल्ट। एंड थर्ड चीज आती है कि पहले बंदा बड़ा होपलेस हो जाता है, यार खत्म ही होना ना, खत्म ही हो जाए, पेन तो खत्म होए ना, दिस लाइफ इज सो पेनफुल, ये नालों तो खत्म हो जाए चंगा। एक मिनट बेटे, गल कंप्लीट हो। तो क्योंकि मैं एक पॉइंट बड़ी वैलिड पॉइंट है, इस करके मैं इन्हें बार बार रिपीट कर रहा कि वो जड़ा वर्ड है जड़ा आराम मिलता है आफ्टर यू रीच हेयर विच यू हैव नेम्ड एज सुकून, राइट, वो सुकून जड़ा समझ तो भी पहला आ जाता। मतलब यह गल मैनू अज बहुत अच्छी तरह समझ आई है कि समझ तो पहला जड़ा सुकून आंदा ना, दैट इज वन मेक्स यू continue gets motivated with this program. This is samajh baat chandi hai, sukoon pehla aa janda, pehla kuch nahi samajh aa rahe hunde ki chal raha hai, par jadon itthe baith ke ek jada andro ek bolde na jis tarah thehrav jehde inni halchal chal rahi si, samajh nahi aa rahi si ki ho raha hai, matlab it was all going haywire, ਉਹ ਜਿਹੜਾ ਸੈਟਲ ਡਾਊਨ ਜਿਹੜਾ ਹੁੰਦਾ ਹੈ ਨਾ, ਉਹੀ ਮੈਨੂੰ ਲੱਗਦਾ ਅੱਗੇ ਸਰੈਂਡਰ ਕਰਵਾਉਂਦਾ। ਹਾਲੇ ਠੀਕ ਕੁਛ ਨਹੀਂ ਹੋਇਆ, ਨਹੀਂ ਕੁਛ ਨਹੀਂ ਠੀਕ ਹੋਇਆ, ਬੱਚਾ ਵੈਸ ਤਰ੍ਹਾਂ ਹੀ ਹੈ, ਵੈਸ ਤਰ੍ਹਾਂ ਹੀ ਕਰ ਰਿਹਾ, ਜੋ ਵੀ ਹੈ, ਪਰ ਇੱਕ ਸਰ ਅੰਦਰ ਨਾ ਇੱਕ ਠਹਿਰਾਵ ਆਉਂਦਾ ਨਾ ਜਿਹੜਾ, ਮੈਨੂੰ ਲੱਗਦਾ ਉਹ ਠਹਿਰਾਵ ਹੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸਰੈਂਡਰ ਕਰਵਾਉਂਦੇ, ਤੁਹਾਡੀ ਸਮਝ ਨਹੀਂ ਕਰਵਾਉਂਦੇ ਮੇਰੇ ਹਿਸਾਬ ਨਾਲ, ਸਮਝ ਦੇ ਨਾਲ ਨਹੀਂ ਹੁੰਦੇ। ਮੀਟਿੰਗ ਸੁਣਦੇ ਹੋਏ ਵੀ ਨਾ ਐਸਾ ਲੱਗਦਾ ਕਿ ਪਤਾ ਨਹੀਂ ਇਹ ਕੀ ਬੋਲੀ ਜਾ ਰਹੇ ਹਨ, ਸਟਾਰਟਿੰਗ ਮੈਂ कुछ समझ नहीं आ रहा होता, लगता है फालतू में ऐसे ही बोली जा रहे हैं। अच्छा, जिसको नहीं समझ आ रहा उसके बड़ा हौसला है कि नहीं समझ आ रहा, इट्स अ गुड पॉइंट। ये थोड़ा ही टाइम पीरियड है जो मुझे, मतलब पूरे डे में जो पेन मैं फील कर रही होती हूँ ये मेरे को रिलीफ मिलता है इधर आके, या इसलिए मिलता है कि बाकियों की भी सेम प्रॉब्लम है या कोरिलेट है, सबकी स्टोरी मेरी कुछ है बाकियों की अलग है, पर वो जो रिलीफ है ना जो मुझे पूरे दिन में नहीं मिलता वो किधर थोड़ा मिलता है मुझे। सर ਮਾਸੀ ਦੇ ਮੁੰਡੇ ਵੀ ਠੀਕ ਹੋਣੇ ਸ਼ੁਰੂ, ਕਹਿੰਦਾ ਮੈਂ ਉੱਥੇ ਗਿਆ ਤਾਂ ਮੈਂ ਠੀਕ ਹੋ ਜਾਣਾ। ਮੈਨੂੰ ਇੱਕ ਬੜਾ
ਬ੍ਰੈਕਟਿਡ ਪੁਆਇੰਟ ਮੈਂ ਬੋਲਣ ਲੱਗਾ ਜਿਹੜਾ ਕਿ ਮੈਂ ਆਪਣੇ ਆਪ ਨੂੰ ਵੀ ਸਮਝਾ ਰਿਹਾ ਕਿ ਸਮਝ ਤੋਂ ਪਹਿਲਾਂ ਸਕੂਨ ਜਿਹੜਾ ਆਰਾਮ ਮਿਲਦਾ ਨਾ ਰਿਲੀਫ ਮਿਲਦਾ ਹਾਲੇ ਤੁਹਾਡਾ ਬੱਚਾ ਠੀਕ ਨਹੀਂ ਹੋਇਆ ਹਾਲੇ ਤਾਂ ਅਸੀਂ ਟ੍ਰੀਟਮੈਂਟ ਸਟਾਰਟ ਕੀਤਾ ਬਟ ਜਿਹੜਾ ਰਿਲੀਫ ਮਿਲਦਾ ਉਹ ਰਿਲੀਫ ਅਸੀਂ ਸਾਰੇ ਪੇਰੈਂਟਸ ਵੀ ਲੱਭ ਰਹੇ ਹੁੰਦੇ ਆ ਅਤੇ ਪੇਸ਼ੈਂਟ ਵੀ ਲੱਭ ਰਿਹਾ ਹੁੰਦਾ ਇਹ ਨਾ ਸੋਚੋ ਕਿ ਸਿਰਫ ਪੇਰੈਂਟਸ ਹੀ ਲੱਭ ਰਹੇ ਹੁੰਦੇ ਆ ਪੇਸ਼ੈਂਟ ਦੀ ਵੀ ਪੇਨ ਅਸੀਂ ਨਹੀਂ ਸਮਝ ਸਕਦੇ ਕਿਉਂਕਿ ਪੇਸ਼ੈਂਟ ਵੀ ਬੜਾ ਪੇਨ 'ਚ ਹੁੰਦਾ ਔਰ ਸਰ ਇੱਕ ਚੀਜ਼ ਐਡ ਕਰਨਾ ਚਾਹੂੰਗਾ ਜੈਸੇ ਅਦਰ ਸੈਂਟਰ ਸੈਂਟਰਸ ਹੈ ਵਹਾਂ ਪਰ ਇਹ ਸੈਮੀਨਾਰਸ ਨਹੀਂ ਹੋਤੇ ਔਰ ਪੇਰੈਂਟਸ ਕੋ ਇਹ ਵੀ ਪਤਾ ਨਹੀਂ ਹੋਤਾ ਕਿ ਜੈਸੇ ਮੈਂ ਅਡਿਕਟ ਹੋ ਤੋ ਅਡਿਕਟ ਕੋ ਕੈਸੇ ਟ੍ਰੀਟ ਕਰਨਾ ਉਸਕੇ ਸਾਥ ਕੈਸੇ ਬਾਤ ਕਰਨੀ ਹੈ ਕਈ ਵਾਰ ਪੇਰੈਂਟਸ ਵੀ ਰੂਟੀ ਬੋਲ ਦਿੱਤੇ ਜੇ ਤਾਂ ਸੁਧਰ ਹੀ ਨਹੀਂ ਸਕਦਾ ਤੋ ਮੇਰੇ ਪੇਰੈਂਟਸ ਵੀ ਆਏ ਹੈ ਉਨਕੀ ਵੀ ਕੌਂਸਲਿੰਗ ਹੋਈ ਹੈ ਉਨਕੋ ਵੀ ਪਤਾ ਹੈ ਕਿ ਇਹ ਤੋ ਐਗਰੈਸਿਵਲੀ ਬੋਲੇਗਾ ਕਿਉਂਕਿ ਇਹ ਅਡਿਕਟਿਡ ਹੈ ਅਭੀ ਤੋ ਅਬ ਵੋ ਵੀ ਸਮਝ ਰਹੇ ਹੈ ਇਸ ਚੀਜ਼ ਕੋ ਔਰ ਉਨਕੇ ਅੰਦਰ ਵੀ ਕੌਨਫੀਡੈਂਸ ਆਇਆ ਕਿ ਹਮਨੇ ਆਪਣੇ ਬੇਟੇ ਕੋ ਕੈਸੇ ਠੀਕ ਕਰਨਾ ਬਿਲਕੁਲ ਉਨਕੋ ਪਤਾ ਨਹੀਂ ਹੋਤਾ ਕਿ ਆਲਰੇਡੀ ਜੋ ਉਨਕਾ ਬੇਟਾ ਹੈ ਵੋ ਅਡਿਕਟ ਨਹੀਂ ਹੈ ਵੋ ਯਹਾਂ ਸੇ ਥੋੜਾ ਸਾ ਬਿਮਾਰ ਹੈ ਕਿਉਂਕਿ ਦੇਖੋ ਨਾ ਜਿਹੜਾ ਇਨਸਾਨ ਐਡਿਕਸ਼ਨ ਛੱਡ ਰਿਹਾ ਡਰੱਗ ਛੱਡ ਰਿਹਾ ਉਹਦਾ ਕੋਈ ਮੂਡ ਬਹੁਤ ਵਧੀਆ ਨਹੀਂ ਹੋਏਗਾ ਉਹਦਾ ਮੂਡ ਤਾਂ ਖਰਾਬ ਹੀ ਹੋਏਗਾ ਨਾ ਇਹ ਤਾਂ ਅੰਡਰਸਟੂਡ ਹੈ ਕਿ ਜਿਹੜੀ ਚੀਜ਼ ਦੇ ਨਾਲ ਉਹਨੇ ਆਪਣੇ ਮੂਡ ਨੂੰ ਥੋੜ੍ਹਾ ਚੁੱਕ ਕੇ ਰੱਖਿਆ ਹੋਇਆ ਅੱਜ ਉਹ ਚੀਜ਼ ਖਤਮ ਹੋ ਗਈ ਹੈ ਅਤੇ ਉਹ ਢਹਿ ਢੇਰੀ ਹੋ ਜਾਂਦਾ ਮੂਡ ਰਾਈਟ ਹੁਣ ਉਹ ਜਦੋਂ ਕਿਸੇ ਇਨਸਾਨ ਦਾ ਮੂਡ ਢਹਿ ਢੇਰੀ ਹੁੰਦਾ ਅਤੇ ਉਹਨੂੰ ਜ਼ਰੂਰਤ ਹੈਗੀ ਹੈ ਵੀ ਉਹ ਆਲਮੋਸਟ ਅਗਰੈਸਿਵ ਹੋਏਗਾ ਅਤੇ ਅੱਗੋਂ ਰਿਸਪੋਂਸ ਅਗਰੈਸਿਵ ਨਾ ਹੋਏ ਕਿਉਂਕਿ ਉਹ ਮੂਡ ਖਰਾਬ ਹੈ ਤਾਂ ਅਗਰੈਸਿਵ ਹੋ ਰਿਹਾ ਨਾ ਉਹ ਕੋਈ ਤੁਹਾਡੇ ਨਾਲ ਨਹੀਂ ਅਗਰੈਸਿਵ ਹੋ ਰਿਹਾ ਉਹ ਆਪਣੋ ਅੰਦਰੋਂ ਫਰਸਟ੍ਰੇਟਿਡ ਹੈ ਐਂਡ ਉਹਨੂੰ ਜੇ ਕੋਈ ਨੈਕਸਟ ਚਾਂਸ ਮਿਲੇ ਤਾਂ ਉਹ ਫਟਾਫਟ ਜਾ ਕੇ ਡਰੱਗਸ ਲੈ ਲਏ ਬਟ ਇਹ ਹੈ ਕਿ ਦਿਸ ਇਜ਼ ਇਹ ਸਾਰੀ ਰਿਐਲਿਟੀ ਹੈ ਇਹਦੇ 'ਚੋਂ ਲੰਘ ਕੇ ਹੀ ਅਗਲੀ ਸਟੇਜ 'ਚ ਜਾਂਦੇ ਹਾਂ ਬਟ ਪੇਰੈਂਟਸ ਇਸ ਚੀਜ਼ ਕੋ ਸਮਝ ਰਹੇ ਹੈ ਹਾਂ ਇੱਥੇ ਬੇਟੇ ਪ੍ਰੋਗਰਾਮ ਤਾਂ ਹੀ ਕੀਤਾ ਗਿਆ ਕਿਉਂਕਿ ਜੇ ਅਸੀਂ ਸਾਡੇ ਪੇਰੈਂਟਸ ਨਹੀਂ ਨਾ ਸਮਝਦੇ ਅਸੀਂ ਪੇਰੈਂਟਸ ਟ੍ਰੀਟਮੈਂਟ ਹੀ ਨਹੀਂ ਕਰ ਸਕਦੇ ਬੱਚਿਆਂ ਨੇ ਅਨੀਸ਼ਾ ਸੈਡ ਕਿ ਸਕੂਨ ਮਿਲਿਆ ਓਕੇ ਇਹ ਪੇਸ਼ੈਂਟ ਨੂੰ ਨਹੀਂ ਈਵਨ ਦ ਮਦਰ ਮਸਟ ਹੈਵ ਫੈਲਟ ਮੈਂ ਆਈਲ ਟੈਲ ਯੂ ਮਾਈ ਓਨ ਐਕਸਪੀਰੀਅੰਸ ਮੈਨੂੰ ਲੱਗਦਾ ਸੀ ਵੀ ਮੇਰਾ ਬੇਟਾ ਖਤਮ ਹੈ ਦ ਨਾਈਟ ਆਈ ਕੇਮ ਟੋਕ ਟੂ ਯੂ ਬੜੀ ਮੁਸ਼ਕਿਲ ਦੇ ਨਾਲ ਇੱਥੇ ਲਿਆ ਕੇ ਅਤੇ ਜਿੱਦਾਂ ਗੇਟ ਦੇ ਅੰਦਰ ਐਂਟਰ ਕੀਤਾ ਨਾ ਮੈਂ ਕਿਹਾ ਹੁਣੇ ਬਚ ਜੂ That was, you know, a spoon to a mother. Ke bach juga, this is the only way. And as luck would have it, eh, on de saar inne dok saab nu, inna nu saara kush, you know, he shared. Remember, he was going round and round. Te inne ik sentence bolya si, which I can't forget till date. ਕਹਿੰਦਾ ਡਾਕਟਰ ਸਾਹਿਬ ਜਾਂ ਤਾਂ ਮੈਂ ਮਰ ਜੂੰਗਾ ਜਾਂ ਮੇਰੇ ਅੰਦਰੋਂ ਗੰਦ ਕੱਢੋ ਪਾਗਲ ਹੋ ਜਾਊਂਗਾ ਲੁੱਕ ਐਟ ਦਿਸ ਕਿ ਯੂ ਆਰ ਐਟ ਦੈਟ ਪੁਆਇੰਟ ਜਿੱਥੋਂ ਯੂ ਹੈਵ ਟੂ ਯੂ ਨੋ ਸੋਰਟ ਆਫ ਵਰਕ ਆਊਟ ਨਹੀਂ ਤਾਂ ਇਹਨਾਂ ਤੋਂ ਜਿਹੜੇ ਚੇਂਜਿਸ ਆਉਂਦੇ ਆਪਣੇ ਬੱਚੇ 'ਚ ਨਹੀਂ ਹੁੰਦੇ
ਫੋਲੋ ਅਪ ਲਈ ਗਿਆ ਦੁਬਾਰਾ ਦੋ ਤਿੰਨ ਦਿਨ ਪਹਿਲੇ। ਹੁਣ ਇਮੀਡੀਏਟਲੀ ਹੁਣ ਬੱਚੇ ਨੂੰ ਕੀ ਜ਼ਿੰਮੇਵਾਰੀ ਦੇ ਦੇ ਘਰ ਆ ਕੇ ਦੋ ਬੰਦਿਆਂ 'ਚ ਕੀ? ਮੈਨੂੰ ਪਤਾ ਕਿ ਮੈਨੂੰ ਮੈਂ ਘਰ ਨੂੰ ਇਕੱਲਾ ਛੱਡ ਸਕਦਾ, ਮੈਂ ਉਹ ਮੇਰੇ ਨਾਲ ਆਫਿਸ ਚਲੇ ਜਾਂਦਾ ਸੀ। ਮੈਨੂੰ ਸਵੇਰੇ ਉਠਾਉਣ 'ਚ ਥੋੜ੍ਹੀ ਦਿੱਕਤ ਆਉਂਦੀ ਸੀ, ਉਹਨੂੰ ਦੋ ਤਿੰਨ ਵਾਰੀ ਗੁੱਡ ਮਾਰਨਿੰਗ ਬੋਲਿੰਗ ਕਹਿਣੀ ਪੈਂਦੀ ਸੀ, ਲੇਕਿਨ ਉੱਠ ਜਾਂਦਾ ਸੀ 8 ਵਜੇ ਤੀਕਰ, ਮੇਰੇ ਨਾਲ ਹੀ ਉਹਨੇ ਤਿਆਰ ਹੋ ਜਾਣਾ। ਜਿਸ ਦਿਨ, ਇਹ ਬੁੱਧਵਾਰ ਦੀ ਗੱਲ ਹੈ, ਬੁੱਧਵਾਰ ਉਹਨੇ ਕੰਮ ਵਾਲੀ ਨੂੰ ਆਖਿਆ, ਆਂਟੀ ਕੱਲ੍ਹ ਵੀਰਵਾਰ ਹੈ, ਤੁਸੀਂ ਕੱਲ੍ਹ ਕੱਪੜੇ ਨਹੀਂ ਧੋਣੇ, ਅੱਜ ਮੇਰੇ ਨਾ ਅੰਡਰ ਗਾਰਮੈਂਟ ਸਾਰੇ ਧੋ ਦਿਓ। ਉਹਨੇ ਪੁੱਛਿਆ, ਨਵੀਨ ਕੀ ਗੱਲ ਹੈ? ਕਹਿੰਦਾ ਜੀ ਮੈਂ ਨਾ ਪਰਸੋਂ ਨਾਨਕੇ ਜਾਣਾ। ਅਤੇ ਮੈਂ ਕਿਹਾ ਨਾਨਕੇ ਕਿੱਥੇ? ਉਹ ਮੈਂ ਕਿਹਾ ਪਰਸੋਂ ਗੁਰੂਆ ਉੱਥੇ ਹਰਮੀਟੇਜ ਜਾਣਾ ਵਾ। ਕਹਿੰਦਾ ਪਾਪਾ ਮੈਂ ਨਾਨਕੇ ਹੀ ਆਵਾਂ ਫਿਰ। ਕਹਿੰਦਾ ਮੈਂ ਉੱਥੇ ਜਾਣਾ। ਮੇਰਾ ਹਾਸਾ ਨਿਕਲ ਗਿਆ ਅਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਵੀ ਆਪਾਂ ਸਵੇਰੇ ਜਾਣਾ, ਡਾਕਟਰ ਸਾਹਿਬ ਨੇ ਉੱਧਰ ਆਖਿਆ ਸੀਗਾ ਕਿ ਵੀ ਸਵੇਰੇ ਆਇਓ, ਸਵੇਰ ਦੀ ਮੀਟਿੰਗ ਅਟੈਂਡ ਕਰਨੀ ਆ। ਕਹਿੰਦਾ ਪਾਪਾ ਸਾਰੇ ਯਾਰ ਦੁਪਹਿਰੇ ਜਾਂਦੇ ਆ, ਮੈਂ ਵੀ ਦੁਪਹਿਰੇ ਚਲੇ ਜਾਵਾਂਗਾ। ਅਤੇ ਜਦੋਂ ਅਸੀਂ ਦੋਨੋਂ ਪਿਓ ਪੁੱਤ ਗਏ ਅਤੇ ਬਾਈਪਾਸ 'ਤੇ ਜਦੋਂ ਹੋਏ ਨਾ, ਅਤੇ ਮੇਰੇ ਵੱਲ ਆਇਆ ਕਰਕੇ ਦੇਖਦਾ ਰਿਹਾ ਕਿ ਪਾਪਾ ਹਰਮੀਟੇਜ ਨੂੰ ਮੁੜਨ ਡਿਆ ਕਿ ਮਿਲ ਵੱਲ ਨੂੰ ਮੁੜਨ ਡਿਆ। ਅਤੇ ਮੈਂ ਥੋੜ੍ਹੀ ਇੱਦਾਂ, ਕਹਿੰਦਾ ਪਾਪਾ ਯਾਰ ਪਲੀਜ਼, ਕਹਿੰਦਾ ਦੁਪਹਿਰੇ ਲੈ ਆਇਓ, ਸਾਰੇ ਦੁਪਹਿਰੇ ਆਉਂਦੇ। ਫਿਰ ਮੈਂ ਇਸ ਚੀਜ਼ ਨੂੰ ਮੰਨਣਾ ਨਹੀਂ ਸੀ ਚਾਹੁੰਦਾ, ਲੇਕਿਨ ਮੈਂ ਉਹਨੂੰ ਉਹ ਵੀ ਨਹੀਂ ਸੀ ਚਾਹੁੰਦਾ ਕਿ ਮੈਂ ਇੰਨੀ ਜ਼ਿਆਦਾ ਉਹਦੇ 'ਤੇ ਕਰਦਾ ਫਸਟ ਸਟੇਜ ਦੇ ਵਿੱਚ ਹੀ। ਮੈਂ ਕਿਹਾ ਓਕੇ, ਮੈਂ ਕਿਹਾ ਤੂੰ ਆਪਣੀ ਫਰੈਂਡ ਨਾਲ ਗੱਲ ਹੀ ਕਰਨੀ ਹੈ ਨਾ, ਹੋਰ 2 ਘੰਟੇ ਮੈਂ ਕਿਹਾ ਕਰਨ ਡਿਆ ਨਾ, ਰੁਕਿਆ ਤਾਂ ਨਹੀਂ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦਾ ਪਾਪਾ ਪਲੀਜ਼ ਯਾਰ, ਕਹਿੰਦਾ ਦੁਪਹਿਰੇ ਚੱਲਾਂਗੇ। ਫਿਰ ਉਹ ਹੀ ਮੈਂ ਮਿਲ ਦੇ ਵਿੱਚ ਆਇਆ, 12:30 ਵਜੇ ਉਹਨੇ ਮੈਨੂੰ ਆਪ ਆਖਿਆ, ਕਹਿੰਦਾ ਪਾਪਾ ਚੱਲੀਏ? ਮੈਂ ਚੱਲੋ ਜੀ। ਕਹਿੰਦਾ ਨਹੀਂ ਤਾਂ 1 ਵਜੇ ਨਿਕਲਦੇ ਆ। ਫਿਰ ਮੈਨੂੰ ਨਾ ਥੋੜ੍ਹਾ ਜਿਹਾ ਮੈਨੂੰ ਗੁੱਸਾ ਆ ਗਿਆ। ਮੈਂ ਛੱਡਾ ਵੀ ਯਾਰ, ਮੈਂ ਕਿਹਾ ਅੱਧਾ ਘੰਟਾ ਮੋਰਨਿੰਗ ਮੀਟਿੰਗ ਸੀ, ਉਹ ਨਹੀਂ ਅਟੈਂਡ। ਫਿਰ ਉਹਨੇ ਮੈਨੂੰ ਨਾ ਥੋੜ੍ਹਾ, ਉਹ ਵੀ ਅਗਰੈਸਿਵ ਹੋਇਆ ਸੀਗਾ, ਉਹਨੇ ਮੈਨੂੰ ਕਹਿੰਦਾ ਪਾਪਾ ਹੁਣ ਮੈਂ ਕੀ ਕੀਤਾ? ਅਤੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਇੱਕ ਗਲਤੀ ਕਰ ਬੈਠਾ ਹਾਂ। ਅਤੇ ਮੈਂ ਉੱਥੇ ਚੁੱਪ ਕਰ ਗਿਆ, ਮੈਂ ਉਹਨੂੰ ਕੁਛ ਨਹੀਂ ਆਖਿਆ, ਕੋਈ ਰਿਪਲਾਈ ਨਹੀਂ ਦਿੱਤਾ ਕਿ ਤੂੰ ਕੀ ਕੀਤਾ ਕੀ ਨਹੀਂ ਕੀਤਾ। ਮੈਂ ਇਟਸ ਓਕੇ, ਮੈਂ ਕੁਛ ਵੀ ਕਰਕੇ ਚੁੱਪ ਕਰ ਗਿਆ। 1 ਵਜਾ, ਮੈਂ ਬੱਚੇ ਚੱਲੀਏ? ਕਹਿੰਦਾ ਹਾਂਜੀ ਪਾਪਾ ਚੱਲੀਏ। ਆਪਾਂ ਹਰਮੀਟੇਜ ਚਲੇ ਗਏ, ਆਪਣੇ ਆਪ ਹੀ ਉਤਰ ਗਿਆ, ਆਪਣੇ ਕੌਂਸਲਰ ਨੂੰ ਸਵੇਤਾ ਮੈਮ ਨੂੰ ਮਿਲਿਆ। ਅਤੇ ਇੱਕ ਚੀਜ਼ ਮੈਂ ਉੱਥੇ ਜਿਹੜੀ ਓਬਜ਼ਰਵ ਕੀਤੀ, ਜਿਵੇਂ ਘਰ ਜਿਵੇਂ ਤੁਸੀਂ ਆਖਿਆ ਕਿ ਇਹਦੇ ਕੋਲ ਜਿਹੜੀ ਇਹਨਾਂ ਕੋਲ ਇੱਕ ਚੀਜ਼ ਖੋਲੀ ਜਾਂਦੀ ਹੈ, ਉਹਦੇ ਕਰਕੇ ਇਹਨਾਂ ਦਾ ਮੂਡ ਜਿਹੜਾ ਥੋੜ੍ਹਾ ਡਿੱਪ ਹੁੰਦਾ। ਪਰ ਮੈਂ ਦੇਖਿਆ ਜਿੱਦਾਂ ਹਰਮੀਟੇਜ ਦੇ ਐਂਟਰ ਹੋਇਆ ਹੈ ਉੱਥੇ, ਅਤੇ ਉੱਥੇ ਤਾਂ ਨਵੀਨ ਬਦਲ ਹੀ ਗਿਆ। ਉਹ ਫਿਰ ਉਹ ਹੀ ਉੱਥੇ ਉਹਨੂੰ ਜੱਫੀ ਪਾ ਲਾ, ਉਹਦੇ ਨਾਲ ਮਿਲ ਲਾ, ਮੈਡਮ ਆ ਗਏ ਉਹਨਾਂ ਨਾਲ ਗੱਲ ਕਰ ਲਾ। ਮੈਂ ਉੱਥੇ ਮੈਂ ਖਲੋਤਾ ਸੀ ਜਿਵੇਂ ਕੋਈ ਅਨਵਾਂਟਿਡ ਗੈਸਟ ਆ ਜਾਂਦਾ, ਅਤੇ ਮੈਂ ਉਹਦੇ ਚੁੱਪ ਕਰਕੇ ਉੱਥੇ ਖਲੋਤਾ। ਮੈਂ ਕਿਹਾ ਅਤੇ ਵੀ ਇਫੈਕਟ ਨਾਲ ਕੇ ਹੀ ਆ ਗਿਆ। ਮੈਂ ਕਿਹਾ ਚਲੋ, ਮੈਂ ਕਿਹਾ ਮੈਂ ਫਿਰ ਕਹਿ 15 ਮਿੰਟਾਂ ਬਾਅਦ ਮੈਂ ਕਿਹਾ ਬੱਚੇ ਮੈਂ ਜਾਵਾਂ। ਕਹਿੰਦਾ ਹਾਂ ਪਾਪਾ ਤੁਸੀਂ ਜਾਓ। ਮਤਲਬ ਯੂ ਸੀ ਫਰੋਮ ਦ ਡੇ ਵੈਨ ਹੀ ਵਾਸ ਨਾਟ ਵਿਲਿੰਗ ਟੂ ਕਮ ਫਾਰ ਦ ਮੀਟਿੰਗ, ਦੈਨ ਹੀ ਵੁੱਡ ਰਿਵੋਲਟ। ਮੈਂ ਇੱਕ ਉਸ ਗੱਲ ਦੇ ਉੱਤੇ ਆ ਰਿਹਾ ਹੁੰਦੀ ਹੈ ਵੈਨ ਹੀ ਟੋਲਡ ਮੀ ਕਿ ਇਹਨੂੰ ਲੈ ਕੇ ਜਾਓ, ਐਂਡ ਆਈ ਵਾਸ ਮੈਨੂੰ 3-4 ਆਵਰਸ ਲੱਗੇ ਟੂ ਡਿਸਾਈਡ ਕਰਨ ਦੇ ਕਿ ਭੇਜਾਂ ਕਿ ਨਾ ਭੇਜਾਂ, ਭੇਜਾਂ ਕਿ ਨਾ ਭੇਜਾਂ। ਦੈਨ ਅਲਟੀਮੇਟਲੀ ਹੀ ਟੋਲਡ ਕਿ ਵੀ ਬੈਨ, ਜਦੋਂ ਮੈਂ ਤੁਹਾਨੂੰ ਕਹਿੰਦਾ ਮੈਂ ਭੇਜੋ, ਤਾਂ ਫਿਰ ਤੁਸੀਂ ਕਿਉਂ ਨਹੀਂ ਭੇਜ ਰਹੇ, ਡਿਲੇ ਕਿਉਂ ਕਰ ਰਹੇ ਹੋ? ਦੇਰ ਇਜ਼ ਅ ਡਿਫਰੈਂਸ। ਅਤੇ ਮੈਂ ਜਿਹੜੀ ਗੱਲ ਐਕਚੁਅਲੀ ਮੈਂ ਦੱਸਣੀ ਚਾਹੁੰਦਾ ਉਹ ਇਹ ਦੱਸਣੀ ਚਾਹੁੰਦਾ ਕਿ ਜਦੋਂ
ਰਿਹੈਬ ਦੇ ਵਿੱਚੋਂ ਪੇਸ਼ੈਂਟ ਆਉਂਦਾ ਘਰ, ਉਹਦੀ ਜਿਹੜੀ ਨੈਕਸਟ ਰਿਕਵਰੀ ਦੀ ਜਰਨੀ ਜਿਹੜੀ ਹੁੰਦੀ ਆ, ਉਹਨੂੰ ਇੱਕ ਰੋਡ ਮਿਲ ਚੁੱਕੀ ਹੁੰਦੀ ਆ, ਔਰ ਇੱਕ ਉਹਨੂੰ ਉੱਥੋਂ ਦਾ ਐਟਮੋਸਫੀਅਰ ਪਤਾ ਹੁੰਦਾ, ਇਨਵਾਇਰਮੈਂਟ ਪਤਾ ਹੁੰਦਾ, ਇਸ ਕਰਕੇ ਉਹ ਹੈਜੀਟੇਟ ਨਹੀਂ ਹੁੰਦਾ ਹੈਲਪ ਮੰਗਣ ਦੇ ਲਈ। ਅਗਰ ਉਹਨੂੰ ਲੱਗਦਾ ਨਾ ਕਿ ਕਿਤੇ ਆਈ ਐਮ ਅਸਟਿੰਗ ਫੋਰ ਮਾਈ ਪਾਥ, ਇਮੀਡੀਏਟਲੀ ਉਹ ਕਹਿੰਦਾ ਕਿ ਜਾਂ ਕੁਛ ਐਸਾ ਐਕਸ਼ਨ ਤੋਂ ਦੱਸ ਦੇਗਾ ਜਾਂ ਬੋਲ ਕੇ ਦੱਸ ਦੇਗਾ, ਉਹ ਮਤਲਬ ਤੁਹਾਨੂੰ ਦੱਸ ਦੇਗਾ ਕਿ ਯੈਸ ਆਈ ਰਿਕੁਆਇਰਡ ਹੈਲਪ। ਜਿੱਦਾਂ ਕਿ ਮੈਂ ਕਰ ਰਹੇ ਸੀ ਕਿ ਮੈਂ ਲੈ ਕੇ ਉਹ ਦੱਸ ਦਿੰਦਾ ਕਿ ਹੀ ਹੈਜ਼ ਦੈਟ ਮਚ ਕੌਨਫੀਡੈਂਸ ਇਨ ਹਰਮੀਟਸ ਸਟਾਫ ਔਰ ਦੈਟ ਇਨਵਾਇਰਮੈਂਟ, ਕਿ ਉਹਨੂੰ ਕਹਿੰਦਾ ਕਿ ਯੈਸ ਮੈਂ ਉੱਥੇ ਜਾਵਾਂਗਾ ਅਤੇ ਮੈਂ ਸੇਫ ਹੈ, ਜਾਂ ਮੈਂ ਫਰਦਰ ਜਿਹੜਾ ਮੇਰਾ ਸਫ਼ਰ ਹੈ ਉਹ ਈਜ਼ੀ ਹੋ ਸਕਦਾ, ਜਾਂ ਮੈਨੂੰ ਉੱਥੋਂ ਗਾਈਡਲਾਈਨ ਪ੍ਰੋਪਰਲੀ ਮਿਲ ਸਕਦੀ ਹੈ। ਇੱਕ ਸਾਰਿਆਂ ਨਾਲੋਂ ਵੱਡਾ ਰੀਜ਼ਨ ਹੈ ਜਿਹੜਾ ਕਿ ਉੱਥੇ 3 ਮਹੀਨੇ ਬੱਚਾ ਰਹਿ ਕੇ ਉਹਨਾਂ ਦਾ ਕੌਨਫੀਡੈਂਸ ਔਰ ਉਹਨਾਂ ਦੇ ਕੌਂਸਲਰ ਪੇਸ਼ੈਂਟ ਦਾ ਕੌਨਫੀਡੈਂਟ ਲੈਂਦੇ ਨੇ। ਇਹ ਜਦੋਂ ਇੱਕ ਦੂਸਰੇ 'ਚ ਕੌਨਫੀਡੈਂਸ ਆ ਜਾਂਦਾ ਫਿਰ ਕਈ ਚੀਜ਼ਾਂ ਬੜੀਆਂ ਈਜ਼ੀ ਹੋ ਜਾਂਦੀਆਂ। ਸਕੂਨ ਦੀ ਗੱਲ ਕੀਤੀ ਸੀ ਬੱਚੇ ਨੇ, ਸਕੂਨ ਤਾਂ ਫੈਕਟ ਹੈ ਸਰ ਕਿ ਜਦੋਂ ਅਸੀਂ ਇੱਥੇ ਜਿਹੜੀ ਹਾਲਾਤਾਂ 'ਚ ਅਸੀਂ ਦੇਖ ਘਰੇ ਹੁੰਦੇ ਹਾਂ ਨਾ, ਜਦੋਂ ਅਸੀਂ ਇੱਥੇ ਆ ਕੇ ਸੁਣਦੇ ਹਾਂ ਇਹਨੇ ਆਖਿਆ ਨਹੀਂ ਸਮਝ ਆਉਂਦੀ, ਅਤੇ ਮੈਂ ਇੱਕ ਵਾਰੀ ਪਹਿਲਾਂ ਸੈਕਿੰਡ ਮੀਟਿੰਗ 'ਚ ਮੈਂ ਬੋਲਿਆ ਜੀ, ਮੈਂ ਕਿਹਾ ਜੀ ਇੱਥੇ ਬਹਿ ਕੇ ਤਾਂ ਕੋਈ ਵੀ ਬੋਲ ਲੇ, ਇਹ ਮੇਰੀ ਵਰਡਿੰਗ ਸੀਗੀ। ਔਰ ਉਹਦੇ ਬਾਅਦ ਮੈਂ ਸੋਚਿਆ, ਮੈਂ ਕਿਹਾ ਅੱਜ ਮੈਂ ਸੋਚਦਾ ਕਿ ਯਾਰ ਕਿੱਡੀ ਬੇਵਕੂਫਾ ਵਾਲੀ ਗੱਲ ਹੀ ਸਿਆਣੇ ਵਾਲੇ, ਮੈਂ ਕਿਹਾ ਅੱਜ ਮੈਨੂੰ ਪਤਾ ਲੱਗਦਾ ਕਿ ਇੱਥੋਂ ਦੇ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਇਮੀਡੀਏਟਲੀ ਤੁਹਾਡੀ ਯੂਜ਼ 'ਚ ਨਹੀਂ ਆਉਂਦੀਆਂ, ਲੇਕਿਨ ਆਉਂਦੀਆਂ 100% ਹੈ। ਉਹ ਭਾਵੇਂ ਤੁਹਾਡੇ ਨੋਰਮਲ ਲਾਈਫ 'ਚ ਆਉਣ, ਓਫਿਸ਼ੀਅਲ ਹੈ ਕੈਰੀਅਰ 'ਚ ਆਉਣ, ਕਿਤੇ ਨਾ ਕਿਤੇ ਦੈਟ ਇਜ਼ ਟੂ ਮੱਚ ਹੈਲਪਫੁਲ। ਨਹੀਂ ਨਹੀਂ ਯੈਸ ਬਿਊਟੀਫੁਲ ਵਰਡਸ, ਉਹਨਾਂ ਦੇ ਨਾ 5-10 ਸਿਧਾਂਤ ਆ ਜਿਹੜੇ ਕਿ ਹਰ ਵੇਲੇ ਲਾਈਫ 'ਚ ਗੂੰਜਦੇ ਰਹਿੰਦੇ ਆ। ਅਸਮਾਨ 'ਤੇ ਟਾਕੀਆਂ ਲਾਉਣਾ ਉਹਨਾਂ ਦਾ ਇੱਕ ਹੈ, ਕਹਿੰਦੇ ਆ ਕਿ ਰਿਕਵਰੀ ਦੇ ਸਾਇੰਸ ਮੈਂ ਤੁਹਾਨੂੰ ਦੱਸਦਾ, ਜਿਹਨੂੰ ਘਰ ਦਾ ਪਾਣੀ ਸਵਾਦ ਲੱਗਦਾ ਇਹ ਰਿਕਵਰੀ 'ਚ ਹੈ, ਜਿਹਨੂੰ ਘਰ ਦਾ ਖਾਣਾ ਚੰਗਾ ਲੱਗਦਾ ਉਹ ਰਿਕਵਰੀ 'ਚ ਹੈ, ਜਿਹਨੂੰ ਆਪਣਾ ਘਰ ਚੰਗਾ ਲੱਗਦਾ ਉਹ ਰਿਕਵਰੀ 'ਚ ਹੈ, ਜਿਹਨੂੰ ਆਪਣੇ ਘਰ ਦੀ ਚੀਜ਼ਾਂ ਦੇ ਨਾਲ ਪਿਆਰ ਹੋ ਜਾਂਦਾ ਉਹ ਰਿਕਵਰੀ 'ਚ ਹੈ, ਮਤਲਬ ਜਿਹਨੂੰ ਘਰ ਦੇ ਜੀਅ ਚੰਗੇ ਲੱਗਦੇ ਉਹ ਰਿਕਵਰੀ 'ਚ ਹੈ। ਮਤਲਬ ਉਹਨਾਂ ਦੇ ਨਾ ਲਿਟਮਸ ਟੈਸਟ ਹੈਗੇ ਆ, ਤੁਸੀਂ ਆਪ ਉਹ 10 ਪੁਆਇੰਟ ਬੋਲਦੇ ਹੋ, ਤੁਸੀਂ 10 ਪੁਆਇੰਟ ਆਪਣੇ ਟਿੱਕ ਕਰ ਲਓ, ਅੱਛਾ ਹਾਲੇ ਨਹੀਂ ਮੈਨੂੰ ਚੰਗਾ ਲੱਗਦਾ ਜਾਂ ਹਾਲੇ ਮੈਨੂੰ ਲੱਗਦਾ। ਮਤਲਬ ਮੈਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਆਈ, ਕਹਿੰਦੇ ਜਿਹਨੂੰ ਆਪਣੇ ਘਰ ਦਾ ਪਾਣੀ ਚੰਗਾ ਲੱਗਦਾ ਨਾ ਉਹ ਰਿਕਵਰੀ 'ਚ। ਇਹ ਗੱਲ ਬਹੁਤ ਜ਼ਬਰਦਸਤ ਹੈ, ਨਾ ਮੇਰੇ ਘਰ ਅੱਜ ਤੋਂ ਬਾਅਦ ਕੋਈ ਬੰਦਾ ਵੜੇਗਾ ਜਿਹਨੇ ਅਲਕੋਹਲ ਪੀਤੀ ਹੈ, ਅਤੇ ਨਾ ਕੋਈ ਇਹੋ ਜਿਹਾ ਰਿਸ਼ਤੇਦਾਰ ਮੇਰੇ ਘਰ ਅਲਾਊਡ ਹੈ ਕਿ ਜਿਹੜਾ ਸ਼ਰਾਬ ਪੀਂਦਾ। ਮਤਲਬ ਉਹਨਾਂ ਨੇ ਆਪਣੇ ਇੱਕ ਇੰਨੇ ਸਿਧਾਂਤ ਸਿੱਧੇ ਬਣਾ ਤੇ, ਇਜ਼ ਏ ਸਵੀਅਰ ਪੇਸ਼ੈਂਟ ਆਫ ਬਾਈਪੋਲਰ, ਪਰ ਉਹ ਬਾਈਪੋਲਰ ਵੀ ਤੁਹਾਨੂੰ ਪਤਾ ਨਾ ਰਿਕਵਰੀ ਜਿਹੜੀ ਹੈ ਉਹ ਅਡਿਕਸ਼ਨ ਨੂੰ ਨਹੀਂ ਠੀਕ ਕਰਦੀ, ਬਾਈਪੋਲਰ ਸਕਿਜ਼ੋਫਰੇਨੀਆ ਸਾਰੀਆਂ ਸਾਈਕੈਟ੍ਰਿਕ ਡਿਸਆਰਡਰਸ ਨੂੰ ਠੀਕ ਕਰਦੀ ਹੈ। ਐਂਡ ਮੈਂ ਤੁਹਾਨੂੰ ਇਹ ਦੱਸਾਂ ਕਿ ਜਿੰਨੇ ਸਾਡੇ ਸਾਈਕੈਟ੍ਰਿਕ ਪੇਸ਼ੈਂਟਸ ਅਡਿਕਸ਼ਨ ਨੂੰ ਦੇਖ ਕੇ ਠੀਕ ਹੁੰਦੇ ਆ ਨਾ, ਉਹਨੇ ਸਾਈਕੈਟ੍ਰਿਕ ਪੇਸ਼ੈਂਟ ਕਦੀ ਵੀ ਕਿਤੇ ਠੀਕ ਨਹੀਂ ਹੁੰਦੇ। ਇੱਕ ਰੀਅਲ ਫੈਕਟ ਹੈ, ਰਿਸਰਚ ਕਹਿੰਦੀ ਹੈ, ਦੇਅਰ ਵਾਜ਼ ਲੋਟ ਆਫ ਰਿਸਰਚ ਅਬਾਊਟ ਇਟ, ਕਿ ਤੁਸੀਂ ਸਾਰੇ ਤਰ੍ਹਾਂ ਦੇ ਪੇਸ਼ੈਂਟ ਮਿਕਸਅਪ ਨਾ ਕਰੋ, ਅਲਕੋਹਲਿਕਸ ਨੂੰ ਵੱਖਰਾ ਰਹਿਣ ਦਿਓ, ਫਿਰ ਤੁਸੀਂ ਇਹਨੂੰ ਵੱਖਰਾ ਰਹਿਣ ਦਿਓ। ਫਿਰ ਇੱਕ ਜਿਹੜੀ ਲੇਟੈਸਟ ਰਿਸਰਚ ਉਹ ਮੈਂ ਪੜ੍ਹਦਾ ਪਿਆ, ਕਹਿੰਦੇ ਕਿ ਜਦੋਂ ਤੁਸੀਂ ਰੀਹੈਬ ਸੈਂਟਰ 'ਚ ਰੱਖਦੇ ਹੋ ਜਿਹੜੇ ਪੇਸ਼ੈਂਟ ਡਰੱਗਸ ਨਹੀਂ ਵੀ ਲੈਂਦੇ ਐਂਡ ਦੇ ਆਰ ਸਫਰਿੰਗ ਫਰੋਮ ਸਾਈਕੈਟ੍ਰਿਕ ਡਿਸਆਰਡਰ, ਦੇ ਆਰ ਦਾ ਬਿਗੈਸਟ ਬੈਨੀਫਿਸ਼ਰੀਜ਼ ਫਰੋਮ ਦਾ ਪ੍ਰੋਗਰਾਮ ਆਫ ਅਡਿਕਸ਼ਨ। ਕਿਉਂਕਿ ਹਰ ਚੀਜ਼ ਦਾ ਸਲਿਊਸ਼ਨ ਜਿਹੜਾ ਰਿਕਵਰੀ ਹੈ, ਹਰ ਚੀਜ਼ ਦਾ ਸਲਿਊਸ਼ਨ, ਭਾਵੇਂ ਤੁਹਾਡਾ ਸਕਿਜ਼ੋਫਰੇਨੀਆ ਹੈ, ਭਾਵੇਂ ਓ ਸੀ ਡੀ ਹੈ, ਭਾਵੇਂ ਐਂਗਜ਼ਾਇਟੀ ਡਿਸਆਰਡਰ ਹੈ, ਭਾਵੇਂ ਸਟ੍ਰੈਸ ਮੈਨੇਜਮੈਂਟ ਹੈ,
ਭਾਵੇਂ ਤੁਹਾਡਾ ਥੋਟ ਸਟ੍ਰਕ ਡਿਸਆਰਡਰ ਹੈ, ਭਾਵੇਂ ਕਦੀ ਕਿਸੇ ਨੇ ਡਰੱਗ ਦਾ ਟੱਚ ਵੀ ਨਹੀਂ ਕੀਤਾ ਨਾ, ਉਸ ਬੰਦੇ ਨੂੰ ਬਹੁਤ ਫਾਇਦਾ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ। ਦੈਟ ਇਜ਼ ਅ ਲੇਟੈਸਟ ਰਿਸਰਚ। ਸੋ ਅਸੀਂ ਸੋਚਿਆ ਵੀ ਆਪਾਂ ਠੀਕ ਕੰਮ ਕਰ ਰਹੇ ਹਾਂ। ਮੈਨੂੰ ਕਈ ਵਾਰੀ ਲੱਗਦਾ ਵੀ ਅਸੀਂ ਗਲਤ ਨਹੀਂ ਕਰ ਰਹੇ ਕੋਈ, ਕਿਉਂਕਿ ਆ ਜਿਹੜੀ ਭਾਅ ਜੀ ਨੇ ਗੱਲ ਕੀਤੀ ਨਾ, ਕਰਿਓਸਿਟੀ ਇਜ਼ ਅ ਵੈਰੀ ਬਿਗ ਵਰਡ। ਕਰਿਓਸਿਟੀ ਦਾ ਬਹੁਤ ਜ਼ਿਆਦਾ ਮਤਲਬ ਹੈ, ਜਿੰਨਾ ਕੋਈ ਸੋਚ ਲਿਓ ਉਨਾ ਥੋੜ੍ਹਾ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਕੀ ਹੈ, ਤੁਹਾਡੀ ਕਰਿਓਸਿਟੀ ਰਹਿੰਦੀ ਹੈ। ਜਿਵੇਂ ਹੁਣ ਅੱਜ ਅਨੀਸ਼ ਨੇ ਗੱਲ ਕੀਤੀ ਹੈ ਕਿ ਬਈ ਸਕੂਨ ਪਹਿਲਾਂ ਆਉਂਦਾ, ਸਮਝ ਬਾਅਦ 'ਚ ਆਉਂਦੀ ਹੈ। ਦਿਸ ਇਜ਼ ਨਾਓ ਹੁਣੇ ਮੇਰੇ ਵਾਸਤੇ ਇਹ ਕਰਿਓਸਿਟੀ ਹੈ। ਫਿਰ ਜਦੋਂ ਮੈਂ ਕਿਸੇ ਦੀ ਗੱਲ ਕੋਈ ਸੁਣਦਾ, ਫਿਰ ਮੈਂ ਉਹ 'ਚੋਂ ਲੱਭਣਾ, ਅੱਛਾ ਇਹ ਮੇਰੇ ਬ੍ਰੇਨ 'ਚ ਉਹ ਚੀਜ਼ ਆਉਂਦੀ ਹੈ ਕਿ ਹਾਊ ਕੈਨ ਆਈ ਹੈਲਪ ਦ ਨੈਕਸਟ ਪੇਸ਼ੈਂਟ। ਜਿਹੜੇ ਮਨ ਮੇਰੇ ਮਨ ਦੇ ਵਿੱਚ ਸੀਗਾ ਕਿ ਇੱਕੋ ਕੈਲੇਬਰ ਦੇ ਪੇਸ਼ੈਂਟ ਸਾਰੇ ਇਕੱਠੇ ਹੋਣੇ ਚਾਹੀਦੇ ਆ, ਮੈਂ ਕਹਿੰਦਾ ਈਵਨ ਦੈਟ ਇਜ਼ ਨੋਟ ਅ ਰਾਈਟ ਥਿੰਗ, ਕਿਉਂਕਿ ਜਿਹੜੀਆਂ ਚੀਜ਼ਾਂ ਇੱਕੋ ਜੇ ਪੇਸ਼ੈਂਟ ਕਿਤੇ ਨਹੀਂ ਹੋਣੇ ਚਾਹੀਦੇ, ਵੇਰੀਏਸ਼ਨ ਜਿੰਨੀ ਹੋਏਗੀ ਉਨਾ ਜ਼ਿਆਦਾ ਅੱਛਾ। ਸੋ ਬਹੁਤ ਸਾਰੀਆਂ ਚੀਜ਼ਾਂ ਮੈਂ ਵੀ ਤਾਂ ਲਰਨ ਕਰ ਰਿਹਾ, ਬਟ ਇਟ ਇਜ਼ ਆਲ ਬਿਕੋਜ਼ ਆਫ ਕਰਿਓਸਿਟੀ, ਕਿ ਮੇਰੇ ਮਨ 'ਚ ਰਹਿੰਦਾ ਕਿ ਇਸ ਪੇਸ਼ੈਂਟ ਦਾ ਕਿਵੇਂ ਭਲਾ ਕੀਤਾ ਜਾਏ, ਇਸ ਪੇਸ਼ੈਂਟ ਨੂੰ ਕਿਵੇਂ ਭਲਾ ਕੀਤਾ ਜਾਏ। ਦੇਰ ਆਰ ਸੋ ਮੈਨੀ ਥਿੰਗਸ ਵਾਈ ਆਈ ਵੁੱਡ ਰਿਕੁਐਸਟ ਕਿ ਜਸਬੀਰ ਸਿੰਘ ਜੀ ਤੁਹਾਡੇ ਕੋਈ ਜਵਾਬ ਦੇਣ, ਮੈਡਮ ਤੁਹਾਡਾ ਕੋਈ ਜਵਾਬ ਦੇਣ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਇਹਨਾਂ ਨੇ ਫੀਲ ਕੀਤਾ ਉਹ ਮੈਂ ਵੀ ਨਹੀਂ ਕਹਿ ਸਕਦਾ, ਮੈਂ ਤਾਂ ਸਾਇੰਸ ਹੀ ਦੱਸ ਸਕਦਾ ਨਾ ਸਾਇੰਸ ਕੀ ਕਹਿੰਦੀ ਹੈ। ਬਟ ਅਗੇਨ ਇਟ ਵਾਜ਼ ਮਾਈ ਲਰਨਿੰਗ ਕਿ ਵੀ ਉਹ ਕਹਿੰਦੇ ਜਿੰਨੇ ਸਾਡੇ ਸਾਈਕੈਟ੍ਰਿਕ ਪੇਸ਼ੈਂਟਸ ਹੈ ਨਾ, ਉਹ ਰੀਹੈਬ ਦੇ ਵਿੱਚ ਜ਼ਿਆਦਾ ਬੈਨੀਫਿਟ ਕਰਦੇ ਹੈ ਐਜ਼ ਕੰਪੇਅਰ ਟੂ ਪੇਸ਼ੈਂਟਸ ਵਿਦ ਅਡਿਕਸ਼ਨ। ਕਿਉਂਕਿ ਅਡਿਕਸ਼ਨ ਦੇ ਪੇਸ਼ੈਂਟ ਦੇ ਵਿੱਚ ਨਾ ਇੱਕ ਬਹੁਤ ਦੇਰ ਤੱਕ ਚੱਲਦਾ ਰਹਿੰਦਾ ਹੈ ਕਿ ਮੇਰੀ ਡਰੱਗ ਚੱਲ ਜਾਏਗੀ ਨਾ ਤਾਂ ਮੇਰੀਆਂ ਪ੍ਰੋਬਲਮਸ ਠੀਕ ਹੋ ਜਾਣਗੀਆਂ। ਤਾਂ ਅਲਟੀਮੇਟਲੀ ਜਦੋਂ ਸਾਈਕੈਟ੍ਰਿਕ ਪੇਸ਼ੈਂਟ ਦੇਖਦੇ ਆ ਵੀ ਮੈਨੂੰ ਤਾਂ ਅਡਿਕਸ਼ਨ ਕੋਈ ਨਹੀਂ ਹੈ ਪਰ ਮੈਨੂੰ ਫਾਇਦਾ ਹੋ ਰਿਹਾ, ਉਹ ਲਰਨ ਕਰਨਾ ਸ਼ੁਰੂ ਕਰਦੇ। ਬ੍ਰੇਕ ਨੋ, ਇਟ ਇਜ਼ ਵੈਰੀ ਇੰਪੋਰਟੈਂਟ ਕਿ ਵੀ ਅਸੀਂ ਆਪਣੇ ਆਪ ਨੂੰ ਜ਼ਿਆਦਾ ਵਾਈਡ ਸਕੇਲ 'ਤੇ ਰੱਖੀਏ, ਯਾਰ ਮੇਰੇ 'ਚ ਇਹ ਵੀ ਹੈ, ਯਾਰ ਮੇਰੇ 'ਚ ਇਹ ਵੀ ਹੈ, ਜਾਂ ਮੇਰੇ 'ਚ ਇਹ ਵੀ ਹੈ, ਭਾਵੇਂ ਮੈਂ ਡਰੱਗਸ ਨਹੀਂ ਕਰਦਾ ਪਰ ਮੇਰੀ ਸੋਚਾਂ ਦੀ ਅਡਿਕਸ਼ਨ ਤਾਂ ਹੈਗੀ ਹੈ, ਭਾਵੇਂ ਮੈਂ ਡਰੱਗਸ ਨਹੀਂ ਕਰਦਾ ਮੈਨੂੰ ਅਡਿਕਸ਼ਨ ਅਬਸੈਸ਼ਨ 'ਤੇ ਹੈਗੀ ਹੈ, ਭਾਵੇਂ ਮੈਂ ਡਰੱਗਸ ਨਹੀਂ ਕਰਦਾ ਮੇਰੇ ਅੰਦਰ ਪਰਫੈਕਸ਼ਨਿਜ਼ਮ ਦਾ ਕੀੜਾ ਤਾਂ ਹੈਗਾ। ਹੁਣ ਇਹ ਜਿਹੜੀ ਮੈਂ ਗੱਲ ਕਹੀ ਅੱਜ ਕਿ ਜੇ ਮੈਂ ਡਰੱਗਸ ਨਹੀਂ ਵੀ ਕਰਦਾ ਪਰ ਜਦੋਂ ਮੈਂ ਬੋਰ ਹੁੰਦਾ ਤਾਂ ਮੈਂ ਤਾਂ ਉੱਠ ਉੱਠ ਕੇ ਰਾਤੀ ਖਾਣੇ ਖਾਂਦਾ, ਮੈਂ ਤਾਂ ਉੱਠ ਉੱਠ ਕੇ ਰਾਤੀ ਫਨ ਲੱਭਦਾ, ਮੈਂ ਤਾਂ ਉੱਠ ਉੱਠ ਕੇ ਰਾਤੀ ਮੂਵੀਆਂ ਦੇਖਦਾ, ਮੈਂ ਤਾਂ ਸਾਰੀ ਰਾਤ ਯੂਟਿਊਬ ਚਲਾਉਂਦਾ। ਹੁਣ ਜਿਹੜਾ ਬੰਦਾ ਯੂਟਿਊਬ ਚਲਾਉਂਦਾ ਹੈ ਉਹਦੀ ਲਾਈਫ ਵੀ ਓਨੀ ਥਰੈਟ 'ਚ ਹੈ ਜਿੰਨਾ ਇੱਕ ਡਰੱਗ ਲੈਂਦਾ। ਇੱਕ ਬੰਦਾ ਜਿਹੜਾ ਯੂਟਿਊਬ ਸਾਰੀ ਰਾਤ ਚਲਾ ਸਕਦਾ ਹੈ, ਫੋਨ ਚਲਾ ਸਕਦਾ ਹੈ, ਉਹਦਾ ਉਸ ਬੰਦਾ ਵੀ ਓਨਾ ਹੀ ਡੇਂਜਰ 'ਚ ਹੈ ਜਿੰਨਾ ਬੰਦਾ ਸਾਰੀ ਰਾਤ ਹੀਰੋਇਨ ਲੈਂਦਾ। ਸਾਨੂੰ ਇਹ ਸਕੂਨ ਇੱਥੇ ਮਿਲਦਾ ਵੀ ਕੁਛ ਵੀ ਕਦੀ ਵੀ ਹੋ ਸਕਦਾ ਹੈ, ਮਤਲਬ ਉਹਦੀ ਜਗ੍ਹਾ 'ਤੇ ਕੋਈ ਵੀ, ਅਸੀਂ ਸਾਡੇ 'ਚੋਂ ਕੋਈ ਵੀ ਹੋ ਸਕਦਾ। ਈਵਨ ਆਈ ਐਮ ਏ ਸਾਈਕੈਟ੍ਰਿਸਟ, ਆਈ ਡੂ ਨਾਟ ਹੈਵ ਦਾ ਇਮਿਊਨਿਟੀ ਕਿ ਮੇਰੇ ਮੈਂਟਲ ਹੈਲਥ ਨੂੰ ਕੁਛ ਹੀ ਹੋ ਸਕਦਾ, ਮੇਰੇ ਕੋਲੋਂ ਵੀ ਕੁਛ ਇਸ ਤਰ੍ਹਾਂ ਦੇ ਇੰਪਲਸਿਵ ਫੈਸਲੇ ਹੋ ਸਕਦੇ ਆ ਜਿਹੜੇ ਕਿ ਮੇਰੀ ਲਾਈਫ ਨੂੰ ਕਰ ਸਕਦੇ ਆ, ਜਾਂ ਮੇਰੇ ਨਾਲ ਜਿੰਨੇ ਲੋਕ ਜੁੜੇ ਆ ਉਹਨਾਂ ਦੇ ਵਾਸਤੇ ਨੁਕਸਾਨ ਕਰ ਸਕਦੇ ਆ। ਬਟ ਇਹਦੀ ਇੱਕ ਹੀ ਮੈਨੂੰ ਸਮਝ ਆਉਂਦੀ ਹੈ ਕਿ ਤੁਹਾਡੇ ਵਾਸਤੇ ਜਿਹੜਾ ਪਰਮਾਤਮਾ ਨੇ ਦਿੱਤਾ ਕਿ ਜਿਹੜਾ ਤੁਹਾਨੂੰ ਬ੍ਰੇਨ ਦਿੱਤਾ, ਜਿਹੜਾ ਤੁਹਾਨੂੰ ਪ੍ਰੀਫਰੈਂਟਲ ਕੋਰਟੈਕਸ ਦਿੱਤਾ, ਜਿਹੜਾ ਤੁਹਾਨੂੰ ਸੋਫਟਵੇਅਰ ਆਪਣੇ ਅੰਦਰ ਪ੍ਰੋਡਿਊਸ ਕਰਨ ਦੀ ਤਾਕਤ ਦਿੱਤੀ ਹੈ, ਐਟਲੀਸਟ ਉਹਦੇ ਵਿੱਚ ਰਾਈਟ ਇਨਫੋਰਮੇਸ਼ਨ ਪਾਉਂਦੇ ਰਹੋ, ਸੋ ਦੈਟ ਦਾ ਚਾਂਸਿਸ ਆਫ ਸੱਚ ਥਿੰਗਸ ਕੀਪ ਔਨ ਗੋਇੰਗ ਡਾਊਨ। ਫਿਰ ਤੁਹਾਨੂੰ ਇੱਕ ਸਮਝ ਆ ਜਾਂਦੀ ਹੈ ਕਿ ਬੱਚਾ ਖੁਸ਼ ਰਹਿਣਾ ਇੱਕ ਇੰਪੋਰਟੈਂਟ ਨਹੀਂ ਹੈ, ਖੁਸ਼ ਦੇਖਣਾ ਵੀ ਇੰਪੋਰਟੈਂਟ ਨਹੀਂ ਹੈ,
ਉਹ ਤੁਹਾਡੇ ਨਾਲ ਉਸ ਜਗ੍ਹਾ 'ਤੇ ਰਿਲੇਟ ਕਰ ਸਕੇ ਜਿੱਥੇ ਉਹ ਆਪਣੀ ਇਮੋਸ਼ਨਲ ਟੋਕ ਕਰ ਸਕੇ ਐਂਡ ਆਪਣੇ ਆਪ ਦੀ ਵਲਨਰੇਬਿਲਿਟੀ ਦੱਸ ਸਕੇ ਵੀ ਮੇਰਾ ਮੂਡ ਨਹੀਂ ਜੇ ਠੀਕ ਹੈਗਾ, ਮੇਰਾ ਦਿਲ ਨਹੀਂ ਲੱਗਦਾ ਪਿਆ, ਇਸ ਵੇਲੇ ਮੈਨੂੰ ਅੱਛਾ ਮਹਿਸੂਸ ਨਹੀਂ ਹੋ ਰਿਹਾ। ਆਪਾਂ ਜਦੋਂ ਇਮੋਸ਼ਨਲ ਟੋਕ ਘਰ 'ਚ ਕਰਦੇ ਹਾਂ ਨਾ, ਇਟ ਇਜ਼ ਸੋ ਇੰਪੋਰਟੈਂਟ। ਐਂਡ ਦ ਜਨਰਲੀ ਜਿਹੜੇ ਸਾਡੇ ਇਸ ਕਲੱਬ ਦੇ ਮੈਂਬਰਸ ਹੈ ਨਾ, ਉਹ ਜਦੋਂ ਕੋਈ ਇਨਸਾਨ ਇਹ ਕਹਿੰਦਾ ਨਾ ਕਿ ਮੇਰਾ ਇਮੋਸ਼ਨਸ ਠੀਕ ਨਹੀਂ ਚੱਲ ਰਹੇ, ਮੈਨੂੰ ਗੁੱਸਾ ਆ ਰਿਹਾ, ਮੈਨੂੰ ਚਿੜਾ ਆ ਰਹੀ ਹੈ, ਮੈਨੂੰ ਤੁਸੀਂ ਅੱਛੇ ਨਹੀਂ ਲੱਗ ਰਹੇ, ਹੁਣ ਦੇਖੋ ਇਹ ਵੀ ਸਾਨੂੰ ਗੱਲ ਕਰਨ ਦੀ ਆਉਂਦੀ ਕਿ ਮੈਨੂੰ ਤੁਸੀਂ ਨਹੀਂ ਅੱਛੇ ਲੱਗ ਰਹੇ ਇਸ ਵੇਲੇ, ਤੁਹਾਨੂੰ ਮੈਨੂੰ ਅੱਛਾ ਪਤਾ ਨਹੀਂ ਕਿਉਂ ਪਰ ਮੈਨੂੰ ਤੁਸੀਂ ਅੱਛੇ ਨਹੀਂ ਲੱਗ ਰਹੇ। ਸੋ ਇਫ ਵੀ ਕੈਨ ਲਿਸਨ ਟੂ ਦੈਟ ਐਕਸਟੈਂਟ ਨਾ, ਆਈ ਥਿੰਕ ਦੈਟ ਇਜ਼ ਅ ਰਿਸਪੈਕਟ ਜਿਹੜੀ ਕਿ ਸਾਡੀ ਜਿਹੜੀ ਮੈਂਟਲ ਹੈਲਥ ਦੀ ਬੈਟਰਮੈਂਟ ਹੈ ਕਿ ਅਗਲਾ ਬੰਦਾ ਤੁਹਾਨੂੰ ਕਹਿ ਪਾ ਰਹੇ ਅਤੇ ਤੁਸੀਂ ਉਹਨੂੰ ਸੁਣ ਪਾ ਰਹੋ, ਅਤੇ ਤੁਸੀਂ ਉਹਦਾ ਕਰਨਾ ਕੁਛ ਨਹੀਂ ਹੁੰਦਾ ਬਟ ਯੂ ਨੀਡ ਟੂ ਬੀ ਦੇਅਰ ਵਿਦ ਦੈਟ ਪਰਸਨ। ਦੈਟ ਇਜ਼ ਅਗੇਨ ਮਤਲਬ ਦੈਟਸ ਐਗਜੈਕਟਲੀ ਵਟ ਆਈ ਐਮ ਟੈਲਿੰਗ, ਕਿ ਜਿਹੜੇ ਇੰਸੀਡੈਂਟਸ ਹੁੰਦੇ ਆ ਨਾ, ਤੁਹਾਨੂੰ ਲਰਨ ਕਰਾਉਂਦੇ ਆ। ਆਈ ਡੋਂਟ ਸੀ ਇੰਸੀਡੈਂਟਸ ਐਜ਼ ਤਮਾਸ਼ਾ, ਆਈ ਸੀ ਇੰਸੀਡੈਂਟਸ ਐਜ਼ ਮੈਂਟਲ ਹੈਲਥ ਪ੍ਰੋਬਲਮਸ ਐਂਡ ਆਈ ਫੀਲ ਪਿਟੀ ਕਿ ਯਾਰ ਕਿਸ ਇਸ ਬੰਦੇ ਨੂੰ ਜੇ ਕਿਤੇ ਬਾਬਾ ਜੀ ਕਿਤੇ ਕਿਤੋਂ ਹੈਲਪ ਮਿਲ ਜਾਂਦੀ ਅਤੇ ਇਹਨੂੰ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਕਿ ਇਹ ਇੱਕ ਵਲਨਰੇਬਲ ਇਨਸਾਨ ਹੈ। ਅੱਜ ਕੱਲ੍ਹ ਸਭ ਤੋਂ ਵੱਡੀ ਸਟਰੈਂਥ ਪਤਾ ਕੀ ਹੈ? ਵੈਲ ਯੂ ਕੈਨ ਟੈਲ ਅਬਾਊਟ ਯੂਅਰ ਵਲਨਰੇਬਿਲਿਟੀ, ਕਿ ਆਪਣਾ ਮੂਡ ਮਾਡ ਓਡਾ ਠੀਕ ਠੁੱਕ ਕੋਈ ਨਹੀਂ ਰਹਿੰਦਾ। ਆਪਾਂ ਨੂੰ ਤਾਂ 4 ਵਾਰੀ ਮੀਟਿੰਗਾਂ ਕਰਨੀਆਂ ਪੈਂਦੀਆਂ, 4 ਵਾਰੀ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਤਾਂ ਜਾ ਕੇ ਮੂਡ ਗੁਜ਼ਾਰੇ ਜੋਗਾ ਹੁੰਦਾ। ਐਂਡ ਜਦੋਂ ਗੁਜ਼ਾਰੇ ਜੋਗਾ ਮੂਡ ਹੁੰਦਾ, ਉਹਦਾ ਗ੍ਰੈਟੀਚਿਊਡ ਹੁੰਦਾ ਵੀ ਗੁਜ਼ਾਰੇ ਜੋਗਾ ਵੀ ਚੱਲਦਾ ਰਹੇ। ਸਾਨੂੰ ਕੋਈ ਉਹ ਵਾਲੇ ਮੂਡ ਨਹੀਂ ਚਾਹੀਦੇ ਜਿਹੜੇ ਬਹੁਤ ਉੱਡਦੇ ਫਿਰਦੇ ਲੋਕੀ ਆ। ਅਸੀਂ ਉਹਨਾਂ ਤੋਂ ਇੰਪ੍ਰੈਸ ਨਹੀਂ ਹੁੰਦੇ ਕਿ ਜਿਹੜੇ ਜਿਨ੍ਹਾਂ ਨੂੰ ਕੋਈ ਐਫਰਟ ਨਹੀਂ ਲਾਉਣੀ ਪੈਂਦੀ ਲਾਈਫ ਦੇ ਵਿੱਚ, ਉਹਨਾਂ ਦੀ ਲਾਈਫ ਆਪ ਹੀ ਚਲੀ ਜਾਂਦੀ ਹੈ। ਦੇ ਆਰ ਡਿਫਰੈਂਟ ਕ੍ਰੀਏਚਰ, ਆਈ ਡੋਨਟ ਨੋ ਵਟ ਹੈਪਨਸ ਟੂ ਦੈਮ ਐਟ 1 ਪੁਆਇੰਟ ਆਫ ਟਾਈਮ, ਬਟ ਐਟਲੀਸਟ ਸਾਨੂੰ ਉਹ ਬੰਦੇ ਹੀ ਠੀਕ ਆਪਣੇ ਨਾਲ ਰਿਲੇਟ ਕਰਦੇ ਜਿਹੜੇ ਐਫਰਟ ਕਰਕੇ ਆਪਣੇ ਮੂਡ ਨੂੰ ਗੁਜ਼ਾਰੇ ਜੋਗਾ ਮੂਡ ਰੱਖਦੇ ਆ। ਸੋ ਦੈਟ ਇਜ਼